ਜਵਾਨ ਸਮਾਲ ਕੇ ਗੱਲ ਕਰਨ ਮੇਰੇ ਨਾਲ ਲੜਕੀ ਨਾਲ ਤੁਸੀਂ ਗੱਲ ਕਰ ਰਹੇ ਸੀ ਹੈਨਾ ਉਹ ਜਵਾਨ ਵਾਲੀ ਗੱਲ ਹੋ ਗਈ ਜਿੱਦਾਂ ਤੂੰ ਬੋਲ ਤਰੀ ਜਵਾਨ ਖਚਲੂ ਮਾਂਦਰੋਂ ਮੈਂ ਤਾਂ ਗਾਲ ਵੀ ਨਹੀਂ ਕੱਢੀ ਮੈਂ ਤਾਂ ਇਹ ਗੱਲ ਕਿਹਾ ਵੀ ਤੇਰੀ ਜੀਭ ਖਚਲੂਗਾ ਕੋਈ ਬੰਦਾ 5 ਰੁਪਏ ਸਾਬਤ ਕਰਦੇ ਲਿਆ ਕੇ ਵੀ ਆ ਬੈਠਾ ਵੀ ਮੈਂ ਭਾਨਿਆ ਤੂੰ ਮੈਥੋਂ ਇੱਥੇ ਪੈਸੇ ਲੈ ਤੈਨੂੰ ਇੱਥੇ ਮੇਰਾ ਠੱਗੀ ਮਾਰੀ ਹੈ ਸਾਬਤ ਮੈਂ ਕਰੂੰ ਤੁਹਾਨੂੰ ਕਿਥੋਂ ਪੈਸੇ ਆਉਂਦੇ ਨੇ ਆਸਟ੍ਰੇਲੀਆ ਦਾ ਇੱਕ ਟੂਰ ਤੇ ਵੀ ਇੱਕ ਸਵਾਲ ਹੋਇਆ ਸੀ ਉਹ ਤੁਸੀਂ ਆਪ ਖਰਚ ਕੇ ਗਏ ਸੀ ਜਾਂ ਤੁਸੀਂ ਇਨਵਾਈਟ ਕੀਤੇ ਗਏ ਸੀ ਫੈਕਟਰ ਕੋਲੇ ਗਿਆ ਸਾਰਾ ਖਰਚਾ ਕੀਤਾ ਇੱਥੇ ਤੇ ਕਰਕੇ ਕੱਪੜੇ ਵੀ ਉਹ ਬੰਦੇ ਨੇ ਮੈਨੂੰ ਉੱਥੇ ਸ਼ਾਪਿੰਗ ਵੀ ਕਰਾਈ। ਇਹ ਨਹੀਂ ਕੋਠੀਆਂ ਦੇਖੋ ਲੱਖਾਂ ਰੁਪਏ ਦੇ ਫੋਨ ਇਹਨਾਂ ਕੋਲ। ਇਨਕਮ ਦਾ ਸੋਰਸ ਕੀ ਆ? ਘਰ ਵੀ ਬਣਾਇਆ ਮੈਂ ਜ਼ਮੀਨ ਵੀ ਲੈਤੀ ਆ। ਸਾਫ਼ਤ ਬੰਦਾ ਕੋਈ ਬੰਦਾ ਇਹ ਚੀਜ਼ੀ ਘਰ ਕਰਦੇ। ਸਾਡੇ ਵਾਲੇ ਚੈਨਲ ਤੇ ਸਾਡੇ ਨਾਲ ਗੱਲਬਾਤ ਕਰਦੇ ਲਾਇਆ ਸੀ ਰਣਜੋਤ ਦਰਾਹਾ ਨੇ। ਕੀ ਉਹ ਉਹ ਸਾਹਮਣੇ ਤੁਸੀਂ ਚੈਲੰਜ ਕਰਦੇ ਹੋ ਕਿ ਜੇ ਸਾਹਮਣੇ ਉਹਦੀ ਸੱਚਾਈ ਆ ਉਹਦੀ ਗੱਲ ਤੇ ਤੁਸੀਂ ਸਾਹਮਣੇ ਬਹਿ ਕੇ ਤੁਹਾਡੇ ਨਾਲ ਡਿਬੇਟ ਕਰ। ਮੈਂ ਡਿਬੇਟ ਵੀ ਕਰ ਲੇ ਤੇ ਮੈਂ ਸਾਹਮਣੇ ਕਾਪੀ ਧਰੂੰਗਾ ਵੀ। ਆਮ ਤਾਂ ਡੇਟ ਮੇਰੀ ਜਗਾ ਇਹਨਾਂ ਦੀ ਚਾਹੇ ਬਕੰਡੇ ਦੇ ਤਾਂ ਮਾਲਸੀ ਦੇ ਤਾਂ ਬਰਨਾਲੇ ਦੇ ਤਾਂ ਸੰਗਰੂਰ ਦੇ ਤਾਂ ਪ੍ਰਧਾਨ ਨੂੰ ਹੀ ਪਤਾ ਲੱਗੂ ਰਣਜੋਧਨ ਨੂੰ ਹੀ ਪਤਾ ਲੱਗੂ ਇਹ ਕੰਮ ਦੇ ਵਿੱਚ ਇੱਕ ਏਜੰਟ ਰੋਜ਼ ਦਾ ਘਟੂ ਘੜ ਡੇਢ-2 ਕਰੋੜ ਰੁਪਏ ਬਣਾ ਕੇ ਉਠਦਾ ਜਿੰਨਾ ਇਹ ਕੰਮ ਚ ਪੈਸਾ ਉਹਨਾਂ ਦਾ ਨਸ਼ੇ ਵਾਲੇ ਵੀ ਨਹੀਂ ਕੁਮਾਰ ਰਹੇ ਘਰ ਵਾਲੇ ਬੱਚਿਆਂ ਨਾਲ ਆਪਦੇ ਨਾਲ ਬੌਂਸਰ ਰੱਖਣ ਦੀ ਕੀ ਆਵਤ ਪੈਗੀ ਠੱਗੀਆਂ ਮਾਰੀਆਂ ਨੇ ਤਾਂ ਹੀ ਰੱਖੀ ਐ ਮੇਰੇ ਨਾਲ ਤਾਂ ਕੋਈ ਜਾਂਦਾ ਨਹੀਂ ਕਿ ਮੈਂ ਤਾਂ ਇਕੱਲਾ ਹੁੰਦਾ ਆਂ ਕਿ ਤੁਹਾਨੂੰ ਧਮਕੀਆਂ ਯਾਰ ਮੈਂ ਇਹ ਕੱਲਾ ਜ਼ਿਕਰ ਨਹੀਂ ਕਰਦਾ ਇਹ ਚੀਜ਼ਾਂ ਜਿਹੜਾ ਧਮਕੀਆਂ ਵਾਲਾ ਕਰਦਾ ਡਰਪੋਕ ਬੰਦੇ ਜ਼ਿਕਰ ਕਰਦੇ ਹੁੰ ਜੋ ਪੁਲਿਸ ਨਹੀਂ ਕਰਾ ਸਕੀ ਵੀ ਭਾਨਾ ਸਿੱਧੂ ਕਿਸ ਤਰੀਕੇ ਦੇ ਨਾਲ ਕੀ ਡਰਾਇਆ ਜਾਂਦਾ ਲੋਕਾਂ ਨੂੰ ਕਹਿੰਦੇ ਕਿਵੇਂ ਕਰੀਏ ਕਹਿੰਦੇ ਜਿੰਨਾਂ ਦੇ ਪਰਚੇ ਕਿਤੇ ਨੇ ਜਮਾਨਤਾ ਕਰਾ ਕੇ ਬਾਹਰ ਆ ਗਏ ਮੈਂ ਕਿਹਾ ਤੁਸੀਂ ਮੇਰੇ ਤੇ ਐਸਜੈਕਟ ਲਾਤਾ ਮੰਨਦੇ ਹੋ ਗਲਤੀ ਲੱਗੀ ਥੋੜੀ ਬਿਲਕੁਲ ਗਲਤ ਲੱਗਾ ਮੈਂ ਕਿਹਾ ਉਹ ਸਾਬਤ ਕਰਦੇ ਆ ਸੰਗਤ ਖੜੀ ਐ ਸਿਰ ਮੇਰਾ ਜੁੱਤੀ ਐ ਇਹਨਾਂ ਦੀਆਂ ਮੂੰਹ ਕਾਲਾ ਬੰਦਾ ਕੋਈ ਕਰਦੇ ਉਹ ਕਹਿੰਦਾ ਮੈਂ ਪ੍ਰੀਵੀ ਸੇਵਾ ਕਰ ਰਿਹਾ ਮੈਂ ਇੰਨੇ ਕਿਸੇ ਫ੍ਰੀ ਲਾ ਰਿਹਾ ਉਹ ਕਿਉਂ ਝੂਠ ਬੋਲੀਆਂ ਨੇ ਜਦੋਂ ਇਹਨਾਂ ਕੋਲੇ ਬੰਦਾ ਬਾ ਗਿਆ ਫਿਰ ਇਹ ਕਹਿਣ ਗਿਆ ਕਾਗਜ਼ਾਂ ਦੇ ਪੈਸੇ ਦੇ ਦੋ ਕੀਦੇ ਕੋਲੇ 10 ਲੱਖ ਰੁਪਏ ਦੇਖੋ 10 ਲੱਖ ਖਾਤੇ ਚ ਆਉ ਜਾਊਗਾ ਹੀ ਕਿਉਂ ਉਹ ਕੀ ਕਰਦੇ ਨੇ ਫਿਰ ਉਹ ਕਹਿੰਦਾ ਸਾਡੇ ਕੋਲੇ ਫੰਡ ਸ਼ੋਅ ਕਰਨ ਨੂੰ ਹੈਣੀ ਲਿਆਓ ਜੀ 4 ਲੱਖ ਰੁਪਏ ਉਹਦਾ ਫਿਰ ਉਹ ਗੁੱਸਾ ਇੰਨਾ ਕਿਉਂ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦਾ ਨਹੀਂ ਕਾਲਾ ਕੜਦਾ ਹੁੰਦਾ ਈ ਚਰਿਆ ਬੁੱਧ ਜੀ ਤੋਂ ਭਗਦਾ ਨਹੀਂ ਮੈਂ ਲੋਕਾਂ ਤੋਂ ਮਾਫੀ ਮੰਗਦਾ ਵੀ ਮੈਂ ਉਹ ਨੌਜਵਾਨ ਸੀ ਓਨ ਇਅਰ ਪੰਨਾ ਸਿੱਧੂ ਸਾਡੇ ਨਾਲ ਨੇ ਅੱਜ ਤੇ ਪਹਿਲਾਂ ਬਾਈ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਬਹੁਤ ਬਹੁਤ ਥੈਂਕ ਯੂ ਬਹੁ ਬਹੁ ਮਿਹਰਬਾਨੀ ਆਹ ਦੇਖੋ ਤੁਹਾਡੇ ਕੋਲ ਡੈਰੀ ਪਈ ਆ ਇਹ ਡੈਰੀ ਦੇ ਵਿੱਚੋਂ ਕੋਈ ਨੰਬਰ ਲਾ ਲਓ ਚੱਕ ਕੇ ਜਿਹੜਾ ਵੀ ਤੁਸੀਂ ਲਾਉਣਾ ਫਰੋੜ ਲੋ ਜੇ ਕਿਸੇ ਨੂੰ ਲਾ ਕੇ ਪੁੱਛਣਾ ਪੈਸਿਆਂ ਵਾਲਾ ਉਹ ਪੁੱਛ ਸਕਦੇ ਹੋ ਅਗਲੀ ਗੱਲ ਜਿਹੜੀ ਪੁਲਿਸ ਵਾਲੀ ਤੁਸੀਂ ਗੱਲ ਕਹੀ ਆ ਹਨਾ ਵੀ ਜਿਹੜੀ ਪੁਲਿਸ ਦੀ ਆਪਾਂ ਗੱਲ ਕਰਦੇ ਆਂ ਵੀ ਪੁਲਿਸ ਦਾ ਕੀ ਕਾਰਨ ਆ ਜਿਹੜੇ ਕਿ ਪੁਲਿਸ ਕੇ ਤੇ ਪਰਚਾ ਕਰ ਦੂਗੀ ਇਹਦੇ ਵਿੱਚ ਜਿਹੜਾ ਪਹਿਲਾਂ ਦਾ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਪੈਸੇ ਨੇਗੇ ਪੰਜਾਬ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਹੈ ਦੇਖੋ ਪਹਿਲੀ ਗੱਲ ਮੈਂ ਜਿਹੜਾ ਮੈਂ ਏਜੰਟਾਂ ਨਾਲ ਗੱਲ ਕਰ ਰਿਹਾ ਸੀ ਨਾ ਮੈਂ ਨਹੀਂ ਚਾਹੁੰਦਾ ਯਾਰ ਕਿਸੇ ਨੂੰ ਮੈਂ ਜਲੀਲ ਕਰਾਂ ਠੀਕ ਹੈ ਪੰਜਾਬ ਦੇ ਵਿੱਚ ਘੱਟੋ ਘੱਟ 25-30 ਹਜ਼ਾਰ ਏਜੰਟ ਬੈਠਾ ਪੰਜਾਬ ਦੇ ਵਿੱਚ 30 ਹਜ਼ਾਰ ਏਜੰਟ ਬੈਠਾ ਹੈ ਪਰ ਮੇਰਾ ਇਹ ਲੋਕਾਂ ਨੂੰ ਇੱਕ ਕੱਲਾ ਪੈਸਾ ਵਾਪਸ ਕਰਾਉਣਾ ਮਕਸਦ ਨਹੀਂ ਹੈਗਾ ਮੇਰਾ ਇਹ ਲੋਕਾਂ ਨੂੰ ਅਵੇਅਰ ਕਰਨਾ ਜਾਗਰੂਤ ਕਰਨਾ ਵੀ ਹੈ ਠੀਕ ਹੈ ਵੀ ਇਹ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਦੋ ਸਮੱਸਿਆ ਮਨੂੰ ਮੈਂ ਵੱਡੀਆਂ ਗਿਣਦਾ ਨਸ਼ਾ ਤੇ ਪ੍ਰਵਾਸ ਠੀਕ ਹੈ ਜਿਹੜਾ ਪ੍ਰਵਾਸ ਹੈ ਹੁਣ ਇੰਨਾ ਪੈਸਾ ਜਿਹੜਾ ਲੋ ਬਾਹਰ ਜਾਣ ਦੀ ਹੋੜ ਲੱਗੀ ਪਈ ਆ ਮੈਂ ਪਹਿਲੀ ਗੱਲ ਤਾਂ ਇਹ ਕਹਿਣਾ ਵੀ ਇੱਥੇ ਕੋਈ ਨਾ ਕੋਈ ਆਪਣਾ ਕੰਮ ਕਰੋ ਜੇ 25-30 ਲੱਖ ਰੁਪਏ ਤੁਸੀਂ ਏਜੰਟ ਦੇ ਨੂੰ ਦੇ ਰਹੇ ਹੋ ਤਾਂ 25-30 ਲੱਖ ਦਾ ਇੱਥੇ ਕੰਮ ਖੋਲ੍ਹ ਲਓ ਮੈਂ ਤੁਹਾਨੂੰ ਗੱਲ ਦੱਸਦਾ ਆਪਣਾ ਜਿਹੜਾ ਘਰ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਘਰ ਤੇ ਬੜੇ ਸਵਾਲ ਉੱਠਦੇ ਨੇ ਭਾਨੇ ਕੋਲੇ ਗੱਡੀ ਆ ਇਹ ਆ ਜਵਾਬ ਉਹ ਹੈ ਮੈਂ ਕੋਈ ਗੱਲ ਕਹਿਣਾ ਇੱਕ ਤਾਂ ਨੰਬਰ ਆ ਮੇਰੇ ਘਰੇ ਪਿੱਛੇ ਦੋ ਕਮਰੇ ਸੀਗੇ ਠੀਕ ਹੈ ਘਰੇ ਅੱਤ ਦੀ ਗਰੀਬੀ ਸੀ ਆ ਸਾਰੇ ਮੇਰੇ ਪਿੰਡ ਨੂੰ ਪੁੱਛ ਲਈ ਠੀਕ ਹੈ ਮੈਂ ਆਪਣਾ ਵੀਡੀਓ ਜਰੀਏ ਜਾਂ ਜਿਵੇਂ ਮਰਜ਼ੀ ਮੈਂ ਕਰ ਰੋਜ਼ਗਾਰ ਖੋਲ੍ਹਣਾ ਸਾਰੇ ਨੌ ਬਾਹਰ ਜਾਣ ਬਾਰੇ ਸੋਚਦਾ ਮੈਂ ਬਾਰ-ਬਾਰ ਮੰਗੂ ਸੋਚਦਾ ਹਨਾ ਤਾਂ ਇੱਥੇ ਤੇ ਕਰ ਕਿੱਥੇ ਪਹੁੰਚਿਆ ਜਾਂਦਾ ਸੀ ਮੈਂ ਹਰ ਇੱਕ ਸਿਸਟਮ ਨਾਲ ਲੜਿਆ ਜਾਂ ਉਹਨਾਂ ਨਾਲ ਲੜਿਆ ਉਹ ਵੀਡੀਓ ਬਣਾਈਆਂ ਉਹ ਗਰੀਬੀ ਦੂਰ ਹੋ ਗਈ ਨਾ ਮੈਂ ਕਹਿੰਦਾ ਵੀ ਜੇ ਅੱਜ ਆ ਸਾਰਾ ਕੁਝ ਉਹਨੂੰ ਦਿਖ ਰਿਹਾ ਉਹ ਉੱਥੇ ਤੇ ਕਰ ਘਰ ਦਿਖ ਰਿਹਾ ਬਣਿਆ ਗੱਡੀ ਖੜੀ ਹੈ ਕੋਈ ਬੰਦਾ 5 ਰੁਪਏ ਸਾਬਤ ਕਰਦੇ ਲਿਆ ਕੇ ਵੀ ਆ ਬੈਠਾ ਵੀ ਮੈਂ ਭਾਨਿਆ ਤੂੰ ਮੈਥੋਂ ਇੱਥੇ ਪੈਸੇ ਲੈ ਤੈਨੂੰ ਇੱਥੇ ਮਰਨਾ ਠੱਗੀ ਮਾਰੀ ਹੈ ਕੋਈ ਬੰਦਾ ਇਹੀ ਸਵਾਲ ਆ ਜਾਂਦਾ ਨਾ ਇਹੀ ਸਵਾਲ ਵੀ ਇਹ ਇੱਕ ਤਾਂ ਇਹ ਸਾਬਤ ਕਰੇ ਬੰਦਾ ਵੀ ਆ ਵੀ ਦੇਖ ਵੀ ਕੋਈ ਬੰਦਾ ਸੰਗਤ ਖੜੀ ਹੈ ਇੱ ਵੀ ਕਿਸੇ ਨੇ ਭਾਨਣਾ 10 ਰੁਪਏ ਠੱਗੀ ਮਾਰੀ ਹੋਵੇ ਤੁਹਾਡੇ ਚੈਨਲ ਤੇ ਬਈ ਕਦੇ ਜੋ ਬੰਦਾ ਕਹੂ ਤਾਂ ਮੈਨੂੰ ਅਮਣੇ ਸਾਹਮਣੇ ਬਿਠਾਇਓ ਮੇਰੀ ਇੱਕ ਚੈਲੰਜ ਆ ਜੇ ਕੋਈ ਬੰਦਾ ਕਹਨ ਨੂੰ ਕਹਿ ਸਕਦਾ ਸਰਕਾਰਾਂ ਦਾ ਮੇਰੀ ਮੇਰੀ ਦੁਸ਼ਮਣੀ ਆ ਮੇਰੀ ਏਜੰਟਾਂ ਨਾਲ ਦੁਸ਼ਮਣੀ ਆ ਮੇਰੀ ਲੀਡਰਾਂ ਨਾਲ ਦੁਸ਼ਮਣੀ ਆ ਠੀਕ ਹੈ ਬੰਦਾ ਕਹਿ ਸਕਦਾ ਇਸ ਤੋਂ ਬਾਅਦ ਤੁਸੀਂ ਟਾਈਮ ਰੱਖਿਓ ਵੀ ਆਹ ਬੰਦਾ ਬਈ ਸਾ ਤੇਰੇ ਖਿਲਾਫ ਬੋਲ ਕੇ ਗਿਆ ਉਹਨੂੰ ਬੰਦੇ ਨੂੰ ਬਰਾਬਰ ਬਿਠਾ ਕੇ ਫਿਰ ਮੇਰੇ ਉੱਤੇ ਇੰਟਰਵਿਊ ਕਰਿਓ ਅੱਪਾ ਇਸ ਜੀ ਤੋਂ ਮੁਨਕਰ ਨਹੀਂ ਹੁੰਦੇ ਸਾਹਮਣੇ ਸਾਹਮਣੇ ਬਿਠਾ ਕੇ ਗੱਲ ਕਰਿਓ ਇਹ ਬੰਦੇ ਨੇ ਆਪ ਸਾਡੇ ਵਾਲੇ ਚੈਨਲ ਤੇ ਸਾਡੇ ਨਾਲ ਗੱਲਬਾਤ ਕਰਦੇ ਲਾਇਆ ਸੀ ਰਣਜੋਧ ਦਰਾਹਾਂ ਨੇ ਹਾਂਜੀ ਕਿ ਉਹ ਸਾਹਮਣੇ ਤੁਸੀਂ ਚੈਲੰਜ ਕਰਦੇ ਹੋ ਕਿ ਜੇ ਸਾਹਮਣੇ ਉਹਦੀ ਸੱਚਾਈ ਹੈ ਉਹਦੀ ਗੱਲ ਤੇ ਤੁਸੀਂ ਸਾਹਮਣੇ ਬੈ ਕੇ ਤੁਹਾਡੇ ਨਾਲ ਡਿਬੇਟ ਕਰ ਮੈਂ ਡਿਬੇਟ ਵੀ ਕਰ ਲੇ ਤੇ ਮੈਂ ਸਾਹਮਣੇ ਕਾਪੀ ਧਰੂੰਗਾ ਵੀ ਜਿਹਦੇ ਕਹਣ ਤੇ ਉਹਨੇ ਫੋਨ ਲਾਇਆ ਮੈਨੂੰ ਬੜਾ ਦੁੱਖ ਆ ਮੈਂ ਬੰਦੇ ਦਾ ਰਿਸਪੈਕਟ ਕਰਦਾ ਸੀਗਾ ਮੈਂ ਬੰਦਾ ਨੌਂ ਨਹੀਂ ਲੈਣਾ ਚਾਹੁੰਦਾ ਯਾਰ ਜਾਨੀ ਤੁਹਾਨੂੰ ਪਤਾ ਲੱਗਿਆ ਵੀ ਤੁਸੀਂ ਕਹਿ ਰਹੇ ਹੋ ਕਿ ਪਿੱਛੋਂ ਕਰਾਇਆ ਗਿਆ ਹਾਂ ਹਾਂ ਉਹੜ ਕੀ ਦਾ ਕੀ ਪ੍ਰਧਾਨ ਕੀ ਪ੍ਰਧਾਨ ਦੇ ਕੀ ਕੀ ਕਾਰਜ ਨੇ ਜਿਹਦੇ ਕਹਿੰਦੇ ਸਾਰੇ ਗੱਲ ਹੋਈ ਸੀ ਮੈਨੂੰ ਪਾਰਟੀ ਨਾਲ ਸੰਬੰਧਤ ਬਾਹਰ ਹੁਣ ਤਨੂੰ ਮੈਂ 9 ਕਿਲ ਮਾ ਉਹਨੂੰ ਪਤਾ ਲੱਗ ਜੂ ਪ੍ਰਧਾਨ ਨੂੰ ਹੀ ਪਤਾ ਲੱਗ ਜੂ ਰਣਜੋਧ ਨੂੰ ਹੀ ਪਤਾ ਲੱਗ ਜੂ ਜਿਹਦੇ ਕਹਿੰਦੇ ਫੋਨ ਕਰਦਾ ਮੈਂ ਉਹਨੂੰ ਕਿਹਾ ਸੀਗਾ ਮੈਂ ਖਾਤਰਾ ਉੱਲਿਆ ਜਿੱਥੇ ਕਹਿੰਗਾ ਆ ਜਾ ਕਹਿੰਦਾ ਸਾਡੇ ਪ੍ਰਧਾਨ ਦੇ ਘਰੇ ਆ ਜਾ ਮੈਂ ਕਿਹਾ ਤੇਰੇ ਪ੍ਰਧਾਨ ਬਾਰੇ ਦੀਨ ਦੁਨੀਆ ਨੂੰ ਨਹੀਂ ਪਤਾ ਵੀ ਤੇਰਾ ਪ੍ਰਧਾਨ ਕੀ ਆ ਪਬਲਿਕ ਥਾਂ ਤੇ ਬੈਠ ਕੇ ਤੇ ਕੱਢ ਕੇ ਗੱਲ ਕਰ ਵੀਰ ਮੇਰਾ ਜੇ ਤੂੰ ਪੰਜਾਬ ਦੀ ਗੱਲ ਕਰ ਦਿੰਦਾ ਤਾਂ ਕਰ ਇਹ ਗੱਲ ਨਹੀਂ ਹੈਗਾ ਵੀ ਆਪਾਂ ਕੁਦੂਦੂ ਜਿਹੜਾ ਜਿਹੜਾ ਕੋਈ ਪੰਜਾਬ ਲਈ ਕੰਮ ਕਰ ਰਿਹਾ ਉਹਦੇ ਲੱਤਾਂ ਖਿੱਚ ਰਹੇ ਆ ਤਾਂ ਸਿੱਸ਼ਾ ਤੁਹਾਡੇ ਸਾਹਮਣੇ ਪਰਸੋਂ ਦੀ ਤਨ ਮੈਂ ਗੱਲ ਦੱਸਦਾ ਤੁਸੀਂ ਇਧਰੋਂ ਤਰੌਲਾ ਰੋਡ ਤੋਂ ਲੰਘ ਕੇ ਆਏ ਹੋ ਪੰਜ ਮੌਤਾਂ ਹੋ ਗਈਆਂ ਪੰਜ ਮੌਤਾਂ ਜਿਹੜੀਆਂ ਹੋਈਆਂ ਹੋਈਆਂ ਇੱਕ ਸਾਲ ਦਾ ਪਾਣੀ ਖੜਾ ਸੀਗਾ ਉਹ ਰੋਡ ਦੇ ਉੱਪਰ ਪੰਜ ਮੌਤਾਂ ਹੋ ਗਈਆਂ ਪੰਜ ਮੌਤਾਂ ਹੋਈਆਂ ਮੈਂ ਪਰਸੋਂ ਹੀ ਜਾ ਕੇ ਉੱਥੇ ਵੀਡੀਓ ਪਾਈ ਆ ਮੈਂ ਕਿਹਾ ਜਦ ਤਾ ਇਹ ਰੋਡ ਨੂੰ ਸਾਫ਼ ਕਰ ਦਿਓ ਨਹੀਂ ਮੈਂ ਟੋਲ ਬੰਦ ਕਰੂੰਗਾ ਅੱਜ ਉੱਥੇ ਦੇਖ ਲੈ ਮਾਂਜੇ ਲੈ ਕੇ ਲੱਗੇ ਪੈਣਗੇ ਸਾਰੇ ਰੋਡ ਦੇ ਉੱਪਰ ਤੈਨੂੰ ਪਾਣੀ ਕਿਤੇ ਟਿੱਪ ਖੜਿਆ ਨਹੀਂ ਤੂੰ ਮੈਂ ਇਹੀ ਗੱਲ ਕਹੀ ਵੀ ਉਹ ਕਹਿੰਦੇ ਬੜਬਰ ਵਾਲੇ ਪਿੰਡ ਵਾਲਾ ਨਾ ਜਾ ਕੇ ਕਹਿੰਦੇ ਟੋਲ ਵਾਲੇ ਕਹਿੰਦੇ ਮਤਲਬ ਇਹ ਕੀ ਹੈ ਮਤਲਬ ਰਿਗਾਰਡ ਕਰਦੇ ਤੁਹਾਡਾ ਜਾਂ ਡਰਦੇ ਲੋਕ ਤੁਹਾਡੇ ਤੋਂ ਮੈਂ ਕਹਿੰਦਾ ਡਰਨਾ ਕਿਹੜੀ ਗੱਲ ਤੋਂ ਆਪਾਂ ਨੂੰ ਇਹ ਜਿਹੜੇ ਸਾਰੇ ਖੜੇ ਨੇ ਲੋਕ ਆ ਇਹਨਾਂ ਨੂੰ ਇਹ ਤਾਂ ਫਰਿਆਦ ਲੈ ਕੇ ਆਏ ਨੇ ਫਰਿਆਦ ਨਹੀਂ ਇਹਨਾਂ ਨੂੰ ਵੀ ਬੋਲਣਾ ਸਿੱਖਣਾ ਚਾਹੀਦਾ ਇਹਨਾਂ ਨੂੰ ਆਪਣੇ ਹੱਕਾਂ ਪਰਤੀ ਲੜਨਾ ਚਾਹੀਦਾ ਇਹ ਵੀ ਆਪਣੇ ਹੱਕਾਂ ਪਰਤੀ ਜਾਗਰੂਤ ਹੋਣ ਮੈਂ ਇਹੀ ਗੱਲ ਕਹਿਣਾ ਕੋਈ ਵੀ ਨੌਜਵਾਨ ਬੋਲ ਸਕਦਾ ਇਹਨਾਂ 'ਚ ਬੋਲਣ ਦੀ ਹਿੰਮਤ ਨਹੀਂ ਹੈਗੀ ਮੈਂ ਕਹਿੰਦਾ ਪੈਦਾ ਕਰੋ ਹੁਣ ਹਜ਼ਾਰਾਂ ਲੋਕ ਪਿੰਡਾਂ ਦੇ ਵਿੱਚ ਠੱਗੀਆਂ ਪਰਵਾ ਕੇ ਬੈਠ ਨੇ ਮੈਨੂੰ ਫੋਨ ਕਰਕੇ ਪਤਾ ਹੀ ਕਹਿਣਗੇ ਆ ਭਾਈ ਨੰਬਰ ਏਜੰਟ ਨੂੰ ਫੋਨ ਕਰਦੇ ਇੱਥੇ ਤੇ ਆਉਣ ਨੂੰ ਤਿਆਰ ਨਹੀਂ ਹੈਗੇ ਇੰਨਾ ਲੋਕ ਸ਼ਰਮ ਦੇ ਮਾਰੇ ਜਾਂ ਡਰ ਦੇ ਮਾਰੇ ਜਾਂ ਇਹ ਕੰਦੇ ਵੀ ਬਸ ਸਾਡਾ ਕੰਮ ਐਵੇਂ ਹੀ ਹੋ ਜਾ ਅੱਛਾ ਇੱਕ ਭਾਈ ਪੁਲਿਸ ਕੋਲ ਵੀ ਨਹੀਂ ਜਾਂਦੇ ਲੋਕ ਇਹਦਾ ਵੀ ਇੱਕ ਵੱਡਾ ਪੁਲਿਸ ਵਾਲੀ ਕੋਲੇ ਪੁਲਿਸ ਕੋਲੇ ਨਹੀਂ ਜਾਂਦੇ ਇਹਦਾ ਕਾਰਨ ਕੀ ਹੈ ਮੇਰੀ ਕਾਫੀ ਇੱਕ ਦੋ ਅਫਸਰਾਂ ਨਾਲ ਮੇਰੀ ਗੱਲਬਾਤ ਹੋਈ ਇਸ ਮੁੱਦੇ ਤੇ ਮੈਂ ਕਿਹਾ ਪੰਜਾਬ ਦਾ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦਾ ਪ੍ਰਵਾਸ ਤੇ ਇਮੀਗ੍ਰੇਸ਼ਨ ਵਾਲੇ ਇਹ ਪੰਜਾਬ ਦੇ ਵਿੱਚ 30 30 ਹਜ਼ਾਰ ਬੈਠਾ ਹੂੰ ਮੈਂ ਤੁਹਾਨੂੰ ਗਿਣਾ ਦਿੰਨਾ 8-10 ਹਜ਼ਾਰ ਇਕੱਲਾ ਏਜੰਟ ਏਜੰਟ ਜਲੰਧਰ ਦੇ ਵਿੱਚ ਬੈਠਾ ਹੈ 4000 ਤੋਂ 3500 ਏਜੰਟ ਪਟੰਡੇ ਦੇ ਵਿੱਚ ਬੈਠਾ ਜਿਹੜੇ ਵੱਡੇ ਸ਼ਹਿਰ ਨੇਗੇ ਆ ਤੂੰ ਬਰਨਾਲੇ ਤਨੌਲੇ ਜਿਹੜਾ ਪਟਿਆਲੇ ਪਟੂਲੇ ਇਹ ਤਾਂ ਪਤਾ ਨਹੀਂ ਸਦਾ ਕਿੰਨੇ ਕੁ ਬੈਠ ਨੇ ਮਹਾਲੀ ਮਹਾਲੀ ਚ ਇਕੱਲਾ 10000 ਏਜੰਟ ਬੈਠਾ ਹੋਣਾ ਮਹਾਲੀ ਚੰਡੀਗੜ੍ਹ ਦੇ ਵਿੱਚ ਇੰਨਾ ਏਜੰਟ ਬੈਠੇ ਨੇ ਇਹ ਹੁਣ ਜਿਹੜੇ ਏਜੰਟ ਬੈਠੇ ਨੇਗੇ ਲੋਕ ਪੁਲਿਸ ਕੋਲੇ ਜਾਂਦੇ ਨੇਗੇ ਪੁਲਿਸ ਕੋਲੇ ਜਾਂਦੇ ਨੇਗੇ ਮੈਂ ਸਾਰੀ ਪ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਮਾੜੇ ਨੇ ਸਾਰੇ ਹੁਣ ਜੇ ਕੋਈ ਪੁਲਿਸ ਕੋਲੇ ਬੰਦਾ ਫਰਿਆਦ ਲੈ ਕੇ ਆਂਦਾ ਪੁਲਿਸ ਵਾਲੇ ਪਰਚਾ ਕੱਟ ਦਿੰਦੇ ਨੇ ਇੱਕ ਨੋਕਲ ਆ ਇੱਕ ਨੋਕਲ ਆ ਬਠਿੰਡੇ ਦਾ ਉਹਨੇ ਘਟੋ ਘਟ 100 150 ਕਰੋੜ ਦੀ ਠੱਗੀ ਮਾਰੀ ਐ ਇੱਕ ਆਮਣ ਕੁੜੀ ਆ ਇੱਕ ਉਹ ਸੰਧੂ ਫੜਿਆ ਉਹਦੇ ਕਈ ਕਈ ਕਰੋੜ ਦਾ ਫੜਿਆ ਜਿਹੜੇ ਏਜੰਟ ਫੜੇ ਨੇਗੇ ਹੁਣ ਮੈਨੂੰ ਦੱਸੋ ਪਰਚਾ ਨਾਲ ਤੇ ਕਰਤਾ ਕਰਕੇ ਉਹਨੂੰ ਅੰਦਰ ਪਾਤਾ ਕੀ ਲੋਕਾਂ ਨੇ ਪੈਸੇ ਵਾਪਸ ਹੋ ਗਏ ਮੈਨੂੰ ਇੱਕ ਚੀਜ਼ ਦਾ ਵੱਡਾ ਸਵਾਲ ਆ ਯਾਨੀ ਫੇਰ ਤੁਸੀਂ ਕਹਿੰਦੇ ਹੋ ਫੇਰ ਕੇਸ ਚੱਲਣਾ ਹੈ ਨਾ ਫੇਰ ਕੇਸ ਚੱਲਣਾ ਇੱਕ ਵੀ ਕੇਸ ਦੇ ਪੈਸੇ ਵਾਪਸ ਨਹੀਂ ਕਰੇ ਜਿੰਨੇ ਮੈਨੂੰ ਦਿਖਾ ਦਿਓ ਜਿੰਨੇ ਮੈਂ ਕਹਿੰਦਾ ਵੀ ਆ ਪਿਆ ਪੁਲਿਸ ਮੇਰੇ ਕੋਲੇ ਆ ਜੇ ਜੋ ਪੁਲਿਸ ਨੇ ਇਹਨੇ ਪੈਸੇ ਪਰਚੇ ਦੇ ਵਿੱਚੋਂ ਵਾਪਸ ਕਰਵਾਏ ਹੁਣ ਇਹਦਾ ਕਾਰਨ ਕੀ ਆ ਕਾਰਨ ਇਹ ਆ ਕਿ ਪਹਿਲੀ ਗੱਲ ਤਾਂ ਜਿਹੜੇ ਇਹ ਏਜੰਟ ਨੇ ਬੈਠੀ ਸਰਕਾਰਾਂ ਦੀ ਸ਼ੈਤ ਨੇਗੇ ਪੁਲਿਸ ਦੇ ਇਹਦੇ ਵਿੱਚ ਕਸੂਰ ਨਹੀਂ ਹੈਗਾ ਪਿਛਲੀਆਂ ਸਰਕਾਰਾਂ ਦੇ ਬਿਠਾਏ ਹੋਏ ਇਹ ਏਜੰਟ ਠੀਕ ਆ ਉਹੀ ਕੰਮ ਆ ਸਰਕਾਰ ਚਲਾ ਰਹੀ ਆ ਹੁਣ ਇਹ ਏਜੰਟ ਮਾਰਦੇ ਨੇ ਲੀਡਰਾਂ ਦੇ ਸਿਰ ਤੇ ਸ਼ਹਿ ਕੋਈ ਕਹੂਗਾ ਮੇਰੀ ਐਮਐਲਏ ਦੀ ਘਰ ਵਾਲੀ ਮੇਰੀ ਭੈਣ ਲੱਗਦੀ ਆ ਕੋਈ ਕਹੂ ਐਮਐਲਏ ਮੇਰਾ ਚਾਚੇ ਦਾ ਮੁੰਡਾ ਕੋਈ ਕਹੂ ਚਾਚਾਏ ਦਾ ਮੁੰਡਾ ਕਿਉਂਕਿ ਇਹ ਕੰਮ ਦੇ ਵਿੱਚ ਇੱਕ ਏਜੰਟ ਰੋਜ਼ ਦਾ ਘੱਟੋ ਘਾਟ 1.5 ਤੋਂ 2 ਕਰੋੜ ਰੁਪਏ ਬਣਾ ਕੇ ਉਠਦਾ ਜਿੰਨਾ ਇਹ ਕੰਮ ਚ ਪੈਸਾ ਉਹਨਾਂ ਦਾ ਨਸ਼ੇ ਵਾਲੇ ਵੀ ਨਹੀਂ ਕਮਾ ਰਹੇ ਉਹਨਾਂ ਦਾ ਸਮਗਲ ਸਮਗਲਰ ਰਮ ਨਹੀਂ ਕਮਾ ਰਹੇ ਉਹਨੇ ਕਿਉਂਕਿ 1.5 ਤੋਂ 2 ਕਰੋੜ ਰੁਪਏ ਜਿਹੜਾ ਏਜੰਟ ਬਣਾ ਕੇ ਉਠਦਾ ਹੁਣ ਇਸ ਹਿਸਾਬ ਨਾਲ ਉਹਦੇ ਨਾਲ ਬੌਂਸਰ ਵੀ ਨੇ ਉਦੇ ਨਾਲ ਉਹਦੀ ਘਰ ਵਾਲੇ ਨਾਲ ਸਕਿਉਰਿਟੀ ਉਹਦੇ ਦੇ ਬੱਚਿਆਂ ਨਾਲ ਵੀ ਸਕਿਉਰਿਟੀ ਹੈ ਘਰ ਵਾਲੇ ਬੱਚਿਆਂ ਨਾਲ ਆਪਦੇ ਨਾਲ ਬੌਂਸਰ ਰੱਖਣ ਦੀ ਕੀ ਆਪਤ ਬਗੀ ਠੱਗੀਆਂ ਮਾਰੀ ਨਾ ਤਾਂ ਹੀ ਰੱਖੀ ਹੈ ਮੇਰੇ ਨਾਲ ਤਾਂ ਕੋਈ ਜਾਂਦਾ ਨਹੀਂ ਕਿ ਮੈਂ ਤਾਂ ਕੱਲਾ ਹੁਣਨਾ ਜਾਂ ਇੱਕ ਦੋ ਮੁੰਡੇ ਮੇਰੇ ਨਾਲ ਤੁਰ ਪੈਂਦੇ ਨੇ ਕੋਈ ਸਾਫ਼ਤ ਬੰਦਾ ਕਰਕੇ ਦਿਖਾ ਦੇ ਫਿਰ ਬੌਂਸਰ ਰੱਖਣ ਦੀ ਕੀ ਆਪਤ ਆ ਗਈ ਹੁਣ ਜਿਹੜਾ ਬੰਦਾ ਇੰਨਾ ਇੰਨਾ ਪੈਸਾ ਕਮਾ ਰਿਹਾ ਹੁਣ ਜੇ ਕੋਈ ਉਹਦੇ ਲਈ ਫਰਿਆਦ ਲੈ ਕੇ ਪੁਲਿਸ ਕੋਲੇ ਬੰਦਾ ਜਾਂਦਾ ਆਹ ਦੇਖੋ ਜੀ ਮੇਰੇ ਨਾਲ ਇੰਨੇ ਠੱਗੀ ਮਾਰ ਲਈ ਹੁਣ ਜਿਵੇਂ ਆ 25 ਲੱਖ ਵਾਲੇ ਬੱਟੇ 20 ਲੱਖ ਵਾਲੇ ਬੱਟਣੇ ਜਾਂਦੇ ਨੇ ਪੁਲਿਸ ਕੋਲੇ ਅਮਲੇ ਦਾ ਫੋਨ ਆਇਆ ਇਹਦਾ ਦੇਖੋ ਜੀ ਆਪਣਾ ਬੰਦਾ ਇਹ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਅਗਲੀ ਗੱਲ ਹੁਣ ਮੈਂ ਜਦੋਂ ਪੁਲਿਸ ਨੂੰ ਇਹ ਗੱਲ ਕਹੀ ਵੀ ਇਹ ਏਜੰਟਾਂ ਦੇ ਉੱਪਰ ਆਪਾਂ ਕਾਰਵਾਈ ਸਖਤ ਕਿਉਂ ਨਹੀਂ ਕਰਦੇ ਕਹਿੰਦੇ ਕਿਵੇਂ ਕਰੀਏ ਕਹਿੰਦੇ ਜਿਨ੍ਹਾਂ ਦੇ ਪਰਚੇ ਕਿਤੇ ਨੇ ਜਵਾਨਤਾ ਕਰਾ ਕੇ ਬਾਹਰ ਆ ਗਏ ਕਹਿੰਦੇ ਜਵਾਨਤਾ ਕਰਾ ਕੇ ਏਜੰਟ ਬਾਹਰ ਆ ਗਏ ਕਨੇ ਪਰਚਾ ਸੀ ਕਰਤਾ ਉਹ 5 ਦਿਨਾਂ ਬਾਅਦ ਜਬਾ ਬਾਹਰ ਦੀ ਬਾਹਰ ਜਵਾਨ ਤੋਂ ਹੋ ਜਾਂਦੀ ਹੈ ਹੁਣ ਇਹ ਵੀ ਇੱਕ ਵੱਡਾ ਕਾਰਨ ਹੈ ਵੀ ਲੋਕ ਇਹ ਜਾਂਦੇ ਨਹੀਂ ਪੁਲਿਸ ਕੋਲ ਕਿ ਕੀ ਕੀ ਲੰਬਾ ਚੱਕਰ ਪੈ ਜਾਂਦਾ ਹੁਣ ਮੇਰੀ ਗੱਲ ਲੰਬਾ ਵੀ ਚੱਕਰ ਪੈਂਦਾ ਬੰਦੇ ਨੇ ਜਿਹਨੇ 25-30 ਲੱਖ ਦੀ ਠੱਗੀ ਮਾਰ ਲਈ 420 ਦਾ ਪਰਚਾ ਕਰਤਾ ਜਾਂ ਹੋਰ ਧਰਾਮਾਂ ਲੈ ਕੋਈ ਪਰਚਾ ਛੋਟਾ ਮੋਟੀ ਧਰਾਮਾਂ ਲੈ ਕੇ ਪਰਚਾ ਕਰਤਾ ਤੇ ਉਹਨੇ ਉਹਨੇ ਉਹ ਪਰਚਾ ਕੀਤਾ ਹੋਇਆ ਤੇ ਉਹ ਜਵਾਨਤ ਕਰਾ ਕੇ ਬਾਹਰ ਆ ਗਿਆ ਤੇ ਪੈਸੇ ਬੰਦੇ ਦੇ ਮੁੜਨੇ ਨਹੀਂ ਤੇ ਏਜੰਟ ਹੁਣ ਮੈਂ ਇਹਨਾਂ ਨੂੰ ਪੁਲਿਸ ਨੂੰ ਇਹ ਗੱਲ ਕਹੀ ਵੀ ਮੈਂ ਕਿਹਾ ਤੁਸੀਂ ਇਹੋ ਜਿਹੀ ਕੋਈ ਧਰਾਣਾ ਇਹਨਾਂ ਦੇ ਠੋਕੋ 100 ਕ ਏਜੰਟ ਤੇ ਇਹ ਜੀ ਕੋਈ ਕਾਰਵਾਈ ਕਰ ਦੋ ਜਿਹੜਾ ਕਿ 100 ਏਜੰਟ ਘੱਟੋ ਘੱਟ ਸਾਲ ਸੀ ਮਹੀਨੇ ਲਈ ਬਾਹਰ ਹੀ ਨਾ ਆਵੇ ਜਦੋਂ ਇੱਕ ਏਜੰਟ ਨੂੰ 2 ਮਹੀਨੇ 4 ਮਹੀਨੇ ਜੇਲ੍ਹ ਚ ਅੰਦਰ ਲਾਉਣੇ ਪੈਂਦੇ ਨੇ ਨਾ ਜਿਹੜੇ ਬੰਦੇ ਲੈਗਜ਼ਰੀ ਲਾਈਫ ਢਾਈ ਉਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਜੇਲ੍ਹ ਦੇ ਰੁੱਟੇ ਖਾਣੀਆਂ ਸਰਕਾਰ ਵੀ ਸੋਧ ਕਰ ਸਕਦੀ ਹੈ ਨਾ ਕਾਨੂੰਨ 'ਚ ਤਾਂ ਕੋਈ ਕਰ ਰਹੀ ਸੀ ਮੇਰੀ ਗੱਲ ਸੁਣ ਮੈਨੂੰ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਐ ਕਿਵੇਂ ਕਰਦੀਏ ਕਾਰਵਾਈ ਜਿਹੜੇ ਪੁਲਿਸ ਵਾਲਾ ਵੱਡਾ ਸਵਾਲ ਸੀ ਵੀ ਐ ਕਿਵੇਂ ਕਾਰਵਾਈ ਕਰਦੀ ਸੀ ਇਹਨਾਂ ਦੇ ਤੱਕ ਹੀ ਆ ਨਾ ਮੈਂ ਕਿਹਾ ਗੋਲੀਆਂ ਗੋਲੀਆਂ ਪਾ ਕੇ ਐਨਡੀਪੀ ਦਾ ਪਰਚਾ ਪਾ ਕੇ ਅੰਦਰ ਸਿੱੜ ਦਿਓ ਕਹਿੰਦੇ ਐ ਕਿਵੇਂ ਧਾਰਾ ਲਾ ਦੀਏ ਕਹਿੰਦੇ ਐ ਗਲਤ ਕਿਵੇਂ ਲਾ ਦੀਏ ਮੈਂ ਕਿਹਾ ਤੁਸੀਂ ਮੇਰੇ ਤੇ ਨਹੀਂ ਧਾਰਾ ਲ ਮੈਂ ਉਹਨੇ ਇੱਕ ਸਵਾਲ ਕਰਿਆ ਮੈਂ ਕਿਹਾ ਤੁਸੀਂ ਮੇਰੇ ਤੇ ਐਸਟ੍ਰੈਕਟ ਲਾਤਾ ਤੁਸੀਂ ਮੰਨਦੇ ਹੋ ਗਲਤੀ ਲੱਗੀ ਸੀ ਤੁਹਾਡੇ ਤੇ ਬਿਲਕੁਲ ਗਲਤ ਲੱਗਾ ਮੈਂ ਕਿਹਨੂੰ ਸਾਬਤ ਕਰਦੇ ਆ ਸੰਗਤ ਖੜੀ ਹੈ ਸਿਰ ਮੇਰਾ ਜੁੱਤੀਆਂ ਇਹਨਾਂ ਦੀਆਂ ਮੂੰਹ ਕਾਲਾ ਬੰਦਾ ਕੋ ਕਰਦੇ ਮੈਂ ਕਿਹਾ ਤੁਸੀਂ ਜਿਹੜੇ ਤੇ ਸਰਕਾਰਾਂ ਮੈਨੂੰ ਇੱਕ ਗੱਲ ਦੱਸ ਬਾਈ ਤੁਸੀਂ ਪੱਤਰਕਾਰ ਹੋ ਤੁਹਾਨੂੰ ਇੰਨੇ ਦਾ ਸਮਾਜ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਨੂੰ ਇੰਨਾ ਕੁ ਤਾਂ ਪਤਾ ਕਿ ਜਦੋਂ ਪੁਲਿਸ ਆਪਣੀ ਕਾਰਵਾਈ ਤੇ ਕਰਨ ਤੇ ਆ ਜੇ ਜਦੋਂ ਐਮਐਲਏ ਦਾ ਫੋਨ ਆਵੇ ਸਰਕਾਰਾਂ ਦਾ ਫੋਨ ਆ ਜੇ ਤਾਂ ਫਿਰ ਆਪਣੇ ਮੁਤਾਬਕ ਉਹ ਧਾਰਾ ਲਾਉਂਦੀਆਂ ਨਹੀਂ ਦੱਸੋ ਬਾਈ ਬਿਲਕੁਲ ਸਹੀ ਗੱਲ ਹੈ ਪਰ ਨੀਤਕੌਰ ਦੇ ਮੈਂ ਤੁਹਾਨੂੰ ਦੱਸ ਦਿੰਦਾ ਐਮਪੀ ਪ੍ਰਨੀਤਕੌਰ ਦੇ ਠੱਗੀ ਹੋ ਗਈ ਸੀਗੀ ਆਨਲਾਈਨ ਤੇ ਪੁਲਿਸ ਨੇ ਦੂਸਰੇ ਦਿਨ ਜਾ ਕੇ ਝਾਰਖੰਡ ਤੋਂ ਪੈਸੇ ਵਾਪਸ ਕਰਾ ਲਏ ਸੀ ਜੋ ਕਰਾਏ ਜਾ ਸਕਦੇ ਆਮ ਲੋਕਾਂ ਦੇ ਵੀ ਕਰਾਏ ਇਹੀ ਠੋਕੋ ਸਾਡੇ ਵਰਗੇ ਕਹਿੰਦੇ ਤੁਸੀਂ ਜਦੋਂ ਪਰਚੇ ਪਾਉਣ ਤੇ ਆਇਆ ਨਾ ਆਜਣ ਇਹੀ ਤਾਂ ਇਹ ਜਿਹੜਾ ਬੰਦ ਨਹੀਂ ਹੋ ਰਿਹਾ ਕੰਮ ਇਹ ਕੰਮ ਆ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਹੁਣ ਇਹ ਏਜੰਟ ਠੱਗ ਕਿਵੇਂ ਰਹੇ ਨੇਗੇ ਏਜੰਟ ਪੈਸਾ ਕਿਵੇਂ ਕਮਾ ਰਹੇ ਨੇਗੇ ਸੁਣੋ ਮੇਰੀ ਗੱਲ ਇਹ ਪੰਜਾਬ ਦੇ ਵਿੱਚ ਇੰਨੇ ਖੁੱਲ ਕਿਉਂ ਗਏ ਇਹਦਾ ਕਾਰਨਿਕ ਆ ਕਿ ਇੱਕ ਤਾਂ ਤੁਸੀਂ ਦੇਖੋ ਲੋਕਾਂ ਨੂੰ ਕਿਵੇਂ ਲਿਜਾਹੁੰਦੇ ਨੇ ਕਿ ਹਰ ਇੱਕ ਮੰਦਰੀ ਐਡ ਕਰਦਾ ਪ੍ਰਮੋਸ਼ਨ ਕਰਦਾ ਸੁਣੋ ਮੇਰੀ ਗੱਲ ਇੱਕ ਮੈਂ ਤੁਹਾਨੂੰ ਦੱਸਦਾ ਇੱਥੇ ਖੜੇ ਐ ਇੱਥੇ ਬਿੱਲਾ ਲੱਗਿਆ ਉਹਨਾਂ ਦੇ ਕਿਸਾਨ ਜੂਨੀਅਨ ਦਾ ਤੇ ਉਹ ਬਾਈ ਜੀ ਨੇ ਇਹੀ ਕਿਹਾ ਕਹਿੰਦੇ ਕਿ ਜਦੋਂ ਅਸੀਂ ਗਏ ਵੀ ਪਰਮਾ ਹੀ ਇਹਨਾਂ ਨੇ ਆ ਕੌਫੀ ਆ ਰਹੀ ਆ ਮਤਲਬ ਇਸ ਤਰੀਕੇ ਦਾ ਉਹ ਕਹਿੰਦੇ ਜਚਾਤ ਤਾਂ ਸਾਨੂੰ ਕਿ ਥੋੜਾ ਮੁੰਡਾ ਤਾਂ ਬਾਹਰ ਗਿਆ ਹੀ ਸਮਝੋ ਕਰ ਲਓ ਉਸੇ ਚੀਜ਼ ਤੇ ਆਉਣਾ ਮੈਂ ਉਸੇ ਚੀਜ਼ ਤੇ ਆਉਣਾ ਹੁਣ ਇਹ ਜਿਹੜੀ ਗੱਲ ਆ ਕਿ ਇਹ ਕੀ ਕਰਦੇ ਨੇਗੇ ਇਹਨਾਂ ਦਾ ਆਨਲਾਈਨ ਕੰਮ ਆ ਸਾਰਾ ਇਹਨਾਂ ਦਾ ਏਜੰਟਾਂ ਦਾ ਸਾਰੇ ਬੰਦੇ ਵੀਡੀਓ ਦੇਖ ਕੇ ਜਾਂਦੇ ਨੇਗੇ ਇਹ ਪਹਿਲਾਂ ਕਹਿੰਦੇ ਨੇ ਦੇਖੋ ਜੀ ਕਈ ਤਾਂ ਇੱਥੇ ਹੁਣ ਮੈਂ ਹੁਣ ਇੱਕ ਵੱਡੇ ਸਾਰੇ ਮੋਟਾ ਜਿਹਾ ਏਜੰਟ ਆ ਉਹ ਕਹਿੰਦਾ ਮੈਂ ਫ੍ਰੀ ਸੇਵਾ ਕਰ ਰਿਹਾ ਮੈਂ ਨੌ ਤਾਂ ਉਹਦਾ ਕਾਣੂ ਲੈਣਾ ਠੀਕ ਹੈ ਉਹ ਫ੍ਰੀ ਸੇਵਾ ਕਰ ਰਿਹਾ ਮੈਂ ਨੌ ਲੈ ਜਨਾਂ ਬਿਨੇ ਹੈਰੀ ਉਹ ਕਹਿੰਦਾ ਮੈਂ ਫ੍ਰੀ ਸੇਵਾ ਕਰ ਰਿਹਾ ਮੈਂ ਇੰਨੇ ਕਿਸੇ ਫ੍ਰੀ ਲਾ ਰਿਹਾ ਉਹ ਕਿਉਂ ਝੂਠ ਬੋਲੀ ਜਾਂਦੇ ਹੋ ਜਦੋਂ ਇਹਨਾਂ ਕੋਲੇ ਬੰਦਾ ਵਾ ਗਿਆ ਫਿਰ ਇਹ ਕਹਿਣ ਗਿਆ ਕਾਗਜ਼ਾਂ ਦੇ ਪੈਸੇ ਦੇ ਦਿਓ ਜੀ ਕਾਗਜ਼ਾਂ ਦਾ ਲੱਖ ਰੁਪਈਆ ਜਮ੍ਹਾਂ ਕਰਾ ਦਿਓ ਇਹ ਤੁਹਾਡੇ ਲੱਗਣੀ ਲੱਗਣਿਆ ਕਾਗਜ਼ਾਂ ਦਾ ਲੱਖ ਰੁਪਈਆ ਬੰਦੇ ਨੇ ਜਮ੍ਹਾਂ ਕਰਾਤਾ ਫਿਰ ਕਹਿਣਗੇ ਜੀ ਤੁਸੀਂ ਆਹ ਡਾਕੂਮੈਂਟ ਲਿਓ ਉਹ ਬੰਦੇ ਕੋਲ ਡਾਕੂਮੈਂਟ ਹੁੰਦੇ ਨਹੀਂ ਇਹ ਡਾਕੂਮੈਂਟ ਅਸੀਂ ਤਿਆਰ ਕਰਦਾਂਗੇ ਸਾਰੇ ਇਹ ਡਾਕੂਮੈਂਟਾਂ ਦਾ ਇੰਨਾ ਪੈਸਾ ਜਮ੍ਹਾਂ ਕਰਾ ਦਿਓ ਫਿਰ ਬੰਦੇ ਤੋਂ 1.5 ਤੋਂ 2 ਲੱਖ 3 ਲੱਖ ਨੂੰ ਫਿਰ ਬੰਦਾ ਮੰਨਤਾ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਨੇ ਫੰਡ ਸ਼ੋਅ ਕਰਨੇ ਆ ਫੰਡ ਸ਼ੋਅ ਕਰਨੇ ਆ ਹੁਣ ਜਿਹੜਾ ਬੰਦੇ ਇਹ ਜਿਹੇ ਸਾਰੇ ਬੇਰਜ਼ਗਾਰ ਤੋਰੇ ਫਿਰਦੇ ਨੇ ਜਿਹੜਾ ਬੰਦਾ ਕਹਿੰਦਾ ਫੰਡ ਸ਼ੋਅ ਕਰਨੇ ਆ ਹੁਣ ਕਿਹਦੇ ਕੋਲੇ 10 ਲੱਖ ਰੁਪਏ ਦੇਖੋ 10 ਲੱਖ ਖਾਤੇ ਚ ਉਹ ਜਾਊਗਾ ਹੀ ਕਿਉਂ ਉਹ ਕੀ ਕਰਦੇ ਨੇ ਫਿਰ ਉਹ ਕਹਿੰਦਾ ਸਾਡੇ ਕੋਲੇ ਫੰਡ ਸ਼ੋਅ ਕਰਨ ਨੂੰ ਹੈ ਨਹੀਂ ਲਿਆਓ ਜੀ 4 ਲੱਖ ਰੁਪਏ ਉਹਦਾ ਐਵੇਂ ਐਵੇਂ ਕਰਦੇ 12-13 ਲੱਖ ਤੇ ਪਹੁੰਚ ਗਏ ਫਿਰ ਉਸ ਤੋਂ ਬਾਅਦ ਆ ਡਾਕੂਮੈਂਟ ਨਹੀਂ ਹੈਗਾ ਆ ਡਾਕੂਮੈਂਟ ਨਹੀਂ ਹੈਗਾ ਫਿਰ ਐਵੇਂ ਪੈਸੇ ਬਣਾਉਂਦੇ ਨੇ ਇਹ ਤਾਂ ਐਵੇਂ ਬਣਾਉਂਦੇ ਨੇ ਫਿਰ ਇੱਕ ਸਟੱਡੀ ਵੀ ਦੇ ਆ ਗਏ ਇਹ ਸਟੱਡੀ ਵੀ ਚ ਐਵੇਂ ਕਰਦੇ ਨੇ ਟੂਰਿਸਟ ਵੀ ਐਵੇਂ ਕਰਦੇ ਨੇ ਵਰਕ ਪਰਮਿਟ ਵੀ ਐਵੇਂ ਕਰਦੇ ਨੇ ਪਰ ਇਹ ਹੁਣੇ ਪਿਛਲੇ ਸਮੇਂ ਵੀ ਪੈਸੇ ਅਸੀਂ ਸਾਰੇ ਬਾਅਦ ਚ ਲੈਣੇ ਆ ਜੀ ਪਹਿਲਾਂ ਅਸੀਂ ਲੈਣੀ ਨਹੀਂ ਹੁਣ ਦੱਸੋ ਮੈਂ ਤੁਹਾਨੂੰ ਦੱਸਦਾ ਇਹੀ ਸਾਰੇ ਹੀ ਇਹ ਕਹਿੰਦੇ ਨੇਗੇ ਸਾਰੇ ਹੀ ਵੀਡੀਓ ਦੇ ਵਿੱਚ ਹੀ ਕਹਿੰਦੇ ਨੇ ਮੈਨੂੰ ਇਹ ਤਾਂ ਦੱਸੋ ਵੀ ਕਿਹੜੇ ਬੰਦੇ ਨੇ ਫ੍ਰੀਚ ਕੋਈ ਭੇਜਤਾ ਜਾਂ ਬਾਹਰ ਜਾ ਕੇ ਪੈਸੇ ਦਿੰਦੇ ਉਹਨਾਂ ਨੇ ਸਾਰੀ ਪਹਿਲਾਂ ਲੈਂਦੇ ਨੇਗੇ ਹੁਣ ਮੈਂ ਇਹਨੇ ਪੈਸੇ ਮੜਵਾਉਣ ਚ ਕੰਮ ਜਮ ਕਿਉਂ ਹੋਇਆ ਤੁਸੀਂ ਇਹ ਦੱਸੋ ਵੀ ਮੇਰੇ ਕੋਲੇ ਕੋਈ ਮੈਂ ਐਮਐਲਏ ਆ ਮੈਂ ਕੋਈ ਅਫਸਰ ਆ ਮੈਂ ਕੁਝ ਨਹੀਂ ਮੈਂ ਵਾਲ ਉਹੀ ਆ ਨਾ ਵੀ ਜੋ ਪੁਲਿਸ ਨਹੀਂ ਕਰਾ ਸਕੀ ਵੀ ਭਾਨਾ ਸਿੱਧੂ ਕਿਸ ਤਰੀਕੇ ਦੇ ਨਾਲ ਕੀ ਡਰਾਇਆ ਜਾਂਦਾ ਲੋਕਾਂ ਨੂੰ ਉਹੀ ਜਿਹੜੇ ਤੁਹਾਡੇ ਤੇਲ ਦਾ ਇਹਨਾਂ ਦਾ ਕੰਮ ਸਾਰਾ ਚੱਲਦਾ ਆਨ ਇਨਰ ਕੰਮ ਸਰ ਚੱਲਦਾ ਸਾਰਾ ਕੁਝ ਆਨਲਾਈਨ ਸਿਸਟਮ ਚੱਲਦਾ ਠੀਕ ਆ ਇਹ ਵੀਡੀਓ ਪਾ ਕੇ ਉਹਦੀਆਂ ਪ੍ਰੋਮੋਸ਼ਨਾਂ ਜਿਸ ਵੀ ਤਰ੍ਹਾਂ ਤੋਂ ਐਕਟਰਾਂ ਸੰਗਰਾਂ ਤੋਂ ਕਲਾਕਾਰਾਂ ਤੋਂ ਆਪਣੇ ਪ੍ਰੋਮੋਸ਼ਨਾਂ ਕਰਾਉਂਦੇ ਨੇਗੇ ਠੀਕ ਆ ਨਾ ਗੱਲ ਆ ਦੇਖੋ ਜੀ ਇੰਨੇ ਵੀਜੇ ਲਾ ਕੇ ਫਿਰ ਉੱਥੇ ਐ ਜਾ ਕੇ ਖੋਲ ਲੈਂਦੇ ਨੇ ਲੰਮੀ ਲਿਸਟ ਇੰਨੇ ਵੀਜੇ ਲਾ ਕੇ ਆਨਲਾਈਨ ਮੈਂ ਜਿਹੜੇ ਏਜੰਟ ਦਿਆਂ ਕਰਾਂ ਆਨਲਾਈਨ ਹੋ ਕੇ ਵੀਡੀਓ ਪਾਤੀ ਕੰਮ ਇਹ ਹਿਸਾਬ ਨਾਲ ਉਸ ਤੋਂ ਬਾਅਦ ਜ਼ੀਰੋ ਆ ਉਹਦਾ ਕੰਮ ਬੰਦ ਹੈ ਬੰਦਾ ਨਹੀਂ ਲੋਕ ਜਾਣੋ ਹਟ ਜਾਂਦੇ ਨੇ ਠੋਕਤਾ ਏਜੰਟ ਨੂੰ ਵੀ ਆ ਏਜੰਟ ਨੂੰ ਦੇਖੋ ਆ ਜਾਣ ਠੱਗ ਆ ਉਹਦਾ ਕੰਮ ਬਿਲਕੁਲ ਬੰਦ ਹੈ ਬਾਕੀ ਅਗਲੀ ਗੱਲ ਇਹ ਹੈ ਕਿ ਬੰਦਾ ਇਹ ਥਾਣਾ ਥੂਣਾ ਦੇ ਵਿੱਚ ਪੈਸੇ ਦੇ ਕੇ ਨਿਕਲਿਆ ਉਹਨਾਂ ਜਦੋਂ ਇੱਕ ਬੰਦਾ ਸਮਾਜ ਦੇ ਵਿੱਚ ਜਲੀਲ ਮੈਂ ਵੀਡੀਓ ਪਾ ਕੇ ਕਰਤਾ ਤਾਂ ਉਹ ਸਾਬਲਾ ਵੀ ਉਹਦੀ ਫੱਟੀ ਪੁੱਜ ਗਈ ਉਹ ਚਾਹੇ ਕੈਨੇਡਾ 'ਚ ਬੈਠਾ ਚਾਹੇ ਦबई 'ਚ ਬੜਾ ਜਿੱਥੇ ਮਰਜੀ ਏਜੰਟ ਬੈਠਾ ਮਤਲਬ ਫਿਰ ਕੰਮ ਨਹੀਂ ਚੱਲਦਾ ਉਹਦਾ ਹਣਾ ਚੱਲੂ ਚੱਲਦਾ ਵੀ ਨਹੀਂ ਤੇ ਉੱਥੇ ਛਿੱਤਰ ਵੀ ਪੈਂਦੇ ਨੇਗੇ ਜੇ ਕਿਤੇ ਬਾਹਰ ਵੀ ਅਗਲੀ ਗੱਲ ਹੁਣ ਜਿਹੜੀ ਕਿ ਇੱਕ ਤਾਂ ਇਹ ਗੱਲੂਗੀ ਪੈਸੇ ਮੜਵਾਉਣ ਦੇ ਵਿੱਚ ਕਾਮਜਮਾ ਇਹ ਹੋਇਆ ਜਿਹੜੀ ਤੁਹਾਡੇ ਤੇ ਗੱਲ ਦੱਸਨੀ ਆ ਮੈਂ ਉਹ ਮੇਨ ਗੱਲ ਹੁਣ ਜਿਹੜੇ ਲੋਕ ਮੈਂ ਵੈਸੇ ਕਹਿਣਾ ਵੀ ਭਾਈ ਪੰਜਾਬ ਦੇ ਵਿੱਚ ਸਾਰੇ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਵੀ ਜਿੰਨੇ ਵੀ ਨੌਜਵਾਨੋ ਵੀ ਇੱਥੇ ਪੰਜਾਬ ਦੇ ਵਿੱਚ ਕੰਮ ਕਰੋ ਪੰਜਾਬ ਦੀ ਧਰਤੀ ਬੇਲੀ ਹੋ ਗਈ ਪ੍ਰਵਾਸ ਜਿਹੜਾ ਕਿ ਬਹੁਤ ਵੱਡਾ ਹੋ ਗਿਆ ਪੰਜਾਬ ਦੀ ਧਰਤੀ ਦੇ ਉੱਪਰ ਹੋਰਾਂ ਵਿਦੇਸ਼ਾਂ ਦਾ ਕਬਜ਼ਾ ਹੋ ਜਾਂਦਾ ਮੈਂ ਇਹ ਗੱਲ ਕਹਿਣਾ ਪਰ ਇਸ ਗੱਲਾਂ ਨੂੰ ਜੇ ਅਸਰ ਕਿਸੇ ਤੇ ਨਹੀਂ ਹੁੰਦਾ ਫਿਰ ਵੀ ਕਹਿੰਦੇ ਨੇ ਅਸੀਂ ਬਾਹਰ ਜਾਣਾ ਅਜ ਤਾਂ ਠੱਗੀ ਮਰਵਾਵਾਂਗੇ ਤਾਂ ਖੂਜ ਡਿੱਗਾਂਗੇ ਖੂਦ ਡਿੱਗਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਇੱਕ ਲੋਕਾਂ ਨੂੰ ਇੱਕ ਗੱਲ ਮੈਂ ਕਹੀ ਆ ਜੇ ਤੁਸੀਂ ਖੂਦ ਡਿੱਗਣਾ ਹੀ ਆ ਤਾਂ ਇੱਕ ਗੱਲ ਦੱਸਦਾ ਵੀ ਜਿਹੜੇ ਵੀ ਏਜੰਟ ਤੋਂ ਤੁਸੀਂ ਆਪਣਾ ਵੀਜ਼ਾ ਲਵਾ ਰਹੇ ਹੋ ਠੀਕ ਆ ਨਾ ਗੱਲ ਜਿਹੜੇ ਮਰਜੀ ਏਜੰਟ ਤੋਂ ਲਵਾਓ ਮੈਨੂੰ ਕਹਣਗੇ ਤੂੰ ਦੱਸ ਦੇ ਕਿਹੜੇ ਏਜੰਟ ਤੋਂ ਤੇ ਲਵਾਈਏ ਵੀਜ਼ਾ ਜਾਂ ਕਈ ਏਜੰਟਾਂ ਨੇ ਮੇਰੇ ਕੋਲ ਆ ਕੇ ਇਹ ਗੱਲ ਕਹੀ ਆ ਬਈ ਬਾਈ ਸਾਨੂੰ ਸਾਡਾ ਨਾਮ ਲੈਦੇ ਅਸੀਂ ਜੇ ਅਸੀਂ ਕੋਈ ਠੱਗੀ ਨਹੀਂ ਮਾਰਾਂਗੇ ਅਸੀਂ ਇਹ ਨਹੀਂ ਕਰਾਂਗੇ ਜੋ ਨਹੀਂ ਕਰਾਂਗੇ ਤੂੰ ਸਾਡੀ ਸਾਡਾ ਇੱਕ ਵਾਰੀ ਕਹਦੇ ਵੀ ਇਹ ਤੋਂ ਵੀਜ਼ਾ ਲਵਾ ਲਓ ਉਹ ਮਖਾਂ ਭਲੇ ਮਾਨਸੋ ਤੁਸੀਂ ਸਾਰੀ ਠਾਗੋ ਬਾਕੀ ਭਾਨ ਨੇ ਫਿਰ ਲੋਕਾਂ ਨੇ ਕਹਦਾ ਨੇ ਭ ਇਹੀ ਤਾਂ ਮੇਰੇ ਤੇ ਇਲਜ਼ਾਮ ਲੱਗਣਾ ਹੁਣ ਮੈਂ ਇੱਕ ਇੱਕ ਨਵੀਂ ਗੱਲ ਜਿਹੜੀ ਉਹ ਪਾਸ ਕਰੀ ਆ ਹੋਇਆ ਵੀ ਜਿਹੜੇ ਵੀ ਤੁਸੀਂ ਪੀਜ਼ਾ ਲਵਾਉਣਾ ਇੱਕ ਤਾਂ ਏਜੰਟ ਦੇ ਨਾਲ ਫੋਟੋ ਖਿਚਾਉਣੀ ਆ ਇੱਕ ਉਹਦੇ ਨਾਲ ਵੀਡੀਓ ਬਣਾਉਣੀ ਆ ਵੀ ਆ ਦੇਖੋ ਜੀ ਵੀਡੀਓ ਬਣਾਉਣੀ ਆ ਸ਼ੁਰੂਆਤ 'ਚ ਵੀ ਸ਼ੁਰੂਆਤ ਜੀ ਵੀ ਦੇਖੋ ਜੀ ਅਸੀਂ ਤੁਹਾਡੇ ਤੋਂ ਵੀ ਜਿਹੜੀਆਂ ਜਿਹੜੀਆਂ ਗੱਲਾਂ ਨੇ ਵੀ ਸਾਨੂੰ ਕਿਹੜੀ ਕੰਟਰੀ ਦਾ ਵੀਜ਼ਾ ਲਾ ਰਹੇ ਹੋ ਕਿਹੜਾ ਵੀਜ਼ਾ ਲਾ ਰਹੇ ਹੋ ਕਿੰਨੇ ਪੈਸੇ ਲਾ ਰਹੇ ਹੋ ਹੈਨਾ ਵੀ ਰਿਕਾਰਡ ਕਰਕੇ ਰੱਖ ਲਓ ਸਾਰਾ ਕੁਝ ਹੁਣ ਇਹ ਗੱਲ ਆ ਵੀ ਇਹਦੇ ਵਿੱਚੋਂ ਏਜੰਟ ਕੋਈ ਵੀ ਵੀਡੀਓ ਕੋਈ ਵੀ ਫੋਟੋ ਬਹੁਤ ਘੱਟ ਬਣਾਉਣਗੇ ਜਿਹੜਾ ਤਾਂ ਬੰਦਾ ਹੋਊ ਅ ਉਹ ਵੀਡੀਓ ਬਿਲਕੁਲ ਨਹੀਂ ਬਣਾਉ ਫੋਟੋ ਵੀ ਨਹੀਂ ਖਿਚਾਉ ਇਹ ਕੰਮ ਵਿੱਚ ਇਹਦੇ ਵਿੱਚ ਕੰਮ ਚੋਰੀ ਦਾ ਹੁਣ ਮੈਂ ਕਿਉਂ ਗੱਲ ਕਹਿਣਾ ਵੀ ਜਿਹੜੇ ਤੁਸੀਂ ਫਿਰ ਉਹਦੇ ਵਿੱਚ ਖੂਚ ਜਾ ਕੇ ਘੋਟੇ ਕਿਤੇ ਜਿਹੜਾ ਬੰਦਾ ਤੁਹਾਡੇ ਨਾਲ ਫੋਟੋ ਨਹੀਂ ਖਿਚਾ ਰਿਹਾ ਜਿਹੜਾ ਬੰਦਾ ਵੀਡੀਓ ਨਹੀਂ ਤੁਹਾਡੇ ਨਾਲ ਬਣਾ ਰਿਹਾ ਚੋਰ ਤਾਂ ਪਹਿਲੇ ਸਾਹਤ ਹੋ ਰਿਹਾ ਫਿਰ ਤੁਸੀਂ ਕਿ ਉਸ ਦੇ ਵਿੱਚ ਜਾ ਕੇ ਡਿੱਗ ਰਹੇ ਹੋ ਇੱਕ ਗੱਲ ਮੈਂ ਗੱਲ ਇਹ ਸਾਰੇ ਪੰਜਾਬ ਨੂੰ ਕਹਤੀ ਵੀ ਜਿਹੜਾ ਆ ਸਾਡਾ ਦਸੰਬਰ ਮਹੀਨਾ ਚੱਲਦਾ ਨਾ ਆ ਦਸੰਬਰ ਮਹੀਨੇ ਦਾ ਹੁਣ ਅਸੀਂ ਆ ਜਿਹੜਾ ਦਸੰਬਰ ਮਹੀਨੇ ਦਾ ਜਨਵਰੀ ਮਹੀਨੇ ਵਾਲਾ ਬੰਦਾ ਆਊਗਾ ਜਾਂ ਤਾਂ ਉਹ ਸਾਡੇ ਕੋਲੇ ਏਜੰਟਾਂ ਦੀਆਂ ਫੋਟੋਆਂ ਦੇ ਵੀਡੀਓ ਲੈ ਕੇ ਆਵੇ ਵੀ ਆ ਅਸੀਂ ਫੋਟੋ ਖਿੱਚਾਈ ਅਸੀਂ ਵੀਡੀਓ ਖਿੱਚ ਕਰਾਈ ਹੋਈ ਹੈ ਇਹਦੇ ਖਿਲਾਫ ਵੀ ਸਾਡੇ ਪੈਸੇ ਨਹੀਂ ਮੁੜਦੇ ਇਹਦੇ ਖਿਲਾਫ ਤੁਹਾਨੂੰ ਵੀ ਸੌਖਾ ਹੋ ਜਾਂਦਾ ਹੈ ਨਾ ਉਹਦੇ ਉਹਦੇ ਵਿੱਚ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਹਿਯੋਗ ਦੇਵਾਂਗੇ ਹੁਣ ਜੇ ਇਹ ਬੰਦੇ ਦੀ ਕੋਈ ਕੋਈ ਵੀ ਇਹ ਬੰਦਾ ਪਾਲਣਾ ਨਹੀਂ ਕਰੂ ਇਸ ਚੀਜ਼ ਦੀ ਫੋਟੋ ਨਹੀਂ ਖਿੱਚਾਉਂਦਾ ਏਜੰਟ ਨਾਲ ਵੀਡੀਓ ਨਹੀਂ ਬਣਾਉਂਦਾ ਸਾਡੇ ਕੋਲੇ ਆ ਕੇ ਆਖੂ ਵੀ ਦੇਖੋ ਵੀ ਆ ਏਜੰਟ ਦੇ ਪੈਸੇ ਇੱਥੋਂ ਵਾਪਸ ਕਰਵਾ ਅਸੀਂ ਉਹਦਾ ਸਾਥ ਇਹ ਜਿੰਨੇ ਵੀ ਜਿਹੜੇ ਇਮਾਨਦਾਰ ਏਜੰਟ ਨੇਗੇ ਉਹ ਫੋਟੋ ਵੀ ਖਿਚਾਓ ਵੀਡੀਓ ਵੀ ਬਣਾਓ ਅਗਲੇ ਤਾਂ ਕੋਈ ਏਦਾਂ ਹੋਇਆ ਵੀ ਕੇਸ ਪੁੱਠਾ ਹੋ ਗਿਆ ਹੋਵੇ ਕੋਈ ਬੰਦਾ ਆਇਆ ਹੋਵੇ ਫਰਿਆਦ ਲੈ ਕੇ ਅੱਗੇ ਏਜੰਟ ਠੀਕ ਨਿਕਲਿਆ ਹੋਵੇ ਇਸ ਤਰੀਕੇ ਦਾ ਵੀ ਕੇਸ ਆਇਆ ਮੈਂ ਨੌ ਨਹੀਂ ਲੈਂਦਾ ਘਟੋ ਘਟ ਮਹਾਲੀ ਦੇ 10 10 ਏਜੰਟ ਟੌਪ ਦੇ ਇੱਥੇ ਘਰੇ ਆ ਕੇ ਪੈਸੇ ਮੁੜ ਗਏ ਨੇ ਉਹ ਚਲੰਦਰ ਦੇ ਘਟੋ ਘਟ 60 70 ਏਜੰਟ ਇਹ ਜਿਹਨੇ ਜਿਹੜੇ ਘਰੇ ਆ ਕੇ ਪੈਸੇ ਮੁੜ ਗਏ ਨੇ ਬਈ ਸਾਡੀ ਵੀਡੀਓ ਨਾ ਪਾਈ ਸਾਡੇ ਨਹੀਂ ਪਾਈ ਪਾਈ ਵੀ ਨਹੀਂ ਉਹਨਾਂ ਦੀ ਮੈਂ ਉਹਨਾਂ ਦੇ ਮੈਂ ਖਿਲਾਫ ਵੀ ਨਹੀਂ ਬੋਲਿਆ ਜਿਹੜਾ ਬੰਦਾ ਕਿਸੇ ਹੱਕਾਂ ਦਾ ਜਿਹੜਾ ਪੈਸਾ ਖਾਦਾ ਹੋਆ ਵਾਪਸ ਕਰਦਾ ਉਹਦੇ ਮੈਂ ਖਿਲਾਫ ਵੀਡੀਓ ਪਾਉਂਦਾ ਵੀ ਨਹੀਂ ਅਗਲੀ ਗੱਲ ਸੁਣ ਲੈ ਬਾਈ ਕੱਲੀ ਹੁਣ ਕੱਲਾ ਆਪਣਾ ਇਹ ਏਜੰਟਾਂ ਵਾਲਾ ਮਸਲਾ ਨਹੀਂ ਹੈਗਾ ਮੈਂ ਉਹੀ ਉਹੀ ਗੱਲ ਕਰ ਰਿਹਾ ਸੀ ਕਿ ਮੈਨੂੰ ਵੀ ਇੱਥੇ ਆਉਣ ਤੋਂ ਪਹਿਲਾਂ ਇਹ ਸੀ ਕਿ ਸ਼ਾਇਦ ਸਾਰੇ ਏਜੰਟਾਂ ਵਾਲੇ ਹੋਣਗੇ ਕੋਈ ਮਾਤਾ ਆਪਣਾ ਘਰੇਲੂ ਪ੍ਰੋਬਲਮ ਹੈ ਕੋਈ ਬੱਚੀ ਆ ਉਹ ਬਸ ਨਹੀਂ ਰਹੀ ਆ ਪਰਿਵਾਰ ਸਹੁਰਾ ਪਰਿਵਾਰ ਨਹੀਂ ਰੱਖ ਰਿਹਾ ਕੋਈ ਮਹਿਲਾ ਜਿਹਦੇ ਹਸਬੈਂਡ ਦੀ ਡੈਥ ਹੋ ਗਈ ਉਹਦੇ ਚਾਚੇ ਆ ਸਹੁਰਾ ਉਹਨੂੰ ਤੰਗ ਕਰ ਰਿਹਾ ਜਾ ਮਤਲਬ ਇਸ ਤਰੀਕੇ ਦੇ ਦੂਜੇ ਘਰੇਲੂ ਮਸਲੇ ਵੀ ਲੋਕ ਤੁਹਾਡੇ ਕੋਲ ਲੈ ਕੇ ਆ ਰਹੇ ਨੇ ਇਹ ਤਾਂ ਤੁਹਾਡਾ ਬਰਡਨ ਬਹੁਤ ਵੱਜੂਗਾ ਫਿਰ ਚਲੋ ਮੇਰੀ ਗੱਲ ਸੁਣੋ ਜਿਹੜੀ ਇਹ ਮਸਲੇ ਲੋਕ ਲੋਕ ਲੈ ਕੇ ਆ ਰਹੇ ਨੇ ਜਿੰਨੇ ਕੁ ਜਿਓਗ੍ਰਾਫੀ ਮਸਲੇ ਹੱਲ ਕਰੀ ਵੀ ਜਾਣੇ ਆ ਅਗਲੀ ਗੱਲ ਵੀ ਕੱਲਾ ਇਹੀ ਮਸਲੇ ਤੇ ਘਰਾਪਾ ਨਹੀਂ ਖੜਿਆ ਆਪਣੀ ਲੜਾਈ ਪੰਜਾਬ ਲਈ ਆਪਾਂ ਸੋਚ ਰਹੇ ਆ ਕੱਲਾ ਅੱਜ ਤੋਂ ਨਹੀਂ ਮੈਂ ਲੱਗਿਆ ਇਹ ਤੁਸੀਂ ਮੇਰਾ ਪਿਛਲਾ ਸਮਾਂ ਮੇਰਾ ਫਰੋਲ ਕੇ ਦੇਖ ਲਓ ਮੈਂ ਜੇਲ੍ਹ ਵੀ ਜਾ ਆ ਸਰਕਾਰ ਨੇ ਮੈਨੂੰ ਕੁੱਟ ਵੀ ਲਿਆ ਮਾਰ ਵੀ ਲਿਆ ਜਿਵੇਂ ਮਾਫੀ ਮੰਗ ਕੇ ਨਿਕਲਣਾ ਹੁੰਦਾ ਮੈਂ ਇੱਕ ਦਿਨ ਦੇ ਵਿੱਚ ਹਵਾ ਲਾਚੋਂ ਬਾਹਰ ਨਿਕਲਿਆ ਹੁੰਦਾ ਹੈਨਾ ਇਹ ਕੰਮ ਆ ਇਸ ਕਰਕੇ ਇਹ ਜਿਹੜੇ ਪਰਚੇ ਹੋਏ ਨੇ ਕਿ ਪੰਜਾਬੀ ਮਾਂ ਬੋਲੀ ਲਈ ਪਰਚੇ ਤੇ ਤਾਂ ਜ਼ਮਾਨਤੀ ਹੋਵੋਗੇ ਚੱਲ ਰਹੀ ਹੈ ਜ਼ਮਾਨਤ ਚੱਲ ਰਹੀ ਹੈ ਪਾਉਂਆ ਵੀ ਮਾਂਬੋਲੀ ਲਈ ਪਰਚੇ ਹੋਣੇ ਕਿਸਾਨੀ ਅੰਦੋਲਨ ਦੀ ਗੱਲ ਕਰ ਲੋ ਜਾਂ ਉਸ ਤੋਂ ਪਹਿਲਾਂ ਜਿਹੜਾ ਗੱਲਾਂ ਕਰੋਂਗੇ ਜਾਂ ਜਿਹੜੇ ਇਹ ਜੇ ਟੋਲਾ ਵਾਲੀਆਂ ਲੜਾਈਆਂ ਜਿਹੜੀਆਂ ਸਾਡੀਆਂ ਹੋਰ ਪੰਜਾਬੀ ਜਿਹੜੇ ਸਾਡੇ ਪੰਜਾਬ ਦੇ ਇਤਿਹਾਸ ਦੀਆਂ ਲੜਾਈਆਂ ਮੈਂ ਇੱਕ ਪੰਜਾਬ ਦਾ ਆਮ ਜਾਂ ਨੌਜਵਾਨ ਹੋਣ ਦੇ ਨਾਤੇ ਮੈਂ ਹਰ ਇੱਕ ਤਰਨ ਦੇ ਵਿੱਚ ਉਹਨੂੰ ਮਿਲੂੰਗਾ ਜਾ ਮੇਰਾ ਵੀਡੀਓ ਦੇਖ ਲੋ ਚੱਕ ਕੇ ਜਾਂ ਤੁਹਾਨੂੰ ਦੇਖ ਲੋ ਮੈਂ ਹਰ ਇੱਕ ਧਰਨੇ ਦੇ ਵਿੱਚ ਹਰ ਇੱਕ ਨੋਨ ਦੇ ਵਿੱਚ ਮਿਲੂੰਗਾ ਮੈਨੂੰ ਇਹ ਆ ਵੀ ਸਾਨੂੰ ਸਾਡ ਲਈ ਲੜਨਾ ਪੰਜਾਬ ਲਈ ਬਹੁਤ ਜ਼ਰੂਰੀ ਆ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਜੋ ਪੰਜਾਬ ਦੀ ਰਾਜਨੀਤੀ ਆ ਜੋ ਦਿੱਲੀ ਦੀ ਰਾਜਨੀਤੀ ਆ ਜੋ ਨੈਸ਼ਨਲ ਪਾਰਟੀਆਂ ਨੇ ਗਿਆ ਉਹ ਉਹਨਾਂ ਦੀ ਅੱਖ ਕੀ ਆ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਹੁਣ ਸਾਡੇ ਦੇ ਵਿੱਚ ਰਲ ਕੇ ਸਾਡੇ ਲੀਡਰ ਜਿੰਨੇ ਵੀ ਸਾਡੇ ਲੀਡਰ ਨੇਗੇ ਅੱਜ ਤੱਕ ਜਿੰਨੇ ਵੀ ਸੀਐਮ ਪੰਜਾਬ ਦੇ ਬਣੇ ਨੇਗੇ ਜਾਂ ਐਮਪੀ ਬਣੇ ਨੇ ਜਾਂ ਐਮਐਲਏ ਬਣੇ ਨੇ ਸਾਰਿਆਂ ਦੇ ਦੇ ਗੱਲ ਦੇ ਵਿੱਚ ਪਟਾ ਦਿੱਲੀ ਦਾ ਰਿਹਾ ਦਿੱਲੀ ਪੰਜਾਬ ਨੂੰ ਕੀ ਚਾਹੁੰਦੀ ਆ ਦਿੱਲੀ ਪੰਜਾਬ ਨੇ ਅਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤਾ ਕੀ ਤੁਸੀਂ ਸਿਰੂ ਤੋਂ ਇਤਿਹਾਸ ਫਰੋੜ ਲਓ ਜਦੋਂ ਤੇ ਦੇਸ਼ ਆਜ਼ਾਦ ਹੋਇਆ ਜਾਂ ਵੈਸੇ ਮੁਗਲ ਸਮਰਾਜ ਦੀ ਗੱਲ ਕਰ ਲਓ ਮੁਗਲ ਸਮਰਾਜ ਦੀ ਜਿਹੜੀ ਦਿੱਲੀ ਦੀ ਹਕੂਮਤ ਸੀ ਉਹ ਵੀ ਤਾਂ ਪੂਰੇ ਦੇਸ਼ ਤੇ ਸਾਡੇ ਸਿੱਖਾਂ ਤੇ ਭਾਰੀ ਪੈਂਦੀ ਰਹੀ ਆ ਨਾ ਇਸ ਤੋਂ ਬਾਅਦ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਪੰਜਾਬ ਦੇ ਨਾਲ ਕਿੰਨੇ ਤੱਕੇ ਹੁੰਦਿਆ ਨੇ 1947 ਤੋਂ ਬਾਅਦ ਦੀ ਗੱਲ ਕਰ ਲਓ ਪੰਜਾਬ ਨੇ ਪੰਜਾਬੀ ਸੂਬਾ ਲੜ ਕੇ ਲਿੱਤਾ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਦੇ ਉਹ ਕਿਹੜੇ ਹੱਕ ਨੇ ਜਿਹੜੇ ਦਿੱਲੀ ਨੇ ਮਾਰੇ ਨਹੀਂ ਹੈਗੇ ਇਸ ਕਰਕੇ ਜਿਹੜੀ ਨੈਸ਼ਨਲ ਪਾਰਟੀ ਨੇ ਪੰਜਾਬ ਨੂੰ ਇੱਕ ਮੋਹਰਾ ਬਣਾ ਕੇ ਪੂਰੇ ਭਾਰਤ ਦੇ ਵਿੱਚ ਰਾਜਨੀਤੀ ਕਰਦੇ ਨੇ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਸਾਨੂੰ ਇਹ ਲੜਾਈ ਜਿਹੜੀ ਸੈਂਟਰ ਗਵਰਨਮੈਂਟ ਦੀ ਲੜਾਈ ਆ ਜਾਂ ਆਰਐਸਐਸ ਜੋ ਕੁਝ ਚਾਹੁੰਦੀ ਆ ਜੋ ਕੁਝ ਕਰ ਰਹੀ ਆ ਇਹਦੇ ਨਾਲ ਸਾਨੂੰ ਸਾਨੂੰ ਲੜਾਈ ਸਾਡੀ ਪੰਜਾਬ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਲੜਨੀ ਪੈਣੀ ਆ ਸਾਨੂੰ ਅੰਦੋਲਨਾਂ ਦੇ ਵਿੱਚ ਸਾਨੂੰ ਮਾਰਚਾਂ ਦੇ ਵਿੱਚ ਜੇ ਨਵੀਂ ਪਾਰਟੀ ਬਣਾਉਣੀ ਪਊ ਫਿਰ ਇਹਦਾ ਮਸਲਾ ਜਿਹੜੀ ਨਵੀਂ ਪਾਰਟੀ ਬਣਾਉਣ ਵਾਲੀ ਗੱਲ ਆ ਨਵੀਂ ਪਾਰਟੀ ਵਾਲੀ ਬਣਾ ਜੇ ਜਿਹੜੇ ਪੰਜਾਬ ਦਾ ਖੇਤਰੀ ਲੋਕ ਹੋਣਗੇ ਜੋ ਕੋਈ ਪੰਜਾਬ ਦੀ ਗੱਲ ਕਰਨਗੇ ਵੈਸਾ ਕਿਵੇਂ ਤਾਂ ਬਾਦਲਾਂ ਲਈ ਪਹਿਲਾਂ ਬਾਦਲ ਵੀ ਘੁੰਮ ਰਹੇ ਨੇ ਸੀ ਪੰਜਾਬ ਦੇ ਖੇਤਰੀਆਂ ਅਸੀਂ ਸ਼੍ਰੋਮਣੀ ਕਾਲੇਦਾਲ ਜਦੋਂ ਜਦੋਂ ਭਾਜਪਾ ਨਾਲ ਫਿਰ ਗੱਠਜੋੜ ਹੋ ਜਾਂਦਾ ਨਾ ਫਿਰ ਫੇਰ ਉਹੀ ਦਿੱਲੀ ਵਾਲੀ ਗੱਲ ਆ ਜਾਂਦੀ ਗੱਠਜੋੜ ਹੋ ਗਿਆ ਉਹਨਾਂ ਨੇ ਕਿੰਨੇ ਜਿਹੜੇ ਸਮਝੌਤੇ ਕਰ ਕਰਕੇ ਜਿਹੜੇ ਪੰਜਾਬ ਨੂੰ ਵੇਚਿਆ ਪੰਜਾਬ ਦੇ ਹੱਕ ਵਿੱਚ ਜਾਂ ਕਿਸਾਨੀ ਅੰਦੋਲਨ ਕਿਸਾਨੀ ਬੇਲਾਂ ਦੀ ਗੱਲ ਕਰ ਲੋ ਉਹਨਾਂ ਨੇ ਸਾਰਾ ਕੁਝ ਕੀਤਾ ਨਾ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਇਸੇ ਵਿੱਚ ਇਮਾਨਦਾਰ ਬੰਦੇ ਵੀ ਹੈਗੇ ਨੇ ਠੀਕ ਹੈ ਹੁਣ ਇਮਾਨਦਾਰ ਬੰਦੇ ਜੇ ਚੰਗੇ ਆਉਣ ਚੰਗੇ ਰਾਜਨੀਤੀ 'ਚ ਆਉਣਗੇ ਤਾਂ ਜੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਬਣੇ ਜਿਹੜਾ ਇਹੋ ਜਿਹਾ ਸੀਐਮ ਹੋਵੇ ਜਿਹੜਾ ਅੱਖਾਂ ਜਿਵੇਂ ਅੱਖ ਪਾ ਕੇ ਜਿਹੜਾ ਗੱਲ ਕਰਨ ਕਰਨ ਯੋਗ ਹੋਵੇ ਹੁਣ ਕੀ ਹੈ ਹੁਣ ਜਿਹੜਾ ਸੀਐਮ ਸੈਂਟਰ ਦੇ ਸਰਕਾਰ ਦੇ ਵਿੱਚ ਅੱਖਰ ਜੱਖ ਪਾਏ ਗੱਲ ਕਰੂ ਉਹ ਪੰਜਾਬ ਦੀ ਗੱਲ ਕਰ ਸਕਦਾ ਹੁਣ ਜਿੰਨੇ ਵੀ ਸੀਐਮ ਬਣੇ ਨੇ ਫਰਜ਼ ਕਰੋ ਜਿਹੜਾ ਮਜੂਤਾ ਸੀਐਮ ਆ ਇਹ ਮੌਜੂਦਾ ਸੀਐਮ ਕੀ ਹੈ ਇਹ ਦਿੱਲੀ ਦੇ ਅੱਖ ਚ ਅੱਖ ਪਾਏ ਗੱਲ ਕਰਦਾ ਨਹੀਂ ਕਰ ਸਕਦਾ ਹੁਣ ਜਿਹੜੇ ਪੰਜਾਬ ਦੇ ਹੱਕ ਨੇ ਪੰਜਾਬ ਦਾ 1800 ਕਰੋੜ ਪੰਜਾਬ ਦਾ 1800 ਕਰੋੜ ਰੁਪਏ ਸੈਂਟਰ ਗਵਰਨਮੈਂਟ ਫੰਡ ਰੋਕੀ ਖੜੀ ਹੈ ਨਾ ਪੈਸਾ ਪੰਜਾਬ ਦਾ ਇੰਨਾ ਪੈਸਾ ਜਿਹੜਾ ਸੈਂਟਰ ਗਵਰਨਮੈਂਟ ਰੋਕੀ ਖੜੀ ਹੈ ਉਹ ਰੋਕੀ ਖੜੀ ਹੈ ਉਹਦੇ ਲਈ ਕੀ ਪੰਜਾਬ ਦਾ ਜਾ ਕੇ ਸੀਐਮ ਜਾ ਕੇ ਉਹਦੇ ਲਈ ਧਰਨਾ ਮੁਜ਼ਾਹਰਾ ਲਾ ਸਕਦਾ ਜਾਂ ਇਹ ਕਹਿ ਸਕਦਾ ਕਿ ਪੰਜਾਬ ਦੇ ਹੱਕ ਇੱਥੇ ਧਰੋ ਨਹੀਂ ਨਹੀਂ ਕਹਿ ਸਕਦਾ ਨਾ ਪਰ ਪੰਜਾਬ ਦਾ ਮੁੱਖ ਮੰਤਰੀ ਧਰਨਾ ਕਿਤੇ ਲਈ ਲੈ ਜਾ ਕੇ ਲਾਉਂਦਾ ਮਨੀਰ ਸੌਦੀ ਲਈ ਸੰਜੇ ਸਿੰਘ ਲਈ ਇਹਨਾਂ ਨੇ ਜਾ ਕੇ ਦਿਲੀ ਧਰਨਾ ਲਾਇਆ ਨਾ ਇਹ ਇਹ ਸਮੱਸਿਆ ਹੈਗੀ ਆ ਨਾ ਮਤਲਬ ਲੋਕਾਂ ਨੂੰ ਲੱਗਦਾ ਸੀਗਾ ਹਾਂ ਪਰ ਹੁਣ ਜਿਹੜਨੇ ਪੰਜਾਬ ਦੇ ਲੀਡਰ ਨੇਗੇ ਹੁਣ ਇਹ ਕੀ ਚੱਲ ਰਹੇ ਨੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਉਹਨਾਂ ਨੇ ਐਂਡੀਆ ਸਮਝੌਤਾ ਇਹਨਾਂ ਨੇ ਕੀਤਾ ਨਾ ਇਹ ਕਹਿੰਦੇ ਸੀ ਇਕੱਠੇ ਹੋ ਕੇ ਮੋਦੀ ਨੂੰ ਹਰਾਉਣਾ ਸੈਂਟਰ ਗਵਰਨਮੈਂਟ ਨੂੰ ਹਰਾਉਣਾ ਸੈਂਟਰ ਗਵਰਨਮੈਂਟ ਨੂੰ ਕਿਹਨੇ ਹਰਾਇਆ ਦੱਸੋ ਬਾਈ ਅਸੀਂ ਹਰਾਏ ਨਹੀਂ ਪੰਜਾਬ ਨੇ 18 20 ਵਾਰੀ ਪਹਿਲਾਂ ਅਸੀਂ ਦਿੱਲੀ ਜਿੱਤੀ ਆ ਅੱਜ ਤਾਜ਼ਾ ਜਿਹੜਾ ਮੋਦੀ ਤੋਂ ਮਾਫੀ ਮੰਗਾ ਕੇ ਹਟਿਆ ਪੰਜਾਬ ਦੇ ਲੋਕਾਂ ਨੇ ਮੰਗਾਈ ਨਹੀਂ ਪਰ ਇਹਨਾਂ ਦੇ ਲੱਤਾਂ ਦੇ ਵਿੱਚ ਇਹਨਾਂ ਭਾਰ ਹੀ ਨਹੀਂ ਹੈਗਾ ਕਿ ਅਸੀਂ ਮਤਸ਼ਾਹ ਵਰਗਾ ਜਾਂ ਮੋਦੀ ਜੀ ਅੱਖਾਂ ਜਿਹਾ ਅੱਖ ਪਾਏ ਗੱਲ ਕਰ ਲਈਏ ਚਲੋ ਹਾਂ ਉਹ ਵੀ ਥੋੜੀ ਗੱਲ ਆ ਇੱਕ ਵੀ ਗੱਲ ਠੀਕ ਹੈ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਆ ਮੈਂ ਕਹਿੰਦਾ ਵੀ ਨੌਜਵਾਨ ਇਸ ਦੇ ਵਿੱਚ ਧਿਆਨ ਦੇਣੇ ਬਦਲਣੇ ਚਾਹੀਦੇ ਜਿਨ੍ਹਾਂ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇਹਦੇ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਪੈਣੀ ਆ ਸਾਨੂੰ ਲੜਨਾ ਪੈਣਾ ਪੰਜਾਬ ਦਾ ਇਤਿਹਾਸ ਅੱਜ ਸਾਡੇ ਲੀਡਰ ਕਿਹੜੀ ਚੀਜ਼ ਤੇ ਲੜ ਰਹੇ ਨੇ ਕੋਈ ਕਹਿੰਦਾ ਉਹਦੀ ਮੇਰੇ ਕੋਲ ਵੀਡੀਓ ਆ ਕੋਈ ਕਿਸੇ ਦੀ ਕੁੜੀ ਦੇ ਆ ਉਹਦੀ ਕੁੜੀ ਦੀ ਵੀਡੀਓ ਆ ਗਈ ਜੀ ਕੋਈ ਕਿਸੇ ਦੀ ਕੁੜੀ ਦੀ ਵੀਡੀਓ ਨਾ ਸਰ ਦੇ ਗੱਲ ਕਰ ਰਿਹਾ ਪੰਜਾਬ ਦੇ ਮੁੱਦੇ ਕਿਹੜੇ ਨੇ ਪੰਜਾਬ ਦੇ ਮੁੱਦੇ ਨੇ ਪੰਜਾਬ ਕੋਲੇ 18 15 16 ਸਾਲ ਦਾ ਪੰਜਾਬ ਕੋਲੇ ਪਾਣੀ ਰਹਿ ਗਿਆ ਕਈ ਪਿੰਡ ਨੇ ਜਿਹੜੇ ਸੋਕੇ ਦੇ ਵਿੱਚ ਆ ਗਏ 2 200 ਫੁੱਟ ਤੇ ਪੰਜਾਬ ਦਾ ਪਾਣੀ ਚਲਾ ਗਿਆ ਪੰਜਾਬ ਦਾ ਦੋ ਫਸਲਾਂ ਤੱਕਰ ਪੰਜਾਬ ਸੀਮਤ ਤੱਕਣਕ ਦੇ ਝੋਨੇ ਤੱਕਰ ਜਿਹਨੇ ਕਿ ਬਰਬਾਦ ਕਰਕੇ ਰੱਖਤਾ ਅਗਲਾ ਪੰਜਾਬ ਦਾ ਮੁੱਦਾ ਕੀ ਹੈ ਅਗਲਾ ਪੰਜਾਬ ਦਾ ਮੁੱਦਾ ਹੈਗਾ ਨਸ਼ਾ ਸਭ ਤੋਂ ਵੱਡਾ ਨਸ਼ਾ ਕਿੰਨਾ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੀ ਨਵੀਂ ਸਰਕਾਰ ਆਈ ਨਸ਼ਾ ਬੰਦ ਹੋ ਗਿਆ ਵੱਧ ਗਿਆ ਸੰਕਾ ਜਿਹੜੇ 40 ਦਿਨਾਂ ਚੰਦ ਬੰਦ ਕਰਨ ਦੀ ਗੱਲ ਕਰਦੇ ਸੀਗੇ ਅਗਲਾ ਜਿਹੜਾ ਮੁੱਦਾ ਪੰਜਾਬ ਦਾ ਪ੍ਰਵਾਸ ਕੋਈ ਪੰਜਾਬ ਦਾ ਨੌਜਵਾਨ ਰਹਿਣ ਨੂੰ ਪੰਜਾਬ ਦੇ ਵਿੱਚ ਤਿਆਰ ਨਹੀਂ ਹੋਰ ਕਿੰਨੇ ਮੁੱਦੇ ਨੇ ਪੰਜਾਬ ਦਾ ਜਿਹੜਾ ਪਾਣੀ ਆ ਸਾਰੇ ਦਾ ਸਾਰਾ ਜਿਹੜਾ ਦਰਈ ਪਾਣੀ ਆ ਖੋ ਕੇ ਲੈ ਗਏ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਪੰਜਾਬ ਦਾ ਅਗਲਾ ਮੁੱਦਾ ਕੀ ਆ ਪੰਜਾਬ ਦਾ ਚੰਡੀਗੜ੍ਹ ਜਿਹੜੀ 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 ਡਿਊਟੀ ਆ ਰੈਵਨਿਊ ਡਿਪਾਰਟਮੈਂਟ ਜਿਹਦਾ ਰੈਵਨਿਊ ਸਭ ਤੋਂ ਵੱਧ ਜਾਂਦਾ ਸੈਂਟਰ ਨੂੰ ਉਹਦੇ ਕੋਈ ਗੱਲ ਕਰਨ ਨੂੰ ਤਿਆਰ ਆ ਹੁਣ ਜਿਹੜੇ ਮੁੱਦੇ ਨੇਗੇ ਇਹਨਾਂ ਤੇ ਗੱਲ ਕਰਨ ਨੂੰ ਸਾਡੇ ਲੀਡਰ ਤਿਆਰ ਹੋਣ ਕਰੂਗਾ ਗੱਲ ਉਹੀ ਆ ਚਲੋ ਹਾਂ ਇਹ ਮੁੱਦਿਆਂ ਦਾ ਭਜ ਰਹੇ ਨੇ ਉਹੀ ਕ ਬਿਆ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਜਿਹੜੀ ਗੱਲਾਂ ਕਿਤੇ ਨਾ ਕਿਤੇ ਰਾਜਨੀਤੀ ਗੱਲਾਂ ਕਰਦੀ ਸੀਗੀ ਅੱਜ ਉਹੀ ਬੋਰਡ ਕਢਾ ਕੇ ਅੱਜ ਉਹ ਐਡਵਰਟਾਈਜ਼ਮ ਅੱਜ ਤੱਕ ਹੋਏ ਪੈਣਗੇ ਇਹ ਇਹ ਪੰਜਾਬ ਦੇ ਮੁੱਦੇ ਨੇ ਠੀਕ ਹੈ ਤੇ ਪਰ ਇਹ ਹੈ ਕਿ ਦੋ ਤਿੰਨ ਪਰਸਨਲ ਕੁਐਸਚਨ ਨੇ ਜਿਹੜੇ ਮੈਨੂੰ ਲੱਗਦਾ ਕਿ ਆਪਾਂ ਨੂੰ ਕਰ ਲੈਣੇ ਚਾਹੀਦੇ ਨੇ ਇੱਕ ਲੋਕ ਇਹ ਬੜਾ ਸਵਾਲ ਪੁੱਛਦੇ ਨੇ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਇਨਕਮ ਦਾ ਸੋਰਸ ਕੀ ਆ ਮਤਲਬ ਜਿਹੜੇ ਤੁਹਾਡੇ ਖਰਚੇ ਹੋ ਜਾਂਦੇ ਨੇ ਹਾਂ ਮੇਰਾ ਕਹਿਣ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਦਾ ਇਹ ਜਿਹੜੀ ਇਹਦੇ ਲਈ ਥੋੜਾ ਜਿਹਾ ਪਿੱਛੇ ਜਾਣਾ ਪਊ ਥੋੜਾ ਪਿਛੇ ਲਣਾ ਬੂ ਮੇਰੇ ਕੋਲੇ ਵੀ ਮੇਰੇ ਕੋਲੇ ਕਮਾਈ ਦਾ ਸਾਧਨ ਕੀਆ ਸਾਡੇ ਕੋਲੇ 8 ਕਿੱਲੇ ਜ਼ਮੀਨ ਸੀਗੀ 8 8 ਟਿੱਬੇ ਸੀਗੇ ਠੀਕ ਹੈ ਸੁਣ ਮੈਂ ਜੇ ਪਰਸਨਲ ਤੌਰ ਤੇ ਗੱਲ ਕਰਾਂ ਵੀ ਸਾਡੇ ਘਰੇ ਗਰੀਬੀ ਬਹੁਤ ਸੀਗੀ ਠੀਕ ਹੈ ਮੈਂ ਅਸੀਂ ਚਾਰ ਭੈਣ ਭਰਾ ਆਂ ਭੈਣਾਂ ਮੇਰੀਆਂ ਬਹੁਤ ਮੁਸ਼ਕਲ ਨਾਲ ਸੀ ਪੜੀਆਂ ਇਹ ਗੱਲ ਸਾਰੀ ਸੁਣ ਲੈਣ ਮੇਰੀ ਮਾਂ ਨੇ ਪਲੱਸ 2 ਤੋਂ ਬਾਅਦ ਮੇਰੇ ਭੈਣਾਂ ਨੇ 400 ਤੇ ਪੜਾਉਣਾ ਸ਼ੁਰੂ ਕਰਤਾ ਠੀਕ ਹੈ ਇੱਥੇ ਮਹੀਨੇ ਤੇ ਕਿ ਟਿਊਸ਼ਨ ਪੜਾਉਣ ਲੱਗਿਆ ਨਹੀਂ ਨਹੀਂ ਪ੍ਰਾਈਵੇਟ ਸਕੂਲਾਂ 'ਚ ਇਸ ਤੋਂ ਬਾਅਦ ਭੈਣਾਂ ਨੇ ਪੀਏ ਕਰੀ ਇਸ ਤੋਂ ਬਾਅਦ ਭੈਣਾਂ ਨੇ ਇੰਸਟੀਟਿਊਸ਼ਨ ਕਰੇ ਪੜਾਉਣਾ ਸ਼ੁਰੂ ਕਰਤਾ ਭੈਣਾਂ ਚੰਗੀਆਂ ਪੜ੍ਹੀਆਂ ਪੜਨ ਤੋਂ ਬਾਅਦ ਉਹਨਾਂ ਨੂੰ ਨੌਕਰੀ ਮਿਲੀ ਨੌਕਰੀ ਮਿਲਣ ਤੋਂ ਬਾਅਦ ਉਹਨਾਂ ਨੂੰ ਚੰਗੇ ਘਰਾਂ 'ਚ ਵਿਆਹ ਹੋ ਗਿਆ ਵਧੀਆ ਮੈਂ ਪੈਸੇ ਲਾ ਕੇ ਜਿਵੇਂ ਮੈਂ ਕਰਜ਼ਾ ਕਰਜ਼ਾ ਚੱਕ ਕੇ ਪੂਰਾ ਵਿਆਹ ਕਰਾਇਆ ਭੈਣਾਂ ਦਾ ਦੋਨਾਂ ਘਰਾਂ ਦੇ ਵਿੱਚ ਠੀਕ ਹੈ ਭੈਣਾਂ ਨੂੰ ਵਧੀਆ ਜ਼ਮੀਨ ਜਾਇਦਾਦ ਹੁੰਦੀ ਹੈ ਸਾਰਾ ਕੁਝ ਆਉਂਦਾ ਆਪੂ ਜੀ ਤੁਹਾਡੇ ਬਾਪੂ ਜੀ ਮੇਰੇ ਹੈਂਡੀ ਥੋੜਾ ਹੈਂਡੀਕੈਪਟ ਵੀ ਨੇ ਵਿਚਾਰੇ ਤੇ ਮੇਰੇ ਮਾਂ ਦੀ ਡੈਥ ਹੋ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਠੀਕ ਹੈ ਮੇਰੀ ਮਾਂ ਨੂੰ ਕੈਂਸਰ ਹੋਇਆ ਮੈਂ 2 ਢਾਈ ਸਾਲ ਪੂਰਾ ਹਸਪਤਾਲਾਂ ਚ ਰੋਲਿਆ ਜਿੰਨਾ ਵੀ ਕੁਝ ਤੋਂ ਮੰਗ ਸਕਦਾ ਸੀ ਪੈਸਾ ਮੰਗਿਆ ਠੀਕ ਹੈ ਵੀ ਮੇਰੀ ਮਾਂ ਦਾ ਇਲਾਜ ਕਰਨਾ ਰਿਸ਼ਤੇਦਾਰਾਂ ਤੋਂ ਜੋ ਕੁਝ ਕਰਨਾ ਸੀ ਕੀਤਾ ਆਖਰ ਨੂੰ ਮਾਂ ਨਾ ਬਚੀ ਠੀਕ ਹੈ ਨਾ ਗੱਲ ਜਦੋਂ ਮਾਂ ਨਾ ਬਚੀ ਤੇ ਜੋ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਆ ਜਿਹੜੀ YouTube ਹੈ YouTube ਘੱਟੋ ਘੱਟ ਅਸੀਂ ਜੇ ਗੱਲ ਕਰੀਏ 2018 17 18 ਦੇ ਵਿੱਚ ਅਸੀਂ ਚਲਾਉਣਾ ਸ਼ੁਰੂ ਕਰਤਾ ਸ਼ੁਰੂ ਕੀਤਾ ਹੋਇਆ ਇਸ ਤੋਂ ਪਹਿਲਾਂ ਵੀ ਚੱਲ ਰਹੀ ਸੀ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਪਹਿਲੇ ਯੂਟਿਊਬਰ ਅਸੀਂ ਹੋਣੇ ਜਿਨ੍ਹਾਂ ਨੇ ਕੰਟੈਂਟ ਬਣਾ ਕੇ ਪਾਇਆ ਤੁਸੀਂ ਦੇਖ ਲਿਓ ਅਸੀਂ ਸਾਡੀ YouTube ਖੋਲ ਕੇ ਦੇਖ ਲਿਓ ਅਸੀਂ ਜਿਹੜੇ ਕੰਟੈਂਟ ਬਣਾ ਕੇ YouTube ਤੇ ਪਾਉਣ ਲੱਗੇ ਹੋਵਾਂਗੇ ਇਹ ਦੂਜਾ ਚ ਅੱਜ ਮੁੰਡੇ ਬਹੁਤ ਨੇ ਖੇਤੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਦੇ ਕਾਫੀ ਪਹਿਲਾਂ ਤੁਸੀਂ 2-3 ਸਾਲ ਕਾਫੀ ਪਹਿਲਾਂ ਦੀ ਗੱਲ ਚੱਲ ਰਹੀ ਹੈ ਕਿਸਾਨੀ ਅੰਦੋਲਨ ਤੋਂ ਤਾਂ ਪਹਿਲਾਂ ਕਾਫੀ ਸਮ ਪਹਿਲਾਂ ਦੇ ਗੱਲ ਬਣਾ ਰਹੇ ਹੈ ਇਹ ਤੇ ਕਿਤੇ ਆਪਾਂ ਇਹ ਮੁੱਦਾ ਇਹਦੇ ਤੇ ਆਪਾਂ ਗੱਲ ਕਰਨੀ ਹੈ ਨੌਜਵਾਨਾਂ ਨੂੰ ਸਿੱਖਣ ਨੂੰ ਮਿਲੋ ਖੁੱਲ ਕੇ ਗੱਲ ਕਰਾਂਗੇ ਸ਼ਾਰਟਕਟ ਹੁਣ ਉਥੇ YouTube ਤੇ ਕੰਮ ਚੱਲ ਰਿਹਾ ਪੈਸਾ ਇਸ ਤੋਂ ਬਾਅਦ ਅਸੀਂ ਪਾਹਾ ਬਹੁਤ ਕਮਾਇਆ ਪਹਿਲਾਂ ਬਹੁਤ ਮਿਲਿਆ ਸੀ ਹੁਣ ਵੀ ਪੈਸਾ ਹੁਣ ਵੀ ਜਿਹੜਾ ਅਸੀਂ ਸੁਣੀਏ ਨਾ ਜਦੋਂ ਮੇਰਾ ਜੇਲ੍ਹ ਜਾਣ ਤੋਂ ਪਹਿਲਾਂ ਮੇਰੀ ਕਮਾਈ ਤੁਹਾਨੂੰ ਦੱਸਦਾ ਕਿੰਨੀ ਸੀਗੀ YouTube ਤੇ Facebook ਦੀ ਕਮਾਈ ਮੇਰੀ ਕਮਾਈ 7-8 ਲੱਖ ਰੁਪਏ ਕਮਾਈ ਸੀਗੀ ਮਹੀਨੇ ਦੀ ਠੀਕ ਹੈ ਨਾ ਗੱਲ ਜਦੋਂ ਇੰਨੇ ਜੇਲ੍ਹ ਜਾਣ ਤੋਂ ਪਹਿਲਾਂ ਜੇਲ੍ਹ ਜਾਣ ਜਦੋਂ ਮੈਂ ਜੇਲ੍ਹ ਜਾ ਕੇ ਆਇਆ ਇੱਥੇ ਉਸ ਤੋਂ ਪਹਿਲਾਂ ਇਸ ਤੋਂ ਆਵਾਜ਼ ਚਾਉਣ ਤੋਂ ਬਾਅਦ ਕੀ ਹੋਇਆ ਜਦੋਂ ਮੈਂ ਜੇਲ੍ਹ ਗਿਆ ਮੇਰੇ ਤੇ ਪਰਚਾ ਪਿਆ ਉਸ ਤੋਂ ਬਾਅਦ ਕੀ ਹੋਇਆ ਮੈਨੂੰ ਸਾਰਿਆਂ ਨੇ ਸਮਝਾਇਆ ਕਹਿੰਦੇ ਵੀ ਯਾਰ ਤੀਰਾਨਾ ਜਿਹੜਾ ਮੈਨੂੰ ਕਾਫੀ ਬੰਦੇ ਨੇ ਦੱਸੀ ਗੱਲ ਕਹਿੰਦੇ ਤੂੰ ਕਮੇਡੀ ਕਰਦਾ ਜਿਹੜੀ ਫਿਲਮਾਂ 'ਚ ਵੀ ਕੰਮ ਕਰਿਆ ਮੈਂ ਗਾਣਿਆਂ 'ਚ ਵੀ ਕੰਮ ਹੁਣ ਮੈਂ ਪਿੱਛੇ ਦੇ ਕੰਮ ਕਰਕੇ ਮੈਨੂੰ ਮੈਂ ਦੇਖਿਆ ਮੈਨੂੰ ਲੱਖ ਰੁਪਏ ਮਿਲਿਆ ਹੁਣ ਠੀਕ ਆ ਮੈਂ ਥੋੜੇ ਦਿਨ ਪਹਿਲਾਂ ਕੰਮ ਕਰਕੇ ਆ ਮੇਰੇ ਕੋਲ ਸ਼ੌਟ ਜੀ ਚੱਲੀ ਜਾਂਦੀ ਮਹਾ ਟਾਰ ਟੂਰ ਗੱਡੀ ਦੇ ਹੋਰ ਕਰਾਂਗੇ ਹਨਾ ਤੇ ਜਿਹੜਾ ਉਹ ਕੰਮ ਚੱਲਦਾ ਸੀ ਹਨਾ ਪੈਸਾ ਮੈਂ ਇਨਾ ਕਮਾਇਆ ਕਮਾਉਣ ਤੋਂ ਬਾਅਦ ਜੀਲ ਤੋਂ ਬਾਅਦ ਮੈਨੂੰ ਕਈਆਂ ਨੇ ਆਖਿਆ ਯਾਰ ਕਹਿੰਦੇ ਤੇਰੇ ਤੂੰ ਆ ਲੋਕਾਂ ਦੀ ਕਹਿੰਦੇ ਤੇਰੀ ਆਵਾਜ਼ ਬਹੁਤ ਵਧੀਆ ਜਾ ਰ ਠੀਕ ਹੈ ਕਹਿੰਦਾ ਆਪਾਂ ਯਾਰ ਕੁਛ ਨਾ ਕੁਛ ਕਰ ਸਕਦੇ ਆ ਕਹਿੰਦਾ ਪੈਸਾ ਤਾਂ ਕਹਿੰਦਾ ਕਿਸੇ ਦੇ ਨਾਲ ਨਹੀਂ ਜਾਣਾ ਕਹਿੰਦਾ ਪੈਸਾ ਤੂੰ ਬਹੁਤ ਕਮਾ ਲੇਗਾ ਪੈਸਾ ਕਲਾਕਾਰਾਂ ਕੋਲੇ ਆਰਟਿਸਟਾਂ ਕੋਲੇ ਸੰਗਰਾਂ ਕੋਲੇ ਬਹੁਤ ਪਿਆ ਕਹਿੰਦਾ ਤੇਰੀ ਕੋਈ ਜੇ ਆਪਾਂ ਜੀ ਸਮਾਜ ਦੀ ਜਾਂ ਹੁਣ ਆ ਲੋਕਾਂ ਦੀ ਸੇਵਾ ਕਰੀਏ ਕਹਿੰਦਾ ਇਹਦੇ ਵਰਗਾ ਭਲਾ ਨਹੀਂ ਕੋਈ ਹੈਗਾ ਚੱਲ ਮੈਂ ਉਸ ਤੋਂ ਬਾਅਦ ਜੇਲ੍ਹ ਆਉਣ ਤੋਂ ਬਾਅਦ ਤੈਨੂੰ ਪਤਾ ਵੀ ਮੈਂ ਉਹ ਸਾਡਾ ਕੰਮ ਛੱਡਤਾ ਸਾਡਾ ਤੂੰ YouTube ਦੀ ਰੀਚ ਦੇਖ ਲਈ ਹੁਣ ਕਿੰਨੀ ਹੈ ਉਹ ਜੰਮੀ ਡਾਉਣ ਜੀ ਬੱਜੀ ਜਿਵੇਂ ਡਾਣ ਬੱਜੀ ਫੇਸਬੁੱਕ ਤੇ ਵੀ ਆਣਾ ਜਿਹੜਾ ਆਪਣੇ ਨਾਲ ਇੱਕ ਬਾਈ ਵੀਰ ਉਥੇ ਤੇਰੇ ਨਾਲ ਬੈਠਾ ਗੱਲ ਕਰੀ ਜਾਂਦਾ ਸੀਗਾ ਮੇਰੀ ਫੇਸਬੁੱਕ ਤੇ ਵੀ ਅਰਨਿੰਗ ਦਿਖਲੀ ਹੁਣ ਕਿੰਨੀ ਹੋਣੀ ਹੈ ਕਹਵੇਂ ਦਾ ਮੈਂ ਤੈਨੂੰ ਖੋਲ ਕੇ ਦਿਖਾਈ ਦਿੰਦਾ ਮੇਰਾ ਫੋਨ ਕਿਤੇ ਕੋਈ ਗੱਲ ਨਹੀਂ ਇਦਾਂ ਹੀ ਦਾ ਮੈਂ ਦਿਖਾ ਦਿੰਦਾ ਹੁਣ ਉਹਦੇ ਤੇ ਉਹ ਮੈਂ ਸ਼ੂਰ ਵੀਡੀਓ ਬੂੜੇ ਜਿਹਾ ਛੱਟ ਗਿਆ ਵੈਸੇ ਕੰਮ ਫੇਸਬੁੱਕ ਉਹ ਤੇ ਵੀ ਛੱਟ ਗਿਆ ਇਹ ਦੋ ਚੀਜ਼ਾਂ ਦੀ ਆਮਦਨ ਹੈ ਚੈਨਲ ਨੂੰ ਵੀ ਹੁਣ ਤੁਹਾਡਾ ਔਨ 에ਅਰ ਚੈਨਲ ਆ ਜੇ ਆਪਾਂ ਦੇਖੀਏ ਸਾਰੇ ਹੀ ਜਿਹੜੇ ਚੈਨਲ ਨੇ ਫੇਸਬੁੱਕ ਤੇ YouTube ਤੇ ਕਮਾਈ ਹੈ ਅੱਜ ਤੱਕ ਤੇਰੇ ਭਰਾ ਨੇ ਕਿਸੇ ਚੀ ਜਿੰਨਾ ਇਹ ਸੀ ਇਹ ਤੇ ਚੀਜ਼ ਤੇ ਮੈਂ ਕਮਾਈ ਕੀਤੀ ਐਡ ਨਹੀਂ ਕੀਤੀ ਤੁਸੀਂ ਕਿਹਾ ਸੀ ਮੈਂ ਐਡ ਕੀਤੀ ਇੱਕ ਅਸੀਂ ਰੂਟਾ ਬੀਟਰ ਦੀ ਐਡ ਕੀਤੀ ਸੀਗੀ ਉਹ ਤੋਂ ਅਸੀਂ ਲੱਖ ਡੇਢ ਲੱਖ ਰੁਪਏ ਲੱਤਾ ਸੀਗਾ ਪਤਾ ਨਹੀਂ 2 ਲੱਖ ਰੁਪਈਆ ਹਨਾ ਉਹਨਾਂ ਰੂਟਾ ਬੀਟਰ ਵੇਚਿਆ ਉਹ ਬਹੁਤ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਏ ਪੀ ਡੀ ਸੀ ਸੀ ਰਾਜਪੁਰੇ ਵਾਲੇ ਉਹ ਮੈਨੂੰ ਕਹਿੰਦੇ ਤਨੂੰ ਬ੍ਰਾਂਡ ਮਾਸਟਰ ਲਾਉਣਾ ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੇ ਜਾ ਕੇ ਵੀਰ ਨੇ ਉਹ ਬਹੁਤ ਵਧੀਆ ਲੱਗਿਆ ਮੈਨੂੰ ਬਰਾਡ ਉਹਨੇ ਉਹਨੇ ਉਹਨੂੰ ਲਾਤਾ ਆਪਣੇ ਨੂੰ ਉਹਨੂੰ ਕਿਹੜਾ ਦੇਵ ਖਰੌੜਨ ਨੂੰ ਉਹ ਕਹਿੰਦੇ ਨੇ ਸੀ ਬ੍ਰਾਂਡ ਵਸਲਾ ਨਾ ਮਖਾ ਮੇਰੇ ਤੇ ਲੋਕ ਵੀ ਵਿਸ਼ਵਾਸ ਕਰਦੇ ਨੇ ਮੈਂ ਕਿਹਾ ਸੀ ਇੱਕ ਰੂਟਰ ਬੀਟਰ ਦੀ ਪ੍ਰੋਮੋਸ਼ਨ ਕੀਤੀ ਜਾ ਕੇ ਪੁੱਛ ਲਈ ਵੀ ਕਿੰਨਾ ਹੋਣਾ ਰੂਟਰ ਬੀਟਰ ਰੂਟਾ ਬੀਟਰ ਵੇਖਿਆ ਇੱਕ ਰੂਟਾ ਬੀਟਰ ਖਰਾਬ ਹੋ ਗਿਆ ਸੀਗਾ ਮੇਰੇ ਕੋਲ ਕੋਈ ਬੰਦਾ ਆ ਗਿਆ ਕਹਿੰਦਾ ਵੀ ਪ੍ਰੋਮੋਸ਼ਨ ਕਰੀ ਸੀ ਉਹਨਾਂ ਦੇ ਵਾਪਸ ਕਰਵਾ ਕੇ ਨਵਾਂ ਵੀ ਦਿਵਾ ਕੇ ਲੈ ਆਇਆ ਜੇ ਅਸੀਂ ਕਿਸੇ ਦੀ ਪ੍ਰੋਮੋਸ਼ਨ કરી ਸੀ ਇਹ ਚੀਜ਼ ਹੁੰਦੀ ਹੈ ਇਹ ਗੱਲ ਮੈਂ ਕਲਾਕਾਰਾਂ ਨੂੰ ਕਹਿੰਦਾ ਵੀ ਜੇ ਤੁਸੀਂ ਏਜੰਟਾਂ ਦੀ ਗੱਲ ਕਰ ਰਹੇ ਹੋ ਤਾਂ ਪੈਸਾ ਹੀ ਵਾਪਸ ਕਰਵਾਓ ਇਹ ਗੱਲ ਸੀ ਇਤੋਂ ਪਹਿਲਾਂ ਪੈਸਾ ਕਮਾਇਆ ਹੁਣ ਜਿਹੜਾ ਸਾਡਾ ਆ ਸਿਸਟਮ ਚੱਲ ਰਿਹਾ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਘਰ ਵੀ ਬਣਾਇਆ ਮੈਂ ਜ਼ਮੀਨ ਵੀ ਲਈਤੀ ਆ ਸਾਬਤ ਬੰਦਾ ਕੋਈ ਬੰਦਾ ਇਹ ਚੀਜ਼ ਦੀ ਘਾਰਦ ਕਰ ਦੇ ਵੀ ਭਾਨੇ ਨੇ ਅਜ ਤੋਂ ਪੈਸਾ ਲੈਂਦਾ ਫੇਰ ਗੱਲ ਸਵਾਲ ਹੁੰਦਾ ਆਪਣੇ ਦਮ ਤੇ ਕਿੰਨੀ ਕਿੰਨੀ ਜ਼ਮੀਨ ਬਣਾਈ ਚਲੋ ਜਿੰਨੀ ਵੀ ਬਣਾਈ ਆ ਸਾਰਾ ਇੱਕ ਨੰਬਰ ਦਾ ਪੈਸਾ ਆਇਆ ਮੇਰੇ ਖਾਤੇ 'ਚ ਮੇਰੇ ਖਾਤੇ ਸਟੇਟਮੈਂਟਾਂ ਸਰਕਾਰ ਨੇ ਚੈੱਕ ਕੀਤੀਆਂ ਆਹ ਪਤਾ ਜੇ ਗਲਤ ਹੁੰਦੇ ਨਿਕਲ ਜਾ ਮੈਨੂੰ ਉਹਨਾਂ ਨੇ ਕਿੱਥੇ ਬਖਸ਼ਣਾ ਸੀ ਮੇਰੇ ਤਾਂ ਜਿਹੜੇ ਜਿਹੜੀ ਸਰਕਾਰ ਨੇ ਮੇਰੇ ਤੇ ਬਿਨਾ ਮਾਦਰ ਤੋਂ ਐਸਟੇਟ ਠੋਕਤਾ ਉਹ ਮੇਰੀ ਸਿੱਥੋਂ ਖੰਘਾਲ ਕੇ ਸਾਰਾ ਕੁਝ ਦੇਖ ਕੇ ਗਿਆ ਦੇਖ ਲੈਣਾ ਸਾਬਤ ਕਰ ਦੋ ਉਹ ਤਾਂ ਉਹੀ ਪੋਲਿਟਿਕਲ ਤੌਰ ਤੇ ਜਾਂ ਉਹੀ ਬੰਦੇ ਨੂੰ ਇਹ ਸੋਚਣਾ ਵੀ ਅੰਦਰ ਅੰਦਰ ਹੀ ਬਾੜਨਾ ਜਾਂ ਕੁੱਟਣਾ ਜਾਂ ਮਾਰਨਾ ਉਹ ਤਾਂ ਵੱਖਰੀ ਗੱਲ ਹੈ ਪਰ ਇੱਕ ਨੰਬਰ ਦੇ ਵਿੱਚ ਤੁਸੀਂ ਸਾਬਤ ਕਰਕੇ ਦਿਖਾ ਦਿਓ ਟਰੈਕਟਰ ਦਾ ਰੌਲਾ ਅਸੀਂ ਦੇਖਿਆ ਚਲੋ ਚੰਗਾ ਟਰੈਕਟਰ ਤੁਹਾਨੂੰ ਗਿਫਟ ਦਿੱਤਾ ਹਾਂ ਹਾਂ ਇਹਦਾ ਵੀ ਰੌਲਾ ਕਰੀ ਜਾਂਦੇ ਆ ਵਿੱਚ ਕਰੀ ਜਾਂਦੇ ਉਹ ਮੁੰਡੇ ਨੇ ਕਿ ਸਨਮਾਨ ਮੈਨੂੰ ਤਾਂ ਤੁਹਾਨੂੰ ਹੀ ਮਿਲਿਆ ਹੋਇਆ ਜਾਂ ਲੱਖੇ ਬਾਈ ਨੂੰ ਮਿਲਿਆ ਨਹੀਂ ਲੱਖੇ ਬਾਈ ਨੂੰ ਲੱਗ ਦਿੱਤਾ ਇਹ ਮੈਨੂੰ ਲੱਗ ਦਿੱਤਾ ਸਨਮਾਨਿਤ ਕੀਤਾ ਹੋਰ ਬਥੇਰੇ ਥਾ ਮਤੋਂ ਹੁਣ ਫਰਜ਼ ਕਰ ਇੱਥੇ ਵਿਦੇਸ਼ਾਂ ਵਾਲੇ ਲੋਕ ਭਰਾ ਇਹਨਾਂ ਦੱਸੋ ਕੀ ਸੇਵਾ ਕਰਨੀ ਹੈ ਕਿਸੇ ਨੂੰ ਦੱਸੋ ਕਿਸੇ ਤੋਂ ਲੈਤਾ ਹੋਵੇ ਠੀਕ ਹਨ ਗੱਲ ਇੱਥੇ ਬਥੇਰਿਆ ਇੱਥੇ ਤੁਰੇ ਆਉਂਦੇ ਰਹਿੰਦੇ ਨੇ ਕਿ ਕਹਿਣ ਦਾ ਭਾਵ ਇਹ ਆ ਵੀ ਇਲਜ਼ਾਮ ਦਾ ਜਿਵੇਂ ਤੁਸੀਂ ਮਰਜ਼ੀ ਲਾ ਦਿਓ ਪਰ ਠੀਕ ਹੈ ਮਤਲਬ ਚਲੋ ਤੁਸੀਂ ਵੀ ਵੀਡੀਓ ਪਾਉਨੇ ਆ ਆਪਾਂ ਵੀ ਅਸੀਂ ਸਾਡਾ ਤਾਂ ਚਲੋ ਕੰਮ ਹੀ ਇਹੀ ਹੈ ਤੁਸੀਂ ਵੀ ਇਲਜ਼ਾਮ ਲਾਉਨੇ ਆ ਆਪਾਂ ਵੀ ਕਿਸੇ ਤੇ ਹੈਨਾ ਪਰ ਪਰ ਜਦੋਂ ਤੁਹਾਡੇ ਤੇ ਇਲਜ਼ਾਮ ਲੱਗਦਾ ਮਤਲਬ ਕੀ ਗੱਲ ਗੁੱਸਾ ਕਿਸ ਤਰੀਕੇ ਨਾਲ ਕਿਉਂ ਜ਼ਿਆਦਾ ਆਉਂਦਾ ਮੈਨੂੰ ਇਹ ਦੱਸੋ ਵੀ ਮੈਂ ਇਲਜ਼ਾਮ ਨਾ ਲੈ ਕੇ ਦੱਸੋ ਵੀ ਮੈਂ ਇਹ ਤੇ ਇਲਜ਼ਾਮ ਲਾਇਆ ਮੈਂ ਉਹਦਾ ਜਵਾਬ ਦਊਂਗਾ ਤੇ ਕਿਉਂ ਲਾਇਆ ਜੇ ਕਿ ਤੁਹਾਡੇ ਮਨ 'ਚ ਸ਼ੱਕ ਆ ਉਨੇ ਬੰਦੇ ਨੇ ਕਿਤੇ ਨਾ ਕਿਤੇ ਮੇਰਾ ਅਸਲ ਦੇ ਵਿੱਚ ਲੜਾਈ ਹੈਗੀ ਆ ਮੇਰੀ ਲੜਾਈ ਹੈਗਾ ਰਾਜਨੀਤਿਕ ਪਾਰਟੀਆਂ ਨਾਲ ਲੀਡਰਾਂ ਨਾਲ ਜਿਹੜੇ ਵੋਟਾਂ ਲੈ ਕੇ ਪਹਿਲਾਂ ਵੋਟਾਂ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ ਬਾਅਦ ਸਾਰੇ ਮੁੱਕਰ ਜਾਂਦੇ ਨੇ ਮੇਰੀ ਨਾ ਕਿਸੇ ਕਿਸਾਨ ਜੱਥੇਬੰਦੀ ਨਾਲ ਲੜਾਈ ਆ ਉਹ ਤਾਂ ਸਾਡੀਆਂ ਨੇ ਸਾਰੀਆਂ ਮੇਰੇ ਦਾਦੇ ਨੇ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਸ਼ੁਰੂ ਕਰੀ ਹੋਈ ਆ ਉਹ ਤਾਂ ਸਾਰੀ ਸਾਡੇ ਆਪ ਦੀਆਂ ਜੱਥੇਬੰਦੀਆਂ ਦਾ ਕਿਸੇ ਹੋਰ ਜਿਹੜਾ ਸਮਾਜ ਸੇਵੀ ਨਾਲ ਕਿਸੇ ਦੇ ਖਿਲਾਫ ਨਹੀਂ ਮੈਂ ਬੋਲਦਾ ਮੇਰੀ ਲੜਾਈ ਉਹਨਾਂ ਲੀਡਰਾਂ ਨਾਲ ਸਰਕਾਰਾਂ ਨਾਲ ਉਹਨਾਂ ਨਾਲ ਮੈਂ ਕਹਿੰਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਵੋਟਾਂ ਤੋਂ ਪਹਿਲਾਂ ਵੋਟਾਂ ਲੈ ਲੀਆਂ ਵੋਟਾਂ ਤੋਂ ਬਾਅਦ ਝੂਠ ਮਾਰ ਕੇ ਕੁਰਸੀ ਤੇ ਬਹਿ ਕੇ ਲੋਕਾਂ ਦਾ ਕੱਖ ਨਹੀਂ ਸਵਾਰਦੇ ਹੁਣ ਜਿਹੜੀ ਮੈਂ ਤੈਨੂੰ ਆ ਗੱਲ ਦੱਸ ਕੇ ਹਟਿਆ ਇੱਥੋਂ 50 ਐਮਐਲਏ ਰੋ ਹੀ ਲੰਘਦੇ ਨੇਗੇ ਚੰਡੀਗੜ੍ਹ ਨੂੰ ਕਿਸੇ ਨੇ ਕੋਈ ਮਾੜਾ ਜਾਂ ਕਿਸੇ ਦੇ ਮੂੰਹ ਚ ਘੁੰਗਣੇ ਪਹਿਣ ਪੰਜ ਮੌਤਾਂ ਕਿ ਕਿਸੇ ਨੇ ਬੋਲਿਆ ਇਹ ਮੇਰੀ ਲੜਾਈ ਹੈ ਤੇ ਮਸਲੇ ਜਣੀ ਕਿ ਗੋਲੀ ਨਹੀਂ ਜਾਂਦੇ ਤੇ ਇੱਕ ਹੋਰ ਗੱਲ ਹੈ ਬੜੀ ਪਰਸਨਲ ਆ ਮਤਲਬ ਸ਼ਾਇਦ ਲਖਾભાઈ ਵੀ ਕਹਿੰਦਾ ਹੁੰਦਾ ਵੀ ਅੱਜ ਮੇਰੀ ਗੱਲ ਹੁੰਦਾ ਅੱਜ ਤੈਨੂੰ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਵੀ ਕੋਈ ਅਨਕਟ ਵੀਡੀਓ ਨਹੀਂ ਨਹੀਂ ਅਨਕਟ ਹੀ ਚੱਲੂਗੀ ਮੈਂ ਇਹ ਕਹਿਣਾ ਵੀ ਮਤਲਬ ਮਤਲਬ ਖੁੱਲ ਕੇ ਜਿਹੜਾ ਵੀ ਕੋਈ ਸਵਾਲ ਆ ਮੇਰੇ ਪ੍ਰਤੀ ਖੁੱਲ ਕੇ ਬੋਲੋ ਇੱਕ ਥੋੜਾ ਸਵਾਲ ਹੋਰ ਰਹਿ ਗਿਆ ਸੀ ਤੁਸੀਂ ਇੰਨਾ ਜਲਦੀ ਭੜਕ ਕੇ ਕਿਉਂ ਜਾਂਦੇ ਹੋ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਆ ਵੀ ਮਤਲਬ ਗੁੱਸਾ ਕਿਉਂ ਜ਼ਿਆਦਾ ਆਉਂਦਾ ਮਤਲਬ ਕਈ ਵਾਰ ਹੁੰਦਾ ਨਾ ਇਨਸਾਨ ਨੂੰ ਕੋਈ ਇਨਸਾਨ ਕੰਟਰੋਲ ਕਰ ਲੈਂਦਾ ਕੁਝ ਇਨਸਾਨ ਐਸੇ ਹੁੰਦੇ ਨੇ ਕਿ ਕੰਟਰੋਲ ਨਹੀਂ ਹੁੰਦਾ ਫਿਰ ਉਹ ਗੁੱਸਾ ਇੰਨਾ ਕਿਉਂ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦਾ ਨਹੀਂ ਸੁਣੋ ਮੇਰੀ ਗੱਲ ਗੁੱਸੇ ਵਾਸਤੇ ਨਾ ਮੇਰੇ ਭੈਣਾਂ ਮੈਨੂੰ ਬਹੁਤ ਪਿਆਰ ਕਰਦੇ ਨੇ ਕੜਾ ਨਾ ਮੇਰੀ ਭੈਣ ਨੇ ਮੈਨੂੰ ਚੰਦਿਆ ਬਣਵਾ ਕੇ ਦਿੱਤਾ ਉਹਨੂੰ ਗੁੱਸਾ ਬਹੁਤ ਆਉਂਦਾ ਹੈ ਨਾ ਦੋ ਚੀਜ਼ਾਂ ਦਾ ਦੋ ਚੀਜ਼ਾਂ ਹੁੰਦੀਆਂ ਨੇ ਗੀਆਂ ਗੁੱਸਾ ਆਉਣ ਦਾ ਕਾਰਨ ਜਾਂ ਜਜ਼ਬਾਤੀ ਬੋਲਣ ਦਾ ਕਾਰਨ ਮੈਂ ਸਿੱਧਾ ਬੋਲਦਾ ਮੈਂ ਸਪਸ਼ਟ ਬੋਲਾਂ ਜੋ ਕੁਛ ਆ ਮੈਂ ਹੁਣ ਪੜ੍ਹੇ ਲਿਖੇ ਤੁਸੀਂ ਇਹ ਹਿਸਾਬ ਲਾ ਲਓ ਵਕੀਲ ਹੈ ਨਹੀਂ ਡਾਕਟਰ ਹੈ ਨਹੀਂ ਮੈਨੂੰ ਸੱਚੀ ਗੱਲ ਆਪਣੇ ਮਨ ਤੇ ਹੱਥ ਪੜਿਆ ਲਿਖਿਆ ਦਾ ਮਕਸਦ ਨਹੀਂ ਗਰਵਾਣੀ ਕਹਿੰਦੀ ਤੁਹਾਡੇ ਅੱਲੇ ਪੱਲੇ ਸੱਚ ਹੋਣਾ ਚਾਹੀਦਾ ਪੜਿਆ ਲਿਖਿਆ ਮੈਟਰ ਨਹੀਂ ਕਰਦਾ ਪੜਿਆ ਲਿਖਿਆ ਤਾਂ ਗਰਵਾਣੀ ਗਵਾ ਗਵਾਰ ਕਹਿੰਦੀ ਹੈ ਗੱਲ ਬੰਦਾ ਠੋਕ ਕੇ ਕਹਿਣ ਵਾਲਾ ਹੋਵੇ ਕਈ ਬੰਦੇ ਕਹਿੰਦੇ ਨੇ ਤੂੰ ਤਾਂ ਬਈ ਸਿੱਧਾ ਹੀ ਚੱਲਦਾ ਇਹ ਚੱਲਦਾ ਮੇਰੇ ਸਿੱਧੇ ਚੱਲਣ ਨਾਲ ਮੈਂ ਕਹਿੰਦਾ ਦੇਖੋ ਕਿੰਨੇ ਬਣੇ ਨੇਗੇ ਮੇਰੇ ਸਿੱਧੇ ਚੱਲਣ ਨਾਲ ਵੱਡੇ ਵੱਡੇ ਰਾਜਨੀਤਿਕ ਲੀਡਰ ਧੂਆਂ ਮਾਰਦੇ ਨੇ 10 ਕਿਹੜੇ ਤਾਂ ਨਹੀਂ ਮਰਵਾਇਆ ਸੀਐਮ ਟਿੱਕਰ ਮਰਵਾਇਆ ਨਹੀਂ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦਾ ਚਰਨਜੀਤ ਚੰਨੀ ਕਿਹ ਰਹਿਣੀ ਬਾਦਲਾਂ ਦੇ ਮਗਰ ਪਿਆ ਨਹੀਂ ਦੱਸ ਕਿਹਦੇ ਦਾ ਮਗਰ ਨੇ ਪਿਆ ਜੇ ਮੌਜੂਦਾ ਇਹਨਾਂ ਦਾ ਮਗਰ ਪਿਆ ਨਹੀਂ ਕੰਟਰੋਲ ਜਣੀ ਕੀ ਕਰਨਾ ਸ਼ੁਰੂ ਕੀਤਾ ਤੁਸੀਂ ਕਿਉਂਕਿ ਆ ਜਿਹੜੀ ਤੁਹਾਡੀ ਰੀਲ ਸੀ ਇੱਕ ਜਿਹੜੀ ਲੜਕੀ ਨਾਲ ਤੁਸੀਂ ਗੱਲ ਕਰਦੇ ਸੀ ਹੈਨਾ ਉਹ ਜ਼ੁਬਾਨ ਵਾਲੀ ਗੱਲ ਹੋ ਗਈ ਚਲੋ ਇਸ ਤੇ ਵੀ ਬਹੁਤ ਮਤਲਬ ਕੰਟਰੋਵਰਸੀ ਹੋਈ ਹੈ ਕਿ ਇਹ ਮਤਲਬ ਲੈਂਗੁਏਜ ਸਹੀ ਨਹੀਂ ਹੈ ਮਤਲਬ ਇਸ ਤੇ ਕੰਮ ਕਰ ਰਹੇ ਹਾਂ ਕਿ ਠੀਕ ਹੈ ਚਲੋ ਹਾਂ ਦੇਖੋ ਮੇਰੀ ਗੱਲ ਇਹ ਆ ਯਾਰ ਜੋ ਮਰਜ਼ੀ ਹੋ ਜੇ ਮੇਰਾ ਤਾਂ ਮਾਤਾ ਮੇਰਾ ਜਿਹੜਾ ਬੰਦਾ ਮੈਂ ਇੱਕ ਨੂੰ ਕਿਸ ਨੂੰ ਐਡਾ ਪਾਗਲ ਨਹੀਂ ਹੈਗਾ ਮੈਂ ਜਿਹੜੇ ਏਜੰਟਾਂ ਨੇ ਪੈਸਾ ਮੋੜਿਆ ਮੈਨੂੰ ਦਿਖਾਓ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਦੀ ਪ੍ਰਮੋਸ਼ਨ ਹੋਊਗੀ ਜੇ ਤੁਸੀਂ ਮਿਲਣਾ ਚਾਹੁੰਨਾ ਸਾਡੇ ਕੋਲ ਨੰਬਰ ਪੈਨ ਹੈ ਕਿਸੀਂ ਮਲਾ ਇੱਕ ਬੁਲਾਣ ਨੇ ਉਹਨਾਂ ਨੂੰ ਮੈਂ ਉਹਨਾਂ ਦੇ ਖਿਲਾਫ ਬੋਲਿਆ ਜੇ ਜਿਹੜੀਆਂ ਜਿੰਨੀਆਂ ਕੁੜੀਆਂ ਨੇ ਗਿਆ ਏਜੰਟ ਮੂਰੇ ਆਪ ਨੇਗੇ ਉਹ ਕੁੜੀਆਂ ਨੂੰ ਮੂਰੇ ਕਰਦੇ ਆ ਉਹਦੇ ਘਰ ਵਾਲਿਆਂ ਨੂੰ ਮੂਰੇ ਕਰ ਦਿੰਦੇ ਨੇ ਘਰ ਵਾਲਿਆਂ ਕਹਿੰਦੇ ਨੇ ਗਾਉਣ ਬੋੜ ਰਿਹਾ ਬਾਨਾ ਸਿੱਧੂ ਇਹ ਕਰ ਰਿਹਾ ਜੋ ਤੈਨੂੰ ਪਤਾ ਨਹੀਂ ਮੈਂ ਕਹਿ ਰਿਹਾ ਮੈਂ ਤੈਨੂੰ ਦੂਜੀ ਵਾਰ ਨਹੀਂ ਫੋਨ ਲਾ ਰਿਹਾ ਦੂਜੇ ਹਫਤੇ ਤੈਨੂੰ ਫੋਨ ਲਾ ਰਿ ਮੁਰੋ ਅਗਲੀ ਕਹਿੰਦੇ ਹਾਂ ਮਣੀ ਵਾਪਸ ਕਰਾਂਗੇ ਇੰਨਾ ਆ ਬੈਟਲ ਆ ਪੁੱਛ ਲੈ ਬਾਈ ਸੱਚੀ ਗੱਲ ਬੋਲ ਕੇ ਦੱਸਿਓ ਕੀ ਕੁਛ ਨਹੀਂ ਇਹ ਏਜੰਟ ਬੋਲਦੇ ਮੁਰੋ ਦਫ਼ਤਰਾਂ ਦੇ ਵਿੱਚ ਇਹ ਕਰਦੇ ਨੇਗੇ ਜੇ ਸਾਡੇ ਬੰਦਿਆਂ ਨੂੰ ਜਾ ਕੇ ਇਹ ਗਾਲਾਂ ਕੱਢ ਸਕਦੇ ਨੇਗੇ ਜਾਂ ਮੰਦੀ ਸ਼ਬਦ ਬੋਲ ਸਕਦੇ ਨੇ ਮੈਂ ਤਾਂ ਗਾਲ ਵੀ ਨਹੀਂ ਕੱਢੀ ਮੈਂ ਤਾਂ ਇਹ ਗੱਲ ਕਿਹਾ ਵੀ ਤੇਰੀ ਜੀਬ ਖਿੱਚ ਲੂੰਗਾ ਠੀਕ ਆ ਨਾ ਗੱਲ ਇਹਨਾਂ ਲੋਕਾਂ ਨੂੰ ਗਾਲਾਂ ਕੱਢ ਸਕਦੇ ਨੇ ਭੋਲੇ ਭਾਲੇ ਨੂੰ ਤਾਂ ਫਿਰ ਅਸੀਂ ਅਸੀਂ ਕਿਵੇਂ ਕਰੀਏ ਥਾਣੇ ਦੇ ਧੰਮੁਕਿਆਂ ਬੌਂਸਰਾਂ ਤੋਂ ਕੀ ਕੁਝ ਨਹੀਂ ਕਰਾਉਂਦੇ ਆਹ ਕਾਰਨ ਹੋਰ ਦੱਸ ਖੁੱਲ ਕੇ ਗੱਲਬਾਤ ਕਰਕੇ ਜਾ ਨਹੀਂ ਖੁੱਲਕੀ ਆ ਸਾਰੇ ਜੀ ਚਲੋ ਮੋਸਟਲੀ ਮੋਸਟਲੀ ਗੱਲਾਂ ਤਾਂ ਹੋਏ ਗਈਆਂ ਤੇ ਮਤਲਬ ਕੁਝ ਏਦਾਂ ਦਾ ਵੀ ਐ ਕਿ ਜਿਹੜੇ ਨਹੀਂ ਨਹੀਂ ਲੱਖੇ ਬਾਈ ਇਹ ਕਹੇ ਰਹੇ ਕਿ ਲੱਖਾ ਬਾਈ ਅਕਸਰ ਕਹਿੰਦਾ ਹੁੰਦਾ ਕਿ ਮੈਂ ਭਾਨੇ ਸਿੱਧੂ ਨੂੰ ਸਮਝਾਉਂਦਾ ਰਹਿੰਦਾ ਕਿ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਚਲੋ ਉਹ ਉਹ ਤਾਂ ਤੁਸੀਂ ਗੱਲ ਆਪਣੀ ਹੋ ਗਈ ਆ ਮਤਲਬ ਕੁਝ ਇਸ ਤਰੀਕੇ ਦਾ ਵੀ ਪਲਾਨ ਹੈ ਕਿ ਜਿਹੜੇ ਇਹ ਲੋਕ ਨੇ ਕਿ ਖੱਜਲ ਨਾ ਹੋਣ ਜਾਂ ਕੋਈ ਆਪਣਾ ਤੁਸੀਂ ਵੀ ਇਮੀਗ੍ਰੇਸ਼ਨ ਦਾ ਵੀ ਖੋਲ ਸਕਦੇ ਹੋ ਕੋਈ ਐਸਾ ਵਿਚਾਰ ਹੋ ਸਕਦਾ ਹੈ ਜਿੰਦਗੀ ਦੇ ਵਿੱਚ ਨਾ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਕੀ ਜਿੱਥੇ ਲੋਕਾਂ ਦੀ ਲੁੱਟ ਹੁੰਦੀ ਹੈ ਜਿੱਥੇ ਕੋਈ ਮਾਰ ਹੁੰਦੀ ਹੈ ਅਸੀਂ ਇਹੋ ਜਿਹਾ ਕੰਮ ਕੋਈ ਕਰਾਂਗੇ ਨਹੀਂ ਮਤਲਬ ਮੈਂ ਯਾਰ ਫਰਜ਼ ਕਰਕੇ ਇਸ ਚੀਜ਼ ਦੀ ਪ੍ਰਮੋਸ਼ਨ ਕਰਨੀ ਆ ਮਤਲਬ ਉਹਦੇ ਪੰਜ-ਸੱਤ ਲੱਖ ਰੁਪਏ ਲੈ ਲੈ ਜਿਹੜੇ ਕੰਮ ਚੰਗੇ ਨੇਗੇ ਇਹ ਜੀ ਗੁਰੂ ਮਹਾਰਾਜ ਇਸ ਪਾਸੇ ਵੱਲ ਕਦੇ ਨਹੀਂ ਜਾਵਾਂਗੇ ਇਸ ਪਾਸੇ ਵੱਲ ਕਦੇ ਨਹੀਂ ਜਾਵਾਂਗੇ ਜਿਹੜਾ ਜਿਹੜਾ ਲੋਕਾਂ ਦੇ ਵਿੱਚ ਜਿੰਨਾ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਇੱਕ ਨੰਬਰ ਦਾ ਪੈਸਾ ਜਾਂ ਲੁੱਕ ਵੀ ਜਿਹੜੇ ਖੂਨ ਪਸੀਨੇ ਦੀ ਕਮਾਈ ਕਰਾਈ ਹੋਈ ਇਹਦੇ ਠੱਗੇ ਵਾਲਾ ਕੰਮ ਹੋਵੇ ਇਹਦਾ ਕੰਮ ਠੱਗੀ ਵਾਲਾ ਕੰਮ ਕੋਈ ਨਹੀਂ ਕਰਾਂਗੇ ਠੀਕ ਆ ਲੋਕਾਂ ਲਈ ਜਿੰਨੇ ਕੁ ਯੋਗ ਰਿਆ ਕਰ ਸਕਦੇ ਕਰਾਂਗੇ ਜਿੱਦਨ ਨਹੀਂ ਕੰਮ ਹੋਊਗਾ ਆ ਰਾਮਨਾਗਵ ਦਾ ਘਰੇ ਵਜਾਂਗੇ ਜਿੱਦਨ ਜਿੰਨੀ ਮਹਾਰਾਜ ਨੇ ਸੇਵਾ ਬਖਸ਼ਿਆ ਕਰਾਂਗੇ ਅਗਲੀ ਗੱਲ ਆ ਨਾ ਕਿਸੇ ਤੋਂ ਕਿਸੇ ਚੀਜ਼ ਦਾ ਡਰ ਨਾ ਘਬਰਾਟ ਜੇ ਕੋਈ ਬੰਦਾ ਇਹ ਗੱਲ ਕਹੂਗਾ ਜਾ ਸਰਕਾਰਾਂ ਜਾਂ ਲੀਡਰਾਂ ਦੋ ਕੰਮ ਕਰ ਸਕਦੇ ਨੇ ਧਿਆਨ ਨਾਲ ਗੱਲ ਸੁਣ ਲੈ ਆ ਜਾ ਜਾਂ ਏਜੰਟਾਂ ਨਾਲ ਮੱਥਾ ਜਿਹੜਾ ਸਿੱਧਾ ਲਾਇਆ ਹੋਇਆ ਦੇਖੋ ਜੇ ਕੋਈ ਮੈਨੂੰ ਬੰਦਾ ਇਹ ਗੱਲ ਕੂਗਾ ਮੈਂ ਜੇਲ੍ਹ ਛਡ ਦੂੰਗਾ ਨੂੰ ਪਰਚਾ ਕਰਾ ਦੂੰਗਾ ਕਈ ਏਜੰਟ ਗਏ ਪੁਲਿਸ ਕੋਲੇ ਗਏ ਵੀ ਭਾਣਾ ਸਾਨੂੰ ਸਿੱਧਾ ਬੋਲਦਾ ਨਾ ਤੇ ਪਰਚਾ ਨਹੀਂ ਹੀ ਸਵਾਲ ਪੁੱਛਣਾ ਸੀਗਾ ਅੱਗੇ ਕਿ ਕਿਸੇ ਏਜੰਟ ਨੇ ਤੁਹਾਡੇ ਖਿਲਾਫ ਕੋਈ ਦਰਜ ਕਰਾਇਆ ਹੋਵੇ ਮਾਮਲਾ ਇਹ ਗਏ ਇਹ ਏਜੰਟਾਂ ਦੇ ਪੈਰ ਜ਼ਮੀਨ ਹੀ ਨਹੀਂ ਹੈਗੇ ਇਹ ਪੈਰਾਂ ਦੇ ਕੰਨਾਂ ਦੇ ਪੈਰ ਥੱਲੇ ਧਰਤੀ ਤੇ ਨੰਨੇ ਪੈਰ ਲੱਗਦੀ ਨਹੀਂ ਕਿਉਂਕਿ ਠੱਗੀ ਵਾਲੇ ਬੱਟਨੇ ਇਹਨਾਂ ਦੇ ਇਹਨਾਂ ਕੋਲੇ ਅੱਲੇ ਪੱਲੇ ਕੱਖ ਨਹੀਂ ਹੈਗਾ ਗਏ ਪੁਲਿਸ ਕੋਲੇ ਵੀ ਭਾਨ ਨੇ ਸਾਨੂੰ ਰੋਖਾ ਬੋਲਿਆ ਕਹਿੰਦਾ ਵੀ ਮੈਂ ਕਰ ਦਿੰਨਾ ਪਰਚਾ ਪੁਲਿਸ ਇੱਕ ਅਫਸਰ ਕਹਿੰਦਾ ਮੈਂ ਪਰਚਾ ਕਰ ਦਿੰਨਾ ਕਹਿੰਦਾ ਪਰਚਾ ਕਰੂੰਗਾ ਵੀ ਲੋਕ ਵੀ ਕਹਿੰਦਾ ਹੋ ਸਕਦਾ ਪਿੱਛੇ ਹੋਣ ਆਓਗੇ ਪਿੱਛੇ ਹੈ ਆਓਗੇ ਨਾ ਆਹ ਗੱਲ ਆ ਇਹ ਕਹਿੰਦੇ ਲੋਕ ਵੀ ਕਹਿੰਦੇ ਕਹਿੰਦੇ ਵੀ ਕਹਿੰਦਾ ਹੋ ਸਕਦਾ ਪਿੱਛੇ ਹੋਣ ਕਹਿੰਦਾ ਨਾਲ ਤਾਂ ਤੂੰ ਠੱਗਾ ਨਾਲੇ ਕਹਿੰਦਾ ਮੈਨੂੰ ਰੋਵਾਗਾ ਨਾਲੇ ਕਹਿੰਦਾ ਬਾਹਰ ਧਰਨਾ ਲਾਹਾਂਗੇ ਇਸ ਕਰਕੇ ਚੁੱਪ ਕਰਕੇ ਘਰੇ ਵੀ ਕੋਈ ਗੱਲ ਨਹੀਂ ਦੂਸਰਾ ਕੰਮ ਕੀ ਕਰ ਸਕਦੇ ਨੇ ਜਿਵੇਂ ਇਹਨਾਂ ਨੇ ਦੋ ਚਾਰ ਪਿੱਛੇ ਜਿਹਨਾਂ ਨੇ ਹਰਕਤਾਂ ਕੀਤੀਆਂ ਏਜੰਟਾਂ ਨੇ ਧਮਕੀਆਂ ਸੰਮਕੀਆਂ ਦਵਾਉਣ ਵਾਲੀਆਂ ਹਨਾ ਮੈਂ ਕੋਈ ਗੱਲ ਕਹਿਣਾ ਨਹੀਂ ਤੁਹਾਨੂੰ ਧਮਕੀਆਂ ਯਾਰ ਮੈਂ ਇੱਕ ਲੱਜਿਕਰ ਨਹੀਂ ਕਰਦਾ ਇਹ ਚੀਜ਼ ਦਾ ਜਿਹੜਾ ਧਮਕੀਆਂ ਵਾਲਾ ਕਰਦਾ ਡਰਪੋਕ ਬੰਦੇ ਜ਼ਿਕਰ ਕਰਦੇ ਹੁੰਦੇ ਨੇਗੇ ਠੀਕ ਹੈ ਧਮਕੀ ਧਮਕੀ ਦੀ ਕਿਸੇ ਦੀ ਪਰਵਾਹ ਨਹੀਂ ਹੈਗੀ ਜੇ ਕੋਈ ਇਹੋ ਜਿਹਾ ਬੰਦਾ ਮੇਰੀ ਇਹੋ ਜੇ ਕੰਮ ਕਰਦੇ ਦੀ ਜਾਨ ਚਲੀ ਗਈ ਜਾਂ ਤਾਂ ਮੈਂ ਜੇਲ੍ਹ ਚ ਚਲਾ ਗਿਆ ਇਸ ਹਿਸਾਬ ਨਾਲ ਅਸੀਂ ਸਰਕਾਰ ਦੇ ਹੱਡਾਂ 'ਚ ਬੈਠਾਂਗੇ ਠੀਕ ਹੈ ਜੇ ਕੋਈ ਮੈਨੂੰ ਕੁਝ ਮੈਨੂੰ ਕੁਝ ਹੋ ਗਿਆ ਤਾਂ ਵੀ ਸਰਕਾਰ ਲਈ ਅਸੀਂ ਇਹ ਹਿਸਾਬ ਲਾ ਲਾ ਵੀ ਅਸੀਂ ਅਸੀਂ ਜਮਾਣ ਉਹਨਾਂ ਤਬਾਹ ਕਰਕੇ ਜਾਵਾਂਗੇ ਅਸੀਂ ਇਹ ਜਹੇ ਬੰਦੇ ਆ ਜਿਨ੍ਹਾਂ ਨੇ ਵੀ ਸਰਕਾਰਾਂ ਨੇ ਲੀਡਰਾਂ ਨੇ ਜਹਾ ਕੁਝ ਕੰਮ ਕਰਨਾ ਚਾਹਿਆ ਜਿਹੜੇ ਬੰਦੇ ਕੋਈ ਸਮਾਜ ਲਈ ਕੰਮ ਕਰਦੇ ਨੇ ਉਹਨਾਂ ਲਈ ਇਸ ਤੋਂ ਸਮੇਂ ਦੇ ਹਿਸਾਬ ਨਾਲ ਇਹ ਹਿਸਾਬ ਲਾ ਲਾ ਉਹਨਾਂ ਦੇ ਜਣਾ ਹੀ ਪਟੀਆਂ ਗਈਆਂ ਜੇ ਸਾਡੇ ਵਰਗੇ ਕੋਈ ਨੌਜਵਾਨਾਂ ਨੂੰ ਰੋਕਣ ਦੀ ਜਾਂ ਦਬਾਉਣ ਦੀ ਕੋਈ ਵੀ ਕੰਮ ਕਰੂਗਾ ਤਾਂ ਇਹ ਹਿਸਾਬ ਲਾ ਲਾ ਵੀ ਉਹ ਜੋ ਸਾਾਨੂੰ ਦੇਖ ਮੌਤ ਦਾ ਕਹਿੰਦੇ ਮੇਰੀ ਗੱਲ ਸੁਣ ਲੈ ਉਮਰ ਤਾਂ ਕਹਿੰਦੇ ਸੱਪ ਤੇ ਬੋਹੜ ਦੀ ਬਹੁਤ ਵੱਡੀ ਆ ਸੰਤ ਮਸਕੀਨ ਜੀ ਕਥਾ ਦੇ ਵਿੱਚ ਕਹਿੰਦੇ ਹੁੰਦੇ ਨੇ ਉਮਰ ਉਹ ਨਹੀਂ ਮੈਨੇ ਰੱਖਦੀ ਵੀ ਜਿਵੇਂ ਸੱਪ ਮੰਗੂ ਢੱਡਕਸਾ ਕੇ ਮਰੇ ਤੇ ਬੋਹੜ ਮੰਗੂ ਠੀਕਾ ਉਵੇਂ ਖੜ ਕੇ ਮਰੇ ਉਮਰ ਉਹ ਮੈਨੇ ਰੱਖਦੀ ਐ ਵੀ ਜਦੋਂ ਕੁਛ ਕਰਕੇ ਗਿਆ ਤੇ ਰਹਿੰਦੀ ਦੁਨੀਆ ਤੇ ਕਰ ਲੋਕ ਉਹਨਾਂ ਨੂੰ ਯਾਦ ਕਰ ਦਿੰਦੇ ਨੇ ਠੀਕ ਆ ਨਾ ਗੱਲ ਅਜਿਹੀ ਗੱਲ ਅੱਜ ਮੇਰਾ ਦਾਦਾ ਬੀਸਾ ਕੋਣੂ ਚਲੋ ਪਬਲਿਕ ਤੌਰ ਤੇ ਲੋਕ ਬਹੁਤ ਘਟ ਜਾਣਦੇ ਨੇ ਪਰ ਜਿੰਨੇ ਲੋਕ ਨੂੰ ਜਾਣਦੇ ਨੇਗੇ ਠੀਕ ਹੈ ਉਹ ਕਹਿੰਦੇ ਨੇ ਵੀ ਕਰਤਾਰ ਸਿੰਘ ਵਰਗਾ ਬੰਦਾ ਇੱਕ ਵੀ ਨਹੀਂ ਪੈਦਾ ਹੋ ਸਕਦਾ ਸਾਰੇ ਪਿੰਡ ਦੇ ਵਿੱਚ ਮੇਰੇ ਤੇ ਪਤਾ ਕਰ ਲੈ ਵੀ ਕਰਤਾਰ ਸਿੰਘ ਚੇਅਰਮੈਨ ਵਰਗਾ ਬੰਦਾ ਇੱਕ ਵੀ ਨਹੀਂ ਕੋਈ ਪੈਦਾ ਹੋ ਸਕਦਾ ਜੋ ਕੁਛ ਕਰਕੇ ਗਿਆ ਹੋ ਕਿਸਾਨੀ ਲਈ ਕਰਕੇ ਗਿਆ ਜੋ ਲੋਕਾਂ ਲਈ ਲੜ ਕੇ ਗਿਆ ਜੋ ਲੋਕਾਂ ਦੀਆਂ ਕੁੜੀਆਂ ਨੂੰ ਜਿਵੇਂ ਕਿਤੇ ਰੋਲੇ ਹੁੰਦੇ ਉਹਨਾਂ ਨੇ ਜਾ ਕੇ ਸਮਝਾਉ ਕੇ ਗਿਆ ਤਾਂ ਪਤਾ ਕਰ ਲਿਓ ਇਹ ਚੀਜ਼ ਹੁੰਦੀ ਆ ਜਾਂ ਜਿੰਨੇ ਵੀ ਹੋਰ ਨੌਜਵਾਨ ਨੇਗੇ ਜ ਠੀਕ ਹੈ ਉਹ ਆਪਣੇ ਆਪਣੇ ਤਾਂ ਕਹਿੰਦੇ ਵੀ ਹੁੰਦੇ ਨੇ ਕਿ ਬਹੁਤ ਘਰਾਂ ਦੇ ਵਿੱਚ ਇਹ ਹੁੰਦਾ ਕਿ ਹੋਰ ਮੈਂ ਦੱਸਣ ਨੂੰ ਭੁੱਲ ਗਿਆ ਸਾਡਾ ਜਿਹੜਾ ਪਰਿਵਾਰ ਆ ਨਾ ਅਸੀਂ ਜਿਹੜਾ ਪਰਿਵਾਰ ਆ ਨਾ ਅਸੀਂ ਸਾਡਾ ਸ਼ੁਰੂ ਤੋਂ ਹੀ ਲੈ ਕੇ ਜਿਹੜਾ ਸਾਡੀ ਲੋਕ ਸਾਡੇ ਲੋਕ ਸੇਵਾ ਸਾਡਾ ਲੱਗਦਾ ਆ ਅਸੀਂ ਪਰਿਵਾਰ ਪਤਾ ਕੀਤੇ ਆ ਅਸੀਂ ਹੈਗਾ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਦਾ ਪਰਿਵਾਰ ਜਿਹੜਾ ਅਸੀਂ ਪਰਿਵਾਰ ਆ ਹੁਣ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕੌਣ ਨੇ ਹੋਏ ਨੇ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੇ ਸੇਵਾ ਦਾ ਸਭ ਤੋਂ ਵੱਡਾ ਖਿਤਾਬ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਨੂੰ ਦਿੱਤਾ ਹੋਇਆ ਅਸੀਂ ਅਸੀਂ ਉਹਦੀ ਔਲਾਦ ਆ ਉਹਨਾਂ ਦੀ ਲਾਹਨਾ ਕਿਉਂਕਿ ਜਿੰਨਾ ਜਿੱਡੀ ਵੱਡੀ ਸੇਵਾ ਹਰਮੰਦਰ ਸਾਹਿਬ ਦੇ ਸਰੋਵਰ ਦੇ ਲਈ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਨੇ ਕੀਤੀ ਚਲੋ ਸਾਰੇ ਹੀ ਬੜੇ ਸਤਿਕਾਰਯੋਗ ਨੇ ਪਰ ਗੁਰੂ ਸਾਹਿਬ ਨੇ ਜਿਹਨੂੰ ਕਹੀ ਦਿੱਤਾ ਵੀ ਆ ਵੀ ਤੇਰਾ ਨੋ ਸੇਵਾ ਦੇ ਵਿੱਚ ਮੈਂ ਪਹਿਲਾਂ ਕਹਿਣਾ ਭਾਈ ਵੱਲੋਂ ਸਭ ਤੋਂ ਪਹਿਲਾਂ ਉਹਦੇ ਲਈ ਸ਼ਲੋਕ ਵੀ ਬਾਬਾ ਜੀ ਨੇ ਲਿਖੇ ਹੋਏ ਨੇਗੇ ਭਾਈ ਵੱਲੋਂ ਲਈ ਅਸੀਂ ਉਸ ਮਹਾਪੁਰਖ ਦੀ ਅਸੀਂ ਉਸ ਪੁਰਖ ਦੀ ਲਾਹਨਾ ਸਾਡੇ ਗੰਜ ਵੀ ਸਾਡੇ ਪਰਿਵਾਰ ਦੇ ਵਿੱਚ ਪੈਂਦਾ ਕਹਿੰਦੇ ਨੇ ਸਾਡੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਜੇ ਪਹਿਲਾਂ ਮੇਰੇ ਦਾਦੇ ਸੀ ਮੰਨ ਲਾਦਾ ਹੋ ਸਕਦਾ ਵੀ ਸਾਡੇ ਐਵੇਂ ਪਰਿਵਾਰ ਚ ਪੈਂਦਾ ਹੀ ਆਇਆ ਇਹ ਕਰਕੇ ਸੀ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਉਹਦੀ ਇਲਾਜ ਜਨਾਂ ਦਾ ਕਿ ਫਾਫੜੇ ਬਹੁਤ ਵੱਡਾ ਗੁਰੂ ਘਰ ਹੈ ਤੇ ਹਰਿਮੰਦਰ ਸਾਹਿਬ ਦੇ ਵਿੱਚ ਸਰੋਵਰ ਦੇ ਉੱਤੇ ਬਕਾਇਦਾ ਬਾਬਾ ਜੀ ਦੀ ਜਿਹੜੀ ਉਹ ਉਹਦੇ ਵਿੱਚ ਦੱਸਿਆ ਹੋਇਆ ਬਾਬਾ ਭਾਈ ਵੱਲ ਦਾ ਇਤਿਹਾਸ ਉਹ ਫਿਰ ਸਾਡੇ ਮੇਰੇ ਦਾਦਾ ਜੀ ਸਾਡੇ ਐਵੇਂ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਅਸਮਾਇਲੀ ਸੇਵਾ ਕਰਦੇ ਹੀ ਰਹਿੰਦਾ ਤੁਸੀਂ ਬਹੁਤ ਸੋਹਣੀ ਹੈ ਤੁਸੀਂ ਗੱਲਾਂ ਕੀਤੀਆਂ ਖੁੱਲਕੇ ਕਰ ਕਰ ਵੀ ਰਹੇ ਹੋ ਅੱਜ ਮੈਨ ਲੱਗਦਾ ਸ਼ਾਇਦ ਬਹੁਤ ਘੱਟ ਮੌਕੇ ਹੁੰਦੇ ਆ ਇਦਾਂ ਨਾ ਤੇ ਦੋ ਸਵਾਲ ਹੋਰ ਨੇ ਮੈਂ ਚਾਹੁੰਦਾ ਕਿ ਕਰ ਕਰੇ ਲਵਾਂ ਨਹੀਂ ਨਹੀਂ ਜੇ ਕੋਈ ਲੰਮੀ ਗੱਲ ਹੋ ਜੇ ਉਹਨੂੰ ਕੱਟ ਕੇ ਵੀ ਚਲਾਉਣਾ ਲੋਕਾਂ ਦੇ ਘਰ ਹਾਂ ਨਹੀਂ ਨਹੀਂ ਗੱਲ ਬਿਲਕੁਲ ਬਿਲਕੁਲ ਆਪਾਂ ਇਹ ਹੈ ਵੀ ਜੋ ਜੋ ਸਵਾਲ ਉੱਠਦੇ ਰਹਿੰਦੇ ਨੇ ਉਹ ਆਪਾਂ ਕਲੀਅਰ ਕਰ ਦਿੰਨੇ ਆ ਆਸਟ੍ਰੇਲੀਆ ਦਾ ਇੱਕ ਟੂਰ ਤੇ ਵੀ ਇੱਕ ਸਵਾਲ ਹੋਇਆ ਸੀ ਉਹ ਤੁਸੀਂ ਆਪ ਖਰਚ ਕੇ ਗਏ ਸੀ ਜਾਂ ਤੁਸੀਂ ਇਨਵਾਈਟ ਕੀਤੇ ਗਏ ਸੀ ਉਹ ਸੁਖਰਾਜ ਜੀ ਦਾ ਸਾਡਾ ਭਰਾ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਮੈਂ ਟੂਰ ਲਾਉਣ ਗਿਆ ਸਖਰਾਜ ਜੀ ਦਾ ਉੱਥੇ ਆਪਣਾ ਸਖਰਾਜ ਜੀਰੇ ਨੇ ਉਹਨੇ ਮੈਨੂੰ ਕਵਾਡੀ ਟੂਰਨਾਮੈਂਟ ਤੇ ਬੁਲਾਇਆ ਬੁਲਾ ਕੇ ਸਾਰਾ ਟਿਕਟ ਟੂ ਲੈ ਕੇ ਔਰ ਗੈਸਟ ਬੁਲਾਇਆ ਤੁਹਾਨੂੰ ਟਿਕਟ ਟੂ ਲੈ ਕੇ ਸਾਰਾ ਖਰਚਾ ਕੀਤਾ ਇੱਥੇ ਤੇ ਕਰਕੇ ਕੱਪੜੇ ਵੀ ਉਹ ਬੰਦੇ ਨੇ ਮੈਨੂੰ ਉੱਥੇ ਸ਼ੌਪਿੰਗ ਵੀ ਕਰਾਈ ਸਖਰਾਜ ਜੀ ਦਾ ਸਾਰਿਆਂ ਨੇ ਉਹਨੇ ਬੰਦੇ ਨੇ ਉਹਨੇ ਬੰਦੇ ਨੇ ਇੱਕੋ ਚੀਜ਼ ਤਨ ਮੈਂ ਗੱਲ ਦੱਸਦਾ ਹਾਂ ਉਹ ਕਹਿੰਦਾ ਬਈ ਅਸੀਂ ਕਲਾਕਾਰਾਂ ਨੂੰ ਬਹੁਤ ਬੁਲਾਉਣੇ ਆ ਕਲਾਕਾਰਾਂ ਨੂੰ ਬੁਲਾਉਣਾ ਕਹਿੰਦਾ ਉਹਨਾਂ ਨੂੰ ਬੁਲਾਉਣੇ ਕਹਿੰਦਾ ਤੁਸੀਂ ਕੁਝ ਨਾ ਕੁਝ ਪੰਜਾਬ ਲਈ ਕੁਝ ਕਰ ਰਹੇ ਹੋ ਕਹਣਾ ਯਾਰ ਤੁਸੀਂ ਫੇਰ ਮੈਂ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਥਾਵਾਂ ਦੇ ਵਿੱਚ ਗਿਆ ਉੱਥੇ ਮੈਂ ਆਸਟ੍ਰੇਲੀਆ ਜਾ ਕੇ ਕੀ ਕੀਤਾ ਮੈਂ ਹੋਰਾਂ ਹੋਰਾਂ ਕੰਟਰੀਆਂ ਦੇ ਵਿੱਚ ਵੀ ਜਾਊਂਗਾ ਮੈਂ ਉੱਥੇ ਜਾ ਕੇ ਕੀ ਕੀਤਾ ਮੈਂ ਉੱਥੇ ਜਿੰਨੇ ਵੀ ਨੌਜਵਾਨਾਂ ਨੂੰ ਜਿਨ੍ਹਾਂ ਥਾਵਾਂ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਗੱਲ ਇੱਕੋ ਹੀ ਕਰੀ ਵੀ ਆਪਣੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਆਪਾਂ ਆਪਣੇ ਪੰਜਾਬ ਦੀ ਧਰਤੀ ਨੂੰ ਵਾਪਸ ਮੁੜੀਏ ਨੌਜਵਾਨ ਹੁਣ ਤੁਸੀਂ ਦੇਖ ਲੈ ਰਿਵਰਸ ਮਾਈਗ੍ਰੇਸ਼ਨ ਹੀ ਕਹਿੰਦੇ ਉਹਨੂੰ ਵਾਪਸ ਮੁੜਨ ਹੁਣ ਉਹ ਕੰਮ ਚੱਲ ਵੀ ਪਈਣਾ ਉਹ ਗੱਲ ਮੈਂ ਸਾਰੇ ਥਾਵਾਂ ਤੇ ਜਾ ਕੇ ਇੱਕੋ ਗੱਲ ਕਹੀ ਜਿਵੇਂ ਕਿ ਜਿਹੜੇ ਮੈਂ ਕਿਸੇ ਪਰਿਵਾਰ ਦੇ ਵਿੱਚ ਘਰੇ ਉਦੇ ਬਾਈ ਦੇ ਦੋ ਬੇਟੀਆਂ ਸੀਗੀਆਂ ਉਹਨਾਂ ਦੇ ਘਰੇ ਵੀਰ ਬਾਰ ਬਣਿਆ ਹੋ ਸੀ ਮੈਂ ਕਿਹਾ ਬਾਈ ਆਪਾਂ ਸਿੱਖ ਫਲਸਫੇ ਨੂੰ ਸੰਬੰਧਿਤ ਰੱਖਦੇ ਆ ਮੈਂ ਕਿਹਾ ਆਹ ਕੀ ਘਰੇ ਖੁੱਲੀ ਖੜਾ ਉਹਨੇ ਉਸੇ ਟਾਈਮ ਹੀ ਵੀਰ ਬਾਰ ਆਪਦੇ ਘਰੋਂ ਚੁਕਾਤਾ ਹਨਾ ਮੈਂ ਕਿਹਾ ਬਾਈ ਇਹਨਾਂ ਨੂੰ ਕੁੜੀਆਂ ਨੂੰ ਪੰਜਾਬੀ ਸਿਖਾਈ ਆਪਣੇ ਇਤਿਹਾਸ ਨਾਲ ਜੁੜੀ ਉਹਨੇ ਬਾਈ ਨੇ ਘਰੇ ਹੀ ਆਪਦੇ ਸਾਰਾ ਕੁਝ ਮੈਂ ਕਹਿੰਦਾ ਬਾਈ ਅੱਜ ਤੋਂ ਇਹ ਕੰਮ ਸ਼ੁਰੂ ਆ ਇਹੋ ਜੇ ਥਾਮਾ ਤੇ ਮੈਂ ਗਿਆ ਤੇ ਜਿੰਨਾਂ ਨੂੰ ਵੀ ਜਾਣ ਦਾ ਮੌਕਾ ਮਿਲਿਆ ਗੁਰੂ ਘਰਾਂ ਦੇ ਵਿੱਚ ਮੈਨੂੰ ਪਰਥ ਦੇ ਵਿੱਚ ਸਨਮਾਨਿਤ ਕੀਤਾ ਸਾਰੇ ਗੁਰੂ ਘਰਾਂ ਦੇ ਵਿੱਚ ਮੈਨੂੰ ਬਕਾਇਦਾ ਸਨਮਾਨਿਤ ਕੀਤਾ ਹਨਾ ਇਹ ਸਾਰਾ ਕੁਝ ਉੱਥੇ ਮੈਂ ਆਪਦੇ ਆਪਣੇ ਜੋ ਪੰਜਾਬ ਦੇ ਸਾਡੇ ਕੋਲ ਚੱਲ ਰਿਹਾ ਉਹ ਗੱਲ ਕੀਤੀ ਹੁਣ ਸਾਡੇ ਸੀਐਮ ਸਾਹਿਬ ਦੀ ਵੀ ਉੱਥੇ ਮੇਰੇ ਕੋਲ ਮੈਂ ਵੀਡੀਓ ਇੱਕ ਦੋ ਬਣਾ ਕੇ ਲਿਆ ਆ ਨਸਰ ਨਹੀਂ ਕੀਤੀ ਉਹ ਕਹਿੰਦੇ ਸਭ ਤੋਂ ਪੈਸਾ ਲੱਗੇ ਉਹ ਜਿਆ ਕੁਝ ਵੀ ਮੈਂ ਕਰਕੇ ਆਇਆ ਕੰਮ ਸਾਰੇ ਹੀ ਕਰਕੇ ਆਇਆ ਹਨਾ ਇਹ ਗੱਲ ਆ ਹੁਣ ਹੋਰ ਵੀ ਸਵਾਲ ਕੋਈ ਕਰ ਆ ਕੰਮ ਉੱਥੇ ਮੈਂ ਬਾਹਰ ਜਾ ਕੇ ਕੀਤਾ ਨਹੀਂ ਨਹੀਂ ਬਸ ਅੱਗੇ ਅੱਗੇ ਮੇਰੇ ਤੇ ਕੋਈ ਬਲੇਮ ਆ ਮੈਂ ਕਹਿੰਦਾ ਕਲੀਅਰ ਬਸ ਆਹੀ ਸੀ ਮੈਨੂੰ ਲੱਗਦਾ ਜੋ ਸਾਰੀ ਸੀ ਹਾਂ ਕਿ ਮੇਰੀ ਮੇਰੀ ਸਾਡੇ ਥੋੜੇ ਤੁਹਾਨੂੰ ਇਹ ਲੱਗਦਾ ਹਨਾ ਵੀ ਮੈਂ ਕੋਈ ਚੈਨਲਾਂ ਦੇ ਨਿਊ ਚੈਨਲਾਂ ਦੇ ਖਿਲਾਫ ਹਾਂ ਇਹ ਵੀ ਮੇਰੇ ਕਿਸੇ ਦੇ ਮ खिलाफ ਨਹੀਂ ਇਹ ਤੁਸੀਂ ਵੀ ਨਾ ਤੁਸੀਂ ਵੀ ਨਾ ਗੱਲ ਰੱਖੋ ਵੀ ਚੈਨਲ ਤੁਹਾਡੇ ਕੋਈ ਖਿਲਾਫ ਹੈ ਇਹ ਵੀ ਨਹੀਂ ਹੈ ਮੇਰੀ ਬੇਨਤੀ ਮੇਰੇ ਸਾਰੇ ਚੈਨਲਾਂ ਨੂੰ ਇਹ ਆ ਠੀਕ ਆ ਉਹਨੇ ਮੇਰਾ ਪੱਕੇ ਤੌਰ ਤੇ ਬਾਈਕਾਟ ਕੀਤਾ ਹੋਇਆ ਠੀਕ ਆ ਤੁਸੀਂ ਆਨਰ ਆ ਗਿਆ ਮੈਂ ਤੁਹਾਨੂੰ ਕਿਹਾ ਵੀ ਆਓ ਉਹਨੇ ਪੱਕੇ ਤੌਰ ਤੇ ਮੇਰਾ ਬਾਈਕਾਟ ਕਿਉਂ ਕੀਤਾ ਉਹ ਕਹਿੰਦਾ ਵੀ ਇਹ ਇਹ ਸਰਕਾਰ ਦੇ ਲੀਡਰਾਂ ਦੇ ਖਿਲਾਫ ਹਾਂ ਮੈਂ ਉਹਨੂੰ ਪੁੱਛਦਾ ਵੀ ਬਾਈ ਮੇਰਾ ਸਾਡਾ ਬਾਈਕਾਟ ਕਿਉਂ ਕੀਤਾ ਮੈਂ ਨਹੀਂ ਕਹਿੰਦਾ ਵੀ ਜੇ ਅੱਜ ਉਹਨੂੰ ਐ ਲੱਗਦਾ ਹੋਊ ਵੀ ਹਨਾ ਵੀ ਇਹ ਬੰਦਾ ਕੋਈ ਊਈ ਜਾ ਪਹਿਲਾਂ ਕਿਹੜਾ ਮੇਰੇ ਵੀਡੀਓ ਇੰਟਰਵਿਊ ਚਲਾਉਂਦਾ ਨਹੀਂ ਰਿਹਾ ਹੈਨਾ ਅਗਲੀ ਗੱਲ ਮੇਰਾ ਮੇਰੀ ਚਲ ਕੁਝ ਨਹੀਂ ਹੁੰਦਾ ਮੈਂ ਕਿਸੇ ਨੂੰ ਇਹ ਨਹੀਂ ਕਹ ਰਿਹਾ ਮੈਂ ਗਲਤ ਨਹੀਂ ਕਰ ਰਿਹਾ ਨੇ ਮੇਰਾ ਬਾਈਕਟ ਕੀਤਾ ਕਹਿੰਦੇ ਬਾਈਕਟ ਕੀਤਾ ਪਹਿਲਾਂ ਫਿਰ ਮੇਰੀਆਂ ਵੀਡੀਓ ਕਿਉਂ ਚਲਾਉਂਦੇ ਰਹੇ ਹੋ ਜਦੋਂ ਪਹਿਲਾਂ ਸੀਗਾ ਜਦੋਂ ਮੈਂ ਕੋਈ ਗੱਲ ਹੁਣ ਵੀ ਚਲਾਓ ਹੁਣ ਵੀ ਮੈਂ ਲੋਕਾਂ ਦੀ ਗੱਲ ਕਰਦਾ ਪਬਲਿਕ ਦੀ ਗੱਲ ਕਰਦਾ ਇੰਟਰਵਿਊ ਬਚਾਰੇ ਕਰਕੇ ਉਹਨਾਂ ਦੇ ਚੈਨਲ ਵਾਲੇ ਮੁੰਡੇ ਲੈ ਜਾਂਦੇ ਨੇ ਤੇ ਦਫ਼ਤਰਾਂ ਦੇ ਵਿੱਚ ਚਲਾਈਆਂ ਨਹੀਂ ਜਾਂਦੀਆਂ ਆਹ ਗੱਲ ਆ ਇਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਦੇਖੋ ਚਲੋ ਮੈਂ ਇਸ ਚੀਜ਼ ਨੂੰ ਮੰਨਦਾ ਵੀ ਥੋੜੀ-ਮੋਟੀ ਜਿਹੜੀ ਮੌਜੂਦਾ ਸਰਕਾਰ ਆ ਉਸ ਨੂੰ ਦੇਖ ਕੇ ਕਰਨਾ ਪੈਂਦਾ ਪਰ ਯਾਰ ਇਹੋ ਜਿਹੇ ਮੁੱਦੇ ਤਾਂ ਦਿਖਾਓ ਆ ਲੋਕਾਂ ਦੇ ਸਾਡੇ ਪਬਲਿਕ ਦੇ ਮੁੱਦੇ ਤਾਂ ਦਿਖਾਓ ਜਿਹੜਾ ਵੀ ਕੋਈ ਸਵਾਲ ਆ ਖੁੱਲ ਕੇ ਮੇਰੇ ਨਾਲ ਸਵਾਲ ਕਰੋ ਵੀ ਆ ਸਵਾਲ ਦਾ ਸਾਨੂੰ ਜਵਾਬ ਤਾਂ ਦੇ ਅਸੀਂ ਜਵਾਬ ਦੇ ਆ ਹਾਂ ਜੇ ਪਿਛਲੇ ਸਮੇਂ ਦੇ ਵਿੱਚ ਇੱਕ ਸੋਰਨਾ ਹੋਰ ਮੇਰੀ ਗੱਲ ਮੈਂ ਪਿਛਲੇ ਸਮੇਂ ਦੇ ਵਿੱਚ ਮੈਂ ਜਦੋਂ ਵੀਡੀਓ ਚੈਨਲ ਸ਼ੁਰੂ ਕਰਾਂ ਮੈਂ ਗਾਲਾਂ ਕੱਢਦਾ ਹੁੰਦਾ ਸ਼ਰਮ ਮੈਂ ਉਹ ਚੀਜ਼ ਤੋਂ ਭੱਜਦਾ ਨਹੀਂ ਮੈਂ ਲੋਕਾਂ ਤੋਂ ਮਾਫੀ ਮੰਗਦਾ ਮੈਂ ਮਾ ਉਹ ਨੌਜਵਾਨ ਸੀ ਮੈਂ ਜਜ਼ਬਾਤੀ ਤੌਰ ਤੇ ਅਸੀਂ ਕੀ ਕਰਿਆ ਉਹ ਉਹੀ ਗੱਲ ਕਰਦਾ ਸੀ ਵੀ ਉਹ ਚੇਂਜ ਲੈ ਕੇ ਆ ਰਹੇ ਹੋ ਤੁਸੀਂ ਆਪਣੇ ਵਿੱਚ ਤੁਸੀਂ ਮੈਂ ਕਹਿੰਦਾ 2 ਸਾਲਾਂ ਦਾ ਦਿਖਾ ਦੇ 2.5 ਸਾਲਾਂ ਦਾ ਜਾਂ ਮੈਂ ਉਹੋ ਜੀ ਕੋਈ ਵੀਡੀਓ ਕੰਟੈਂਟ ਬਣਾਇਆ ਹੋਵੇ ਅਸੀਂ ਕਰਦੇ ਸੀ ਸਾਰੇ ਆਮ ਜਿਹੜਾ ਕੋਈ ਪਿੰਡਾਂ ਦੇ ਵਿੱਚ ਚੱਲਦਾ ਉਹ ਚਲਾਉਂਦੇ ਮੇਰਾ ਜਮਾ ਹਨ ਖੁੱਲੀ ਕਿਤਾਬ ਵਾਲਾ ਕੰਮ ਉਹ ਕੰਮ ਉਦੋਂ ਅਸੀਂ ਗਲਤ ਸੀਗੇ ਠੀਕ ਆ ਉਦਾਂ ਨੇ ਅਸੀਂ ਕਿਉਂਕਿ ਸਾਡਾ ਨਹੀਂ ਸੀ ਕੰਮ ਚੱਲ ਰਿਹਾ ਸੀ ਬੇਰਜ਼ਗਾਰ ਸੀਗੇ ਅਸੀਂ ਮੈਂ ਪੁਲਿਸ ਚ ਵੀ ਭਰਤੀ ਹੋਣ ਬਾਰੇ ਸੋਚਿਆ ਫੌਜ ਚ ਵੀ ਹੋਣ ਬਾਰੇ ਸੋਚਿਆ ਕੋਈ ਭਰਤੀ ਨਹੀਂ ਹੋਈ ਫਿਰ ਸਿਆ ਚੀਜ਼ ਚ ਲਾਈ ਅਸੀਂ ਸਿੱਧੇ ਜੋ ਪਿੰਡ ਪਿੰਡ ਚੱਲਦਾ ਉਹ ਦਿਖਾਉਣ ਲੱਗ ਗਏ ਅਸੀਂ ਜੋ ਸਾਡੇ ਸੱਥਾਂ ਚ ਚੱਲਦਾ ਬੱਸ ਉਹ ਚੀਜ਼ ਉਹ ਉਵੇਂ ਚੱਲ ਸਾਨੂੰ ਉਹ ਪਰਦੇ ਨਹੀਂ ਜਾ ਕੇ ਦਿਖਾਉਣੀ ਚਾਹੀਦੀ ਇਹ ਕੰਮ ਹੁਣ ਅਸਲ ਦੇ ਵਿੱਚ ਮੈਂ ਇਹ ਕਿਹਾਣਾ ਤੁਸੀਂ ਇੱਕ ਤਰ੍ਹਾਂ ਸਵਾਲ ਹੋਰ ਰਹਿ ਗਿਆ ਵੀ ਮੈਂ ਆਪਣੇ ਦਿਲ ਦੀ ਗੱਲ ਦੱਸਦਾ ਵੀ ਜੇ ਭਾਣਾ ਆਹ ਕੁਝ ਕਰੀ ਜਾਂਦਾ ਵੀ ਇਹ ਕੋਈ ਰਾਜਨੀਤੀ ਚਾਹੂ ਜਾਂ ਲੀਡਰ ਬਣੂ ਨਹੀਂ ਕੋਈ ਕੋਈ ਕਰ ਰਿਹਾ ਫਿਊਚਰ ਪਲਾਨ ਕੀ ਫਿਊਚਰ ਪਲਾਨ ਕੀਨੇ ਮੈਨੂੰ ਬਿਲਕੁਲ ਹੀ ਮੇਰਾ ਕੋਈ ਜਿਹੜਾ ਰਾਜਨੀਤੀ ਜਾਣ ਦਾ ਮਕਸਦ ਨਹੀਂ ਸੁਣ ਲੈ ਮੇਰੀ ਗੱਲ ਨਾ ਕੋਈ ਮੈਨੂੰ ਇਸ ਤਰ੍ਹਾਂ ਦਾ ਕੋਈ ਗੱਲ ਹਨਾ ਮੇਰਾ ਮਕਸਦ ਇਹ ਆ ਕਿ ਮੈਂ ਅਨਡਪੈਂਡੈਂਟ ਰਹਿ ਕੇ ਸੇਵਾ ਕਰਾਂ ਹੋ ਸਕਦਾ ਕੋਈ ਪਲਾਨ ਹੈ ਜੀ ਬਣ ਜੇ ਮੈਂ ਵਾਦਾ ਨਹੀਂ ਕਰਦਾ ਲੱਖੇ ਸਿਧਾਣੇ ਦੀ ਤਾਂ ਸਪੋਰਟ ਕਰਦੇ ਰਹੋਗੇ ਨਾ ਕਰੂ ਮੈਂ ਕਿਹਾ ਲੱਖੇ ਦੀ ਵੀ ਸਪੋਰਟ ਕਰੂ ਜਾਂ ਸਖਪਾਲ ਖਰੇ ਨੂੰ ਵੀ ਕਿਹਾ ਵੀ ਤੂੰ ਕਾਂਗਰਸ ਚ ਬਾਹਰ ਆ ਜਾਏਗਾ ਤੇਰੀ ਵੀ ਸਪੋਰਟ ਕਰੂ ਕੱਲ ਸਿੱਧੂ ਦੇ ਬਾਪੂ ਨੂੰ ਵੀ ਇਹ ਗੱਲ ਕਹਿ ਕੇ ਆਇਆ ਬਾਪੂ ਜੀ ਸਿੱਧੂ ਦੇ ਬਾਪੂ ਨਾਲ ਸੀ ਕੱਲ ਅਸੀਂ ਗੀਤ ਛੂਟ ਕਰਦੇ ਮੈਂ ਬਾਪੂ ਜੀ ਨੂੰ ਵੀ ਇਹ ਗੱਲ ਕਹਿ ਕੇ ਆਇਆ ਬਾਪੂ ਮੈਂ ਕਿਹਾ ਜੇ ਤੁਸੀਂ ਆਪਾ ਰਾਜਨੀਤੀ ਚ ਕੱਲ ਨੂੰ ਆਉਣਾ ਹੋਵੇ ਮੈਂ ਕਿਹਾ ਮੈਂ ਸਿੱਧੂ ਬਾਈ ਨੂੰ ਵੀ ਇਹ ਗੱਲ ਕੀਤੀ ਸੀਗੀ ਸਿੱਧੂ ਬਾਈ ਮੇਰੇ ਨਾਲ ਬਹੁਤ ਮੋਹ ਪਿਆਰ ਰਹਾ ਮ ਮੰਕਮਾ ਨੈਸ਼ਨਲ ਦਿੱਲੀ ਦੀ ਗੱਲ ਚੱਲ ਰਹੀ ਹੈ ਕਿ ਬਾਪੂ ਜੀ ਨੂੰ ਖੜਾ ਦਈਏ ਕਾਂਗਰਸ ਕਹਿੰਦਾ ਗੱਲ ਕੀਆ ਮੈਂ ਕਿਹਾ ਬਾਪੂ ਜੀ ਮੈਂ ਘਰ ਘਰ ਫਿਰ ਜੂੰ ਜਿੰਨੇ ਕੁ ਜੋਗਰਾ ਹੈਗਾ ਮੈਂ ਪਰ ਤੁਸੀਂ ਆਪਾਂ ਪੰਜਾਬ ਦੇ ਵਿੱਚ ਆ ਜਿਹੜੇ ਦਿੱਲੀ ਦੇ ਪਾਰਟੀ ਨੇ ਇਹਨਾਂ ਦੀ ਗੱਲ ਨਹੀਂ ਕਰਨੀ ਜੇ ਆਪਾਂ ਆਪਾਂ ਖੇਤਰੀ ਪਾਰਟੀ ਬਣਾ ਕੇ ਜਾਂ ਇਹਨਾਂ ਤੋਂ ਪਾਰਟੀ ਤੋਂ ਬਾਹਰ ਆ ਕੇ ਆਜ਼ਾਦ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਅਸੀਂ ਅਸੀਂ ਤੁਹਾਡੇ ਲਈ ਘਰ ਘਰ ਫਿਰਾਂਗੇ ਅਸੀਂ ਵੋਟਾਂ ਮੰਗਾਂਗੇ ਤੁਹਾਡੇ ਲਈ ਕੀ ਕਹਿੰਦੇ ਫਿਰ ਬਾਪੂ ਜੀ ਬਾਪੂ ਜੀ ਕਹਿੰਦੇ ਪੁੱਤੇ ਤੇਰੀ ਗੱਲ ਬਿਲਕੁਲ ਸਹੀ ਹੈ ਤੇ ਸੋਚਾਂ ਵਿਚਾਰਾਂਗੇ ਠੀਕ ਹੈ ਬਾਪੂ ਨੂੰ ਵੀ ਇਹ ਗੱਲ ਕਿਹਾ ਸਖਪਾਲ ਖਰ ਨੂੰ ਮੈਂ ਕਿਹਾ ਤੁਸੀਂ ਕਾਂਗਰਸ ਛੱਡੋ ਤਾਂ ਤੁਸੀਂ ਸਿੱਖਾਂ ਦੀ ਗੱਲ ਨੌਜਵਾਨਾਂ ਦੀ ਬਹੁਤ ਕਰਦੇ ਹੋ ਚੰਗੀ ਗੱਲ ਤੁਸੀਂ ਕਰਦੇ ਹੋ ਪਰ ਕਾਂਗਰਸ ਛੱਡ ਕੇ ਬਾਹਰ ਆਓ ਉਹ ਕਹਿੰਦਾ ਵੀ ਕਾਂਗਰਸ ਤੋਂ ਬਣਾ ਆਧਾਰ ਨਹੀਂ ਹੈਗਾ ਕਿਵੇਂ ਕਰੀਏ ਮੈਂ ਕਿਹਾ ਉਹਦੇ ਉਹਨਾਂ ਦੇ ਬੇਟੇ ਤੇ ਕਰ ਮੈਂ ਮੈਸੇਜ ਸੁਨੇਹਾ ਹੁਣ ਭਜਾਇਆ ਮੈਨੂੰ ਹੁਣ ਇੱਕ ਗੱਲ ਦੱਸੋ ਵੀ ਸੁਖਵਾਲ ਖੇਰਾ ਅੰਦਰ ਆ ਕੀ ਕਾਂਗਰਸ ਨੇ ਉਹਦੇ ਲਈ ਕੋਈ ਧਰਨਾ ਮੁਜ਼ਾਰਾ ਕੋਈ ਲਾਇਆ ਦੱਸੋ ਮੈਨੂੰ ਕੋਈ ਬਦਰੋਹ ਕੀਤਾ ਅਸੀਂ ਪਰਮਿੰਦਰ ਝੋਟਾ ਨਛੇਰੇ ਕੇਸ ਦੇ ਵਿੱਚ ਅੰਦਰ ਸੀਗਾ ਮਾਨਸਾ ਦਾ ਮੁੰਡਾ ਅਸੀਂ ਅਸੀਂ ਉਹਦੇ ਤੇ ਅਸੀਂ ਉਹਨੂੰ ਅਸੀਂ ਉਹਨੂੰ ਪ੍ਰੋਟੈਸਟ ਕਰਕੇ ਬਾਹਰ ਕਢਾਇਆ ਨਹੀਂ ਕੀ ਕਾਂਗਰਸ ਦੇ ਜਿੰਨੇ ਆ ਇਹ ਸਾਰੇ ਜਿਹੜੇ ਮਾਰਗੇ ਲੀਡਰ ਚ ਕੀ ਸਖਪਾਲ ਖਰ ਨੂੰ ਬਾਹਰ ਨਹੀਂ ਕਢਾ ਸਕਦੇ ਸਖਪਾਲ ਖਰ ਨੂੰ ਚਾਹੀਦਾ ਮੈਂ ਕਾਂਗਰਸ ਪਾਰਟੀ ਤੋਂ ਬਾਹਰ ਆ ਕੇ ਪੰਜਾਬ ਦੀ ਗੱਲ ਕਰਾਂ ਪੰਜਾਬ ਦਾ ਪੁੱਤ ਬਣ ਕੇ ਗੱਲ ਕਰਾਂ ਹੁਣ ਇਹ ਚੀਜ਼ ਨਾ ਸੋਚ ਮੈਂ ਬਠਿੰਡ ਦੇ ਚੋਣ ਹਾਰ ਗਿਆ ਸੀਗਾ ਵੀ ਮੇਰਾ ਲੋਕਾਂ ਨੇ ਪਤਾ ਨਹੀਂ ਸਾਥ ਨਹੀਂ ਦੇਣਾ ਲੋਕਾਂ ਲਈ ਖੜਨਾ ਸਿੱਖੋ ਸਿਕੰਦਰ ਪਹਿਲਾਂ ਕਿੰਨੇ ਵਾਰੀ ਹਾਰ ਗਿਆ ਸੀਗਾ ਬਾਜਪੂਰੀ ਦੁਨੀਆ ਤੇ ਰਾਜ ਸਥਾਪਿਤ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਲਓ ਪਰ ਤੁਸੀਂ ਲੋਕਾਂ ਲਈ ਤਾਂ ਖੜ ਕੇ ਦੇਖੋ ਲੋਕਾਂ ਲਈ ਤਾਂ ਕੁਝ ਕਰੋ ਹੁਣ ਕਿੰਨੇ ਬੰਦੇ ਨੇਗੇ ਜਿਹੜੇ ਕਿ ਕਹਿੰਦੇ ਨੇ ਨਾ ਕਈ ਲੋਕ ਕਹਿੰਦੇ ਕਿ ਯਾਰ ਜਦੋਂ ਲੋਡ ਪੈਂਦੀ ਆ ਫਿਰ ਲੋਕ ਨਹੀਂ ਖੜਦੇ ਲੋਕ ਲੋਕ ਖ ਕੋਈ ਚੱਕਰੀ ਜੇ ਲੋਕਾਂ ਲਈ ਸੰਘਰਸ਼ ਕਰੋਗੇ ਲੋਕ ਵੀ ਹੌਲੀ ਹੌਲੀ ਖੜਨਗੇ ਲੋਕ ਦੇਖਣਗੇ ਅਜੇ ਤਾਂ ਅੱਜ ਹੀ ਕਹਿੰਦੇ ਨੇ ਵੀ ਸਾਨੂੰ ਕੁਰਸੀ ਤੇ ਬਿਠਾ ਦਿਓ ਮੈਂ ਇੱਕ ਗੱਲ ਤੈਨੂੰ ਸਾਫ਼ ਕਹਿਣਾ ਚਾਹਣਾ ਜਿਹੜੇ ਇਹ ਲੀਡਰ ਕਹਿੰਦੇ ਨੇ ਵੀ ਅੱਜ ਹੀ ਸਾਨੂੰ ਕੁਰਸੀ ਮੈਂ ਗੱਲ ਕਹਿਣਾ ਵੀ ਜਿਹੜਾ ਅੱਜ ਸਾਡਾ ਚਾਹੇ ਪੰਜਾਬ ਦਾ ਸੀਐਮ ਚਾਹੇ ਜਿਹੜਾ ਇਹਨਾਂ ਦੀ ਕੋਈ ਪਾਰਟੀ ਦੇ ਵਿੱਚ ਐਮਐਲਏ ਆ ਆ ਮੈਨੂੰ ਕਿੰਨੇ ਸਾਲ ਹੋ ਗਏ ਲੋਕਾਂ ਲਈ ਬੋਲਦੇ ਨੂੰ ਕਿੰਨੇ ਕੰਮ ਚੱਕ ਲਈ ਮੈਂ ਹੁਣ ਕਿਹੜੇ ਕਿਹੜੇ ਗਣਾਵਾਂ ਇਹਨਾਂ ਦੇ ਇੱਕ ਵੀ ਐਮਐਲਏ ਦੇ ਜਾਂ ਮੁੱਖ ਮੰਤਰੀ ਦੇ ਕੰਮ ਪਾਪਰ ਤੋਂ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤਾਂ ਐਮਪੀ ਬਣਨ ਤੋਂ ਪਹਿਲਾਂ ਕੰਮ ਕੀਤੇ ਦਿਖਾ ਦੇ ਮੇਰੇ ਜੰਨੇ ਮੈਂ ਤੈਨੂੰ ਸਾਫ਼ ਗੱਲ ਕਹਣਾ। ਯਾਨੀ ਸਿੱਧੀ ਤੌਰ ਤੇ ਆ ਵੀ ਇਸ ਇਸ ਤਰ੍ਹਾਂ ਦੇ ਕੰਮ ਐਮਐਲਏ ਨੂੰ ਕਰਨੇ ਚਾਹੀਦੇ ਨੇ ਹਰ ਇੱਕ ਨੂੰ ਕਰਨੇ। ਐਮਐਲਏ ਹੁਣ ਸਾਡਾ ਅਲਾਹ ਬੋਗੋ ਕਿ ਐਮਐਲਏ ਜਾ ਜਾ ਕੇ ਦੇਖ ਲੋ ਜੇ ਪੰਜ ਬੰਦੇ ਤੋਂ ਵੱਧ ਉਹਦੇ ਕੋਲੇ ਹੁਣ ਆਹ ਦੇਖ ਲੈ ਤੇਰੇ ਸਾਹਮਣੇ ਆਹ 200 ਬੰਦਾ ਤੁਹਾਡੇ ਕੋਲ ਹੀ ਉਹ ਮੈਂ ਕਹਣਾ ਉਹਦੇ ਕੋਲੇ ਜੇ ਬਗ ਵੀ ਜਾਣਗੇ ਹੈ ਜੇ ਕੋਈ ਮਸਲਾ ਹੱਲ ਕਰ ਦਣਗੇ ਛੋਟੇ ਛੋਟੇ ਮਸਲੇ ਨੇ ਐਮਐਲਏ ਕੋ ਫੋਨ ਮਾਰੇ ਵੀ ਆ ਏਜੰਟ ਤੋਂ ਏਜੰਟ ਤੋਂ ਪੈਸੇ ਵਾਪਸ ਚਾਹ ਉਹਦਾ ਪੀਆ ਫ ਉਹ ਤਾਂ ਜਾਇਦਾ ਮਰਜ਼ੀ ਧਾਰਾ ਲਵਾ ਦੇ ਜਿਵੇਂ ਮੇਰੇ ਤੇ ਲਵਾਈ ਹੈ ਇਹ ਕੰਮ ਨੇ ਛੋਟੇ ਛੋਟੇ ਕੰਮ ਪਬਲਿਕ ਕੰਮ ਨੇ ਕਿ ਲੋਕਾਂ ਲਈ ਬੈਠ ਕੇ ਕਰ ਸਕਦੇ ਹੋ ਬੁੱਧਵਾਰ ਨੂੰ ਬਹਿਣਾ ਆਏ ਬੁੱਧਵਾਰ ਬਹਿਣਾ ਮੈਂ ਚਲੋ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਹੁਣ ਵੀਰਵਾਨ ਕੇ ਦੇਖ ਮੈਂ ਤੁਹਾਨੂੰ ਸਾਫ਼ ਗੱਲ ਇੱਕ ਵੀ ਦੱਸੀ ਆ ਅਣਕਟ ਵੀਡੀਓ ਚਲਾਓ ਵੀਰ ਬਣ ਕੇ ਕੋਈ ਮੈਂ ਤੁਹਾਡੀ ਛਾਣ ਦੇ ਖਿਲਾਫ ਨਹੀਂ ਬੋਲਿਆ ਮੇਰੇ ਮਨ ਦੇ ਵਿੱਚ ਗੁੱਸਾ ਇੱਕੋ ਹੀ ਸੀਗਾ ਕਿ ਯਾਰ ਜੇ ਤੁਸੀਂ ਠੀਕ ਆ ਮੇਰੇ ਖਿਲਾਫ ਕੋਈ ਬੰਦਾ ਬੋਲ ਪਿਆ ਤਾਂ ਮੇਰਾ ਵੀ ਪੱਖ ਤੁਸੀਂ ਰੱਖੋ ਤੇ ਇਹ ਵੀ ਦੱਸੋ ਇਹ ਥੋੜੂਗਾ ਵੀ ਯਾਰ ਆਪਾਂ ਮੇਰੇ ਚਾਹਣ ਵਾਲਾ ਦਿਲ ਟੁੱਟ ਜਾਈ ਭਾਨਾ ਬਕਾਊ ਆ ਬਿਲਕੁਲ ਦੇਖੋ ਅਸੀਂ ਤਾਂ ਆਏ ਆ ਮੈਨੂੰ ਜਿਹੜੇ ਵੀ ਦੇਖ ਨਿੰਦਿਆ ਮੇਰੀ ਹੁੰਦੀ ਰਹਣੀ ਨਿੰਦਿਆ ਹੋਰ ਹੋਵੇ ਮੈਨੂੰ ਕੋਈ ਚੱਕਰ ਨਹੀਂ ਜਿੰਨੀ ਮੇਰੀ ਨਿੰਦਿਆ ਹੋਊ ਤਾਂ ਮੇਰੇ ਲਈ ਵਾਸਤੇ ਭੜਈ ਆ ਪਰੇ ਜੀ ਨਹੀਂ ਹੈ ਕਿ ਵੀ ਯਾਰ ਕੋਈ ਜਿਹੜੇ ਮੇਰੇ ਹੁਣ ਮੇਰੇ ਆ ਇਹਨਾਂ ਦੇ ਦਿਮਾਗ ਚ ਕੀ ਜਾਊਗਾ ਵੀ ਭਾਨਾ ਪੈਸੇ ਲੈ ਕੇ ਚੁੱਪ ਕਰ ਗਿਆ ਜਾਂ ਭਾਨਾ ਵਿਕ ਗਿਆ ਜਾਂ ਉਹਨੇ ਜਿਵੇਂ ਬਾਈ ਨੇ ਉਹਨੇ ਗੱਲ ਕਹੀ ਉਹਨੇ ਇਹ ਗੱਲ ਕਹੀ ਸੀਗੀ ਵੀ ਆਪਣਾ ਵੀ ਇਹ ਤਾਂ ਐਵੇਂ ਫੋਕੀ ਫਾਰਮੈਲਟੀ ਐਵੇਂ ਫੋਨ ਲਾ ਲੈਂਦੇ ਨੇ ਕਿ ਕੁਝ ਕਰਾ ਨਹੀਂ ਰਹੇ ਜਾਂ ਫੋਕੀ ਸ਼ਰਤਾਂ ਦੇ ਮਾਰੇ ਕਹਿੰਦੇ ਨੇ ਇਹ ਚੀਜ਼ ਤੋਂ ਬੰਦੇ ਦਾ ਦੁੱਖ ਹੁੰਦਾ ਪੱਖ ਜੇ ਉਧਰੋਂ ਵੀ ਲੱਤਾ ਉਹਦਾ ਵੀ ਮੈਂ ਕਹਣਾ ਅਧਿਕਾਰ ਆ ਜਮੋ ਬੰਦਾ ਕਹਿੰਦਾ ਸੀਗਾ ਮੈਂ ਬੋਲ ਸਕਦਾ ਉਹਦੇ ਕੁਲੀ ਬੋਲਣ ਦਾ ਅਧਿਕਾਰ ਆ ਤੇ ਆ ਮੈਂ ਰੱਖੀਏ ਲੋਕਾਂ ਸਾਹਮਣੇ ਗੱਲ ਠੀਕ ਹੈ ਸਾਡੇ ਨਾਲ ਤਾਂ ਕੋਈ ਗਿਲਾ ਨਹੀਂ ਨਾ ਅਸੀਂ ਤਾਂ ਤੁਹਾਡਾ ਮੈਂ ਤੁਸੀਂ ਮੈਨੂੰ ਕਿਹਾ ਵੀ ਮੈਂ ਮੈਂ ਕਿਹਾ ਵੀ ਤੂੰ ਮੈਂ ਕਿਹਾ ਮੇਰਾ ਇਹ ਪੱਖ ਰੱਖੋ ਮੈਂ ਕਿਹਾ ਆ ਜਾਓ ਬਾਈ ਲੋਕਾਂ ਦੇ ਸਾਹਮਣੇ ਆਓ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਨ ਦੇ ਲਈ ਧੰਨਵਾਦ ਬਾਈ ਸੋ ਇਹ ਬਾਈ ਪਾਨਾ ਸਿੱਧੂ ਉਹਨਾਂ ਨਾਲ ਬੜੀ ਲੰਬੀ ਚੌੜੀ ਗੱਲ ਹੋਈ ਆ ਤੇ ਮੈਨੂੰ ਲੱਗਦਾ ਪਹਿਲੀ ਵਾਰ ਆ ਕਿ ਜਿਹੜਾ ਇੰਨਾ ਖੁੱਲ ਕੇ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਹਾਲਾਂਕਿ ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਵਰਕਿੰਗ ਟਾਈਮ ਦੇ ਵਿੱਚ ਆ ਗਏ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਇੱਕ ਵਾਰ ਮੈਂ ਕਹਿੰਨਾ ਅਤਲ ਨੂੰ ਕਿ ਥੋੜਾ ਜਿਹਾ ਪੈਨ ਕਰਕੇ ਮੀਟਿੰਗ ਆਪਣੇ ਸਮਾਪਤੀ ਤੋਂ ਪਹਿਲਾਂ ਦਿਖਾ ਦੇ ਕਿ ਹਲੇ ਵੀ ਬਹੁਤ ਸਾਰੇ ਲੋਕ ਖੜੇ ਨੇ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਜੇ ਜਾਂਦੇ ਜਾਂਦੇ ਗੱਲ ਕਰਨ ਲੱਗੇ ਤਾਂ ਹੋਰ ਲੰਬਾ ਸਮਾਂ ਹੋ ਜਾਊਗਾ ਪਹਿਲਾਂ ਬਹੁਤ ਸਾਰੀਆਂ ਅਸੀਂ ਲੋਕਾਂ ਦੇ ਨਾਲ ਗੱ ਧੰਨਵਾਦ ਵੀਰੇ ਤੇ ਇਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਨੇ ਲੋਕ ਪੁਲਿਸ ਦੇ ਕੋਲ ਜਾਣ ਦੀ ਬਜਾਏ ਭਾਨਾ ਸਿੱਧੂ ਕੋਲ ਜ਼ਿਆਦਾ ਸੇਫ ਮਹਿਸੂਸ ਕਰਦੇ ਨੇ ਇਹ ਹੀ ਕਾਰਨ ਹੈ ਕਿ ਜਿਹੜੀ ਅੱਜ ਦੀ ਸਾਡੀ ਇਹ ਪੜਤਾਲ ਦੇ ਵਿੱਚ ਜੋ ਕੁਝ ਨਿਕਲ ਕੇ ਸਾਹਮਣੇ ਆਇਆ ਉਹ ਇਹ ਹੀ ਹੈ ਕਿ ਲੋਕ ਪੁਲਿਸ ਦੇ ਨਾਲੋਂ ਭਾਨਾ ਸਿੱਧੂ ਤੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਤੇ ਵਾਕਈ ਭਾਨਾ ਸਿੱਧੂ ਦੇ ਵੱਲੋਂ ਏਜੰਟਾਂ ਦੇ ਜਿਹੜੇ ਪੈਸੇ ਖਾਦੇ ਹੋਏ ਨੇ ਲੋਕਾਂ ਦੇ ਉਹ ਵਾਪਸ ਕਰਵਾਏ ਵੀ ਜਾਂਦੇ ਨੇ ਕੈਮਰਾ ਪਰਸਨ ਅਤਲ ਵਰਮਾ ਦੇ ਨਾਲ ਮਹਿਰਾ ਓਵਰਿੰਦਰ ਸਿੰਘ ਔਨ 에ਰ ਬਰਨਾਲਾ